ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸਾ ਧਰਤ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ ਸੇ ਜੰਤ ਪਏ ਹਰਿਆਵਲੀ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ ਗੁਰਸਿੱਖਾਂ ਕੀ ਘਾਲ ਥਾਏ ਪਈ ਜਿਨ ਹਰ ਨਾਮ ਧਿਆਵਾ ਜਨ ਨਾਨਕ ਸਤਿਗੁਰ ਪੂਜਿਆ ਜਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਬ ਗਹ ਵਿਪਰਨ ਕੀ ਰੀਤ ਮੈਂ ਨਾ ਕਰੋ ਇਨਕੀ ਪ੍ਰਤੀਤ ਆਤਮ ਰਸ ਜਿਹ ਜਾਨੈ ਸੋ ਹੈ ਖਾਲਸ ਦੇਵ ਪ੍ਰਭ ਮਹਿ ਮੋਹ ਮਹਿ ਤਾਸ ਮੈਂ ਰੰਚਕ ਨਾਹੀ ਭੇਵ ਖਾਲਸਾ ਮੇਰੋ ਰੂਪ ਹੈ ਖਾਸ ਖਾਲਸ ਮੈਂ ਹੋ ਕਰੋ ਨਿਵਾਸ ਖਾਲਸਾ ਮੇਰੋ ਸੱਜਣ ਸੂਰਾ ਖਾਲਸਾ ਮੇਰੋ ਸਤਿਗੁਰ ਪੂਰਾ ਖਾਲਸਾ ਮੇਰੋ ਇਸ਼ਟ ਸੁਹਿਰਦ ਖਾਲਸਾ ਮੇਰੋ ਕਹੀਅਤ ਬਿਰਦ ਹਉ ਖਾਲਸਾ ਖਾਲਸਾ ਮੇਰੋ ਓਤ ਪੋਤ ਸਾਗੁਰ ਬੰਦੇੜੋ ਖਾਲਸਾ ਸੋਏ ਨਿਰਧਨ ਕਉ ਪਲ ਖਾਲਸਾ ਸੋਏ ਦੁਸ਼ਟ ਕੋ ਗੱਲ ਖਾਲਸਾ ਸੋਏ ਪੰਚਾਂ ਕੋ ਮਾਰ ਖਾਲਸਾ ਸੋਏ ਕਰਮਾਂ ਕੋ ਸਾੜ ਖਾਲਸਾ ਸੋਏ ਜੋ ਚੜ੍ਹੇ ਤੁਰੰਗ ਖਾਲਸਾ ਸੋਏ ਜੋ ਕਰੇ ਨਿਤ ਜੰਗ ਖਾਲਸਾ ਸੋਏ ਜੋ ਚੜ੍ਹੇ ਤੁਰੰਗ ਖਾਲਸਾ ਸੋਏ ਜੋ ਕਰੇ ਨਿਤ ਜੰਗ ਖਾਲਸਾ ਸੋਏ ਜੋ ਕਰੇ ਨਿਤ ਜੰਗ ਮੇਰਾ ਰੂਪ ਹੈ ਖਾਸ ਖਾਲਸਾ ਮੇਰਾ ਖਾਲਸਾ ਮੇਰਾ 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 ਮੇਰਾ ਰੂਪ ਹੈ ਖਾਸ ਖਾਲਸਾ ਮੇਰਾ ਖਾਲਸਾ ਮੇਰਾ
ਸਾਸ ਖਾਲਸਾ ਮੇਰਾ ਖਾਲਸਾ ਮੇਰਾ ਮੇਰਾ ਰੂਪ ਹੈ 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 ਸਾਸ 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 ਮੇਰਾ ਰੂਪ ਹੈ ਮੇਰਾ ਰੂਪ ਹੈ ਸਾਸ ਖਾਲਸਾ ਮੇਰਾ ਖਾਲਸਾ ਮੇਰਾ 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 ਆਤਮ ਰਾਜ ਦੇਹ ਜਾਨ ਨਹੀਂ ਰਬ ਰੰਗ ਮਸਾਸ ਮੈਂ ਰੰਗ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਔਰ ਨਵਾਜੀ ਹੋਈ ਬੜੇ ਹੀ ਅਦਬ ਸਤਿਕਾਰ ਨਾਲ ਤਖਤ ਸ੍ਰੀ ਦਮਦਮਾ ਸਾਹਿਬ ਗੁਰੂ ਕਾਸ਼ੀ ਤਲਵੰਡੀ ਸਾਬੋ ਦੀ ਧਰਤੀ ਤੇ ਦੇਸ਼ਾਂ ਪਰਦੇਸਾਂ ਤੋਂ ਪੁੱਜ ਕੇ ਖਾਲਸਾ ਸਾਜਨਾ ਦਿਵਸ ਵਿਸਾਖੀ ਦੀਆਂ ਖੁਸ਼ੀਆਂ ਮਨਾਉਣ ਵਾਸਤੇ ਜੁੜ ਬੈਠੇ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਓ ਸਰਬੱਤ ਸੰਗਤਾਂ ਸਰਬ ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਪਵਿੱਤਰ ਗੁਰਫਤਿਹ ਦੀ ਸਾਂਝ ਕਰੀਏ ਰਸਨਾ ਵਾਂਝੀ ਨਾ ਰਹੇ ਸਾਰੀਆਂ ਸੰਗਤਾਂ ਸਾਵਧਾਨ ਹੋ ਕੇ ਬੈਠੋ ਪਲਾਥੀਆਂ ਮਾਰ ਕੇ ਚੌਂਕੜੀਆਂ ਮਾਰ ਕੇ ਗੁਰੂ ਚਰਨਾਂ ਦੇ ਵਿੱਚ ਬੜੇ ਅਦੇ ਪਿਆਰ ਸਤਿਕਾਰ ਦੇ ਨਾਲ ਗੁਰਦਰਬਾਰ ਦੀ ਮਰਿਆਦਾ ਅਨੁਸਾਰ ਤੇ ਆਓ ਸਾਰੇ ਝੁਕਾਓ ਅਦਬ ਸਹਿਤ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸੀਸ ਤੇ ਸਾਰੀਆਂ ਸੰਗਤਾਂ ਮਿਲ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਖਾਲਸਾ ਸਾਜਨਾ ਦਿਵਸ ਵਿਸਾਖੀ ਦੀਆਂ ਖੁਸ਼ੀਆਂ ਸੰਸਾਰ ਭਰ ਚ ਮਨਾਈਆਂ ਜਾ ਰਹੀਆਂ। ਅੱਜ 13 ਅਪ੍ਰੈਲ 2017 ਦਾ ਦਿਨ 1699 ਨੂੰ ਯਾਦ ਕਰੋ ਜਦੋਂ ਸਰਬੰਸਦਾਨੀ ਸਤਿਗੁਰ ਨੇ ਖਾਲਸਾ ਪੰਥ ਸਾਜਿਆ। ਆਓ ਸਰਬੱਤ ਸੰਗਤਾਂ ਨੂੰ ਗੁਰਮੁਖ ਪਿਆਰਿਓ ਖਾਲਸਾ ਸਾਜਨਾ ਦਿਵਸ ਵਿਸਾਖੀ ਦੀਆਂ ਲੱਖ ਲੱਖ ਮੁਬਾਰਕ ਕਰੋੜ ਕਰੋੜ ਵਧਾਈਆਂ ਨੇ। ਦੁਨੀਆਂ ਭਰ ਵਿੱਚ ਵਸਦੀਆਂ ਸਿੱਖ ਸੰਗਤਾਂ ਤੇ ਗੈਰ ਸਿੱਖਾਂ ਨੂੰ ਵੀ ਜੋ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੇ ਇਸ ਵਰਤੇ ਵਰਤਾਰੇ ਨੂੰ ਸਰਦਾ ਸਹਿਤ ਨਤਮਸਤਕ ਹੁੰਦੇ ਹੈ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਪੰਜ ਸਿਰਾਂ ਦੀ ਭੇਟਾ ਲੈ ਕੇ ਤੇ ਖਾਲਸਾ ਪੰਥ ਸਾਜਿਆ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ। ਆਓ ਗੁਰਮੁਖ ਪਿਆਰਿਓ ਅੱਜ ਵਿਸਾਖੀ ਦਾ ਦਿਨ ਹੈ
संक्रांत दा दिन है, विसाखी दा दिन, आज एक विसाख ते गुरमुख प्यारे नानक साई सम्मत 549 नानक साई गुरमुख प्यारे सम्मत एक विसाख दा दिन ते सतगुरु ग्रंथ साहब सच्चे पातशाह दी पावन बाणी 12 महा माध राग विच ते तुखारी राग विच जिवें सतगुरु सच्चे पातशाह ने वचन कीते असीं पढ़दे ते सुणदे आं। 12 महा माध राग दे अंदर सतगुरु सच्चे पातशाह दे वचन है, वैसाख धीरन क्यों वाढिया जिन्ना प्रेम विसोह, हर साजन पुरख विसार कै लगी माया धोह। गुरमुख प्यारियो, सतगुर सच्चे पातशाह महाराज ने विसाख दे महीने दे परथाए जो सतगुर ने सानू उपदेश बख्शिया, अज संक्रांत दा दिन है, विसाखी दा दिन है, बड़िया खुशियां बड़े चा ते मलारां दे नाल संगतां इत्थे पहुंचियां। सेवादारां ने बेनती भी कीती है, कई दिनों तो सेवावां कर रहे हो, दर्शन इशनान करन लई तखत दमदमा साहब की धरती ते पहुंचे हो। सरबत खालसा दे वल्लों इस स्थान की सेवादारी की सेवा सौंपी गई ते उस जिम्मेवारी नूं निभाउंदिआं देसां परदेसां तों आईआं सिख संगतां नूं मैं जी आया आखदा, ए तख्त श्री दमदमा साहब की धरती ते जो दर्शन इशनान करन वास्ते गुरु दीआं बख्शां लैण ते खालसा साजना दिवस विसाखी दा दिन मनाउण वास्ते आए हो। गुरु कृपा करे, सतगुरु सच्चे पातशाह सब दा चलिआ कदम कदम लेखे लाउण, तिल फुल भेटा अपने दर ते परवान करन, दरों घरों खुशियां ते खेड़े बख्शिश करन। लखां संगतां पहुंचियां विसाखी दे समय, बहुत वड्डे प्रबंध थां पर थां लंगरां दे धार्मिक समागमां दे, क्योंकि इत्थे आउंदे ही गुरमुख प्यारियो गुरमत दी गल ग्रहण करन वास्ते आ, ते गुरमत दी गल नूं ग्रहण करना ये जोड़ मेला, सतगुर नाल जुड़ना, गुरसिखी नाल जुड़ना, गुरमत नाल जुड़ना। आए भी विसाखी दे समय, समां भी कढ़िया, निंद्रा भी त्यागी, इधर उधर गेड़े दे के चले गए गुरमुख प्यारे हो, फिर बहुता फायदा नहीं। तुसी जेड़े दर्शन इशनान करके गुरमुख प्यारे हो, गुरु चरणां च बैठे हो, समाधियां लीन होके सतगुर दियां बख्शां लै रहे हो, परसों रोज तो सेवादार सेवा 11-12 अज 13 दा दिन आ गया, अत्यंत सेवादार सेवा निभा रहे है सारे ही समागमां दे विच। मैं बेनती भी करूं जो इत्थे लंगरां च सेवा निभा रहे सेवादार मातावां बीबियां भैणां गुरु के लंगर बनाउण दी सेवा, सेवा नूं निरंतर जारी रखिया जावे, क्योंकि अक्सर हुंदा है जदों दीवान अज जांदा ते लंगर बनाउण वालियां संगतां वरताउण वालियां संगतां भी पंडाल विच आके बैठ जांदियां ने, फिर आप नूं पता है निरंतर एक रस गुरु की कृपा सदका ताजे लंगर चल रहे है, ते बाद विच समाप्ति तो उपरंत भी जिहड़ियां संगतां दीवान सरवण कर रही है इन्हां ने भी गुरु के लंगर सरवण गुरमुख प्यारे लंगर छकने है, इस कारण करके सेवादार सेवा नूं निरंतर जारी रखन, लंगर बनाउण दी सेवा मातावां बीबियां भैणां बच्चे बजुर्ग नौजवान, भावें कि 3 दिन हो गए लगातार मैं देख रहा गुरमुख प्यारे, थकावट भी हो जाती है शरीरां नूं, पर अज समाप्ति का दिन थोड़े समय तक आप समाप्ति कर देनी है। 11-12-13 दे समागम गुरमुख प्यारे विसाखी का दिहाड़ा, कल नूं होला महला जिवें मनाया जांदा, महला कढ़िया जांदा गुरमुख प्यारे निहंग सिंह जथेबंदियां दे वल्लां और शस्त्रां दे जोर, घोड़ सवारी गुरमुख प्यारे, नेजाबाजी तलवारबाजी गतका और बेअंत संगतां जिहड़ियां ओह खालसाई खेडां नूं वेखण वास्ते आउंदियां ने, भावें कि अज बहुत लखां संगतां दर्शन इशनान करके परत गईआं, कानफ्रांसां दीआं हाजरियां भर के परत गईआं, पर बहुत शरधावान संगतां जिहड़ियां हाजर ने तख्तां ते गुरमुख प्यारे गुरद्वारे
ਗੁਰਮਤ ਸਮਾਗਮਾਂ ਵਿੱਚ ਤੇ ਕੱਲ ਨੂੰ ਮਹੱਲਾ ਦੇਖ ਕੇ ਜਿਨ੍ਹਾਂ ਨੇ ਵਾਪਸੀ ਕਰਨੀ ਹੈ ਤੇ ਫਿਰ ਜਾ ਕੇ ਆਪਣੇ ਕਾਰੋਬਾਰਾਂ ਨੂੰ ਸਾਂਭਣਾ, ਗੁਰੂ ਦੀਆਂ ਬਖਸ਼ਿਸ਼ਾਂ ਲੈ ਕੇ ਇੱਥੋਂ ਜਾਣਾ। ਆਓ ਗੁਰਮੁਖ ਪਿਆਰੇ, ਆਪ ਸੰਗਤਾਂ ਵੀ ਤਖ਼ਤ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਕੇ ਆਏ ਹੋ, ਹੋਰ ਸਾਰੇ ਗੁਰਦੁਆਰਿਆਂ ਦੇ ਗੁਰਦੁਆਰਾ ਲਿਖਣਸਰ ਸਾਹਿਬ, ਗੁਰਦੁਆਰਾ ਮਾਤਾ ਜੀਤ ਕੌਰ, ਮਾਤਾ ਸੁੰਦਰ ਕੌਰ, ਗੁਰਦੁਆਰਾ ਸਾਹਿਬ ਬਾਬਾ ਵੀਰ ਸਿੰਘ ਧੀਰ ਸਿੰਘ, ਗੁਰਦੁਆਰਾ ਜੰਡ ਸਾਹਿਬ, ਗੁਰਦੁਆਰਾ ਮਹਾਨਸਰ ਸਾਹਿਬ, ਸਾਰੇ ਗੁਰਦੁਆਰਿਆਂ ਗੁਰਸਥਾਨਾਂ ਦੇ ਉੱਤੇ ਗੁਰਮੁਖ ਪਿਆਰੇ ਜੋ ਇਤਿਹਾਸਕ ਗੁਰਦੁਆਰੇ ਹੈ ਸਾਡੇ, ਜੋ ਹਿਸਟੋਰੀਕਲ ਪਲੇਸ ਹੈ, ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਕੀਤੀ ਸਾਡੇ ਤੇ, ਉਹਨਾਂ ਦੇ ਗੁਰਮੁਖ ਪਿਆਰੇ ਦਰਸ਼ਨ ਦਦਾਰੇ ਆਪਣੇ ਕੀਤੇ ਹੈ, ਬੜੀ ਸਤਿਗੁਰ ਨੇ ਰਹਿਮਤ ਕੀਤੀ ਹੈ। ਇਹ ਗੁਰਮੁਖ ਪਿਆਰੇ ਉਦਾਸ ਨੂੰ ਜਥੇ ਸਮੇਤ ਸੰਗਤਾਂ ਸਮੇਤ ਅੱਜ ਅੰਮ੍ਰਿਤ ਵੇਲੇ ਸਵੇਰ ਵੇਲੇ ਗੁਰਮੁਖ ਪਿਆਰੇ ਤਖ਼ਤ ਸਾਹਿਬ ਦੇ ਗੁਰਦੁਆਰਿਆਂ ਦੇ ਦਰਸ਼ਨ ਕੀਤੇ, ਸਤਿਗੁਰ ਦੀ ਰਹਿਮਤ ਬਖਸ਼ਿਸ਼ ਨੂੰ ਪ੍ਰਾਪਤ ਕੀਤਾ। ਇਹਨਾਂ ਸੇਵਾਵਾਂ ਦੇ ਚੱਲਦਿਆਂ ਜਿੱਥੇ ਤਖ਼ਤ ਸਾਹਿਬ ਜੀ ਦੇ ਪਾਵਨ ਦਰਸ਼ਨ, ਉੱਥੇ ਗੁਰਮੁਖ ਪਿਆਰੇ ਸਰਬੱਤ ਖਾਲਸਾ ਵੱਲੋਂ ਲਾਈ ਸੇਵਾ ਨੂੰ ਨਿਭਾਉਂਦਿਆਂ ਹੋਇਆਂ ਅੱਜ ਦਾ ਜੋ ਵਿਸਾਖੀ ਦਾ ਸੰਦੇਸ਼ ਜਾਰੀ ਕੀਤਾ ਗਿਆ ਔਰ ਸੇਵਾਵਾਂ, ਕਥਾ, ਕੀਰਤਨ, ਦਰਬਾਰ, ਗੁਰਬਾਣੀ, ਗੁਰਮਤ ਦੀਆਂ ਵਿਚਾਰਾਂ, ਗੁਰੂ ਕੇ ਲੰਗਰਾਂ ਦੀ ਸੇਵਾ, ਸਤਿਗੁਰ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਦੇ ਸਦਕਾ ਨਿਰੰਤਰ ਜਾਰੀ ਹੈ। ਆਓ ਗੁਰਮੁਖ ਪਿਆਰੇ ਬੇਅੰਤ ਸੰਗਤਾਂ ਅੰਮ੍ਰਿਤ ਛਕਣ ਵਾਸਤੇ ਪਹੁੰਚੀਆਂ, ਜਿਨ੍ਹਾਂ ਨੂੰ ਤਖ਼ਤ ਸਾਹਿਬ ਵਿਖੇ ਗੁਰਮੁਖ ਪਿਆਰਿਓ ਭੇਜਿਆ ਗਿਆ, ਜੋ ਅੱਜ ਅੰਮ੍ਰਿਤ ਛਕ ਕੇ ਗੁਰੂ ਦੇ ਲੜ ਲੱਗੀਆਂ, ਇਸ ਪੰਡਾਲ ਦੇ ਵਿੱਚ ਵੀ ਆ ਕੇ ਸਜੀਆਂ ਬੈਠੀਆਂ, ਮੈਂ ਉਹਨਾਂ ਨੂੰ ਮੁਬਾਰਕ ਦਿੰਦਾ ਜਿਹੜੇ ਅੱਜ ਗੁਰੂ ਕੇ ਜਹਾਜ਼ੇ ਚੜ੍ਹੇ ਆ, ਜਿਹੜੇ ਪਹਿਲਾਂ ਤੋਂ ਗੁਰੂ ਵਾਲੇ ਬਣੇ ਗੁਰੂ ਕੇ ਪੁੱਤਰ ਧੀਆਂ, ਉਹਨਾਂ ਨੂੰ ਮੁਬਾਰਕਾਂ ਜਿਹੜੇ ਅੱਜ ਗੁਰੂ ਕੇ ਜਹਾਜ਼ੇ ਚੜ੍ਹੇ ਆ। ਗੁਰਮੁਖ ਪਿਆਰਿਓ ਮਾਈ ਭਾਏ, ਸਤਿਗੁਰ ਦੇ ਚਰਨਾਂ ਚ ਅਰਦਾਸ ਹੈ, ਸੇਵਕ ਕੀ ਓੜਕ ਨਿਭ ਪ੍ਰੀਤ, ਸਤਿਗੁਰ ਕਿਰਪਾ ਕਰਨ ਚਰਨੀ ਲੱਗਿਆਂ ਦੀ ਤੋੜ ਵਿਭਾ ਲੈਣ, ਬਾਣੀ ਬਾਣੇ ਦੀਆਂ ਦਾਤਾਂ, ਨਿਤਨੇਮ ਦੀਆਂ ਸੇਵਾ ਸਿਮਰਨ ਦੀਆਂ ਦਾਤਾਂ ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਇਹ ਗੁਰੂ ਚਰਨਾਂ ਚ ਅਰਦਾਸ ਹੈ। ਆਓ ਗੁਰੂ ਪਿਆਰਿਓ, ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਮਤ ਹੋਈ ਹੈ, ਨਿਰੰਤਰ ਤਖ਼ਤ ਸਾਹਿਬ ਵਿਖੇ ਗੁਰਮੁਖ ਪਿਆਰੇ ਨਾਲ ਮਾਤਾ ਸਾਹਿਬ ਕੌਰ ਜੀ ਦੇ, ਮਾਤਾ ਸੁੰਦਰ ਕੌਰ ਜੀ ਦੇ ਮਾਤਾਵਾਂ ਦੇ ਗੁਰਦੁਆਰਾ ਸਾਹਿਬ ਵਿੱਚ ਅੰਮ੍ਰਿਤ ਸੰਚਾਰ ਦੀ ਸੇਵਾ ਚੱਲਦੀ ਹੈ, ਸਤਿਗੁਰ ਦੀ ਰਹਿਮਤ ਸਦਕਾ, ਔਰ ਉੱਥੇ ਹੀ ਜਾ ਕੇ ਸੰਗਤਾਂ ਅੰਮ੍ਰਿਤ ਛਕਦੀਆਂ। ਕਈ ਵਾਰ ਅਖਬਾਰਾਂ ਜਿਸ ਤਰ੍ਹਾਂ ਦੇ ਬਿਆਨ ਗੁਰਮੁਖ ਪਿਆਰੇ ਸ਼ੰਕਾਵਾਂ ਪੈਦਾ ਕਰ ਦਿੰਦੇ, ਕਈ ਪੱਤਰਕਾਰ ਵੀਰ ਬਿਨਾਂ ਪੜ੍ਹੇ ਸੁਣੇ, ਬਿਨਾਂ ਜਾਣਕਾਰੀ ਰੱਖੇ ਇਦਾਂ ਦੀਆਂ ਖਬਰਾਂ ਛਾਪ ਦਿੰਦੇ ਆ, ਜਿਵੇਂ ਅੱਜ ਅਖਬਾਰਾਂ ਚ ਛਾਪਿਆ ਗਿਆ ਕਿ ਦੀਵਾਨਾਂ ਦੀ ਸਮਾਪਤੀ ਉਪਰੰਤ ਇੱਥੇ ਅੰਮ੍ਰਿਤ ਸੰਚਾਰ ਕੀਤਾ ਜਾਊਗਾ ਸਾਡੇ ਵੱਲੋਂ ਵਿਸ਼ੇਸ਼ ਕਰਕੇ। ਨਹੀਂ ਗੁਰਮੁਖ ਪਿਆਰਿਓ, 20 ਸਾਲਾਂ ਤੋਂ ਨਿਰੰਤਰ ਸੇਵਾ ਚੱਲਦੀ ਆ ਰਹੀ ਹੈ, ਇੱਕ ਦੋ ਵਾਰ ਵਿਘਣ ਵੀ ਪਿਆ ਸਰਕਾਰਾਂ ਦੇ ਜਬਰ ਜ਼ੁਲਮ ਦੇ ਕਾਰਨ, ਪਰ ਹਰ ਵਾਰ ਜਿੰਨੀਆਂ ਸੰਗਤਾਂ ਅੰਮ੍ਰਿਤ ਛਕਣ ਲਈ ਇੱਥੇ ਪਹੁੰਚਦੀਆਂ, ਉਹਨਾਂ ਨੂੰ ਤਖ਼ਤ ਸਾਹਿਬ ਵਿਖੇ ਭੇਜਿਆ ਜਾਂਦਾ। ਇਹਨਾਂ ਤਖ਼ਤਾਂ ਤੇ ਅੰਮ੍ਰਿਤ ਸੰਚਾਰ, ਗੁਰੂ ਦਾ ਅੰਮ੍ਰਿਤ ਤੇ ਇੱਕੋ ਹੀ ਹੈ, ਕੋਈ ਵੱਖਰੇ ਅੰਮ੍ਰਿਤ ਸੰਚਾਰ ਨਹੀਂ ਇੱਥੇ ਕੀਤੇ ਜਾਂਦੇ। ਗੁਰੂ ਦਾ ਅੰਮ੍ਰਿਤ ਉਹੀ ਹੈ, ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾਹੀਂ, ਜਿਵੇਂ ਬਾਣੀ ਦਾ ਵਚਨ ਹੈ, ਇਸੇ ਤਰ੍ਹਾਂ ਇਹ ਖੰਡੇ ਕੀ ਪਉ, ਇਹ ਸਤਿਗੁਰ ਦਾ ਖੰਡੇ ਬਾਟੇ ਦਾ ਅੰਮ੍ਰਿਤ ਵੀ ਇੱਕੋ ਹੀ ਹੈ। ਪੰਜ ਪਿਆਰੇ ਸਾਹਿਬਾਨ ਗੁਰੂ ਦੀ ਬਖਸ਼ਿਸ਼ ਮਰਜ਼ਾਦਾ ਅਨੁਸਾਰ ਸੰਗਤਾਂ ਅੰਮ੍ਰਿਤ ਬਲਾਖੀਆਂ ਨੂੰ ਇਹ ਅੰਮ੍ਰਿਤ ਦੀ ਦਾਤ ਬਖਸ਼ਦੇ ਹੈ। ਸੋ ਬੇਅੰਤ ਸੰਗਤਾਂ, ਹਜ਼ਾਰਾਂ ਸੰਗਤਾਂ ਗੁਰੂ ਕੇ ਜਹਾਜ਼ੇ ਚੜੀਆਂ ਨੇ, ਮੁਬਾਰਕਾਂ ਜਿਹੜੇ ਅੱਜ ਵਿਸਾਖੀ ਦੇ ਦਿਹਾੜੇ ਤੇ ਅੰਮ੍ਰਿਤ ਛਕ ਕੇ ਗੁਰੂ ਲੜ ਲੱਗੇ। ਗੁਰਮੁਖ ਪਿਆਰਿਓ ਸਤਿਗੁਰ ਰਹਿਮਤ ਕਰਨ, ਬੇਅੰਤ ਸੰਗਤਾਂ ਗੁਰਮੁਖ ਪਿਆਰਿਓ ਦਰਸ਼ਨ ਇਸ਼ਨਾਨ ਕਰਨ ਵਾਸਤੇ ਪਹੁੰਚੀਆਂ ਨੇ। ਆਓ ਗੁਰਮੁਖ ਪਿਆਰਿਓ, ਅੱਜ ਦੇ ਇਸ ਵਰਤੇ ਇਤਿਹਾਸ ਤੋਂ ਸਿੱਖਿਆ ਗ੍ਰਹਿਣ ਕਰ ਲਈਏ, ਸੋਝੀ ਲੈ ਲਈਏ, ਔਰ ਗੁਰੂ ਨੇ ਜੋ ਵਰਤਾਰਾ ਵਰਤਿਆ, ਜੋ ਸਤਿਗੁਰ ਸੱਚੇ ਪਾਤਸ਼ਾਹ ਨੇ ਰਹਿਮਤ ਕੀਤੀ, ਪੰਥ ਦੀ ਸਾਜਨਾ ਕੀਤੀ, ਉਸ ਪੰਥ ਦੇ ਗੁਰਮੁਖ ਪਿਆਰੇ ਸੇਵਾਦਾਰ ਬਣੀਏ, ਸਤਿਗੁਰ ਦੇ ਪੁੱਤਰ ਧੀਆਂ ਬਣੀਏ। ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਮਤ ਸਦਕਾ ਵਿਸਾਖੀ ਦਾ ਦਿਹਾੜਾ ਚੜ੍ਹਦੀ ਕਲਾ ਦੇ ਨਾਲ ਸੰਪੂਰਨਤਾ ਵੱਲ ਜਾ ਰਿਹਾ।
ਅੱਜ ਵਿਸਾਖੀ ਔਰ ਕੱਲ ਨੂੰ ਮਹੱਲਾ ਨਿਕਲਣਾ ਇਹ ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਮਤ ਸਦਕਾ ਲੱਖਾਂ ਸੰਗਤਾਂ ਪਹੁੰਚੀਆਂ ਦਰਸ਼ਨ ਇਸ਼ਨਾਨ ਕਰਕੇ ਕੁਝ ਚਲੇ ਗਈਆਂ ਕੁਝ ਆ ਰਹੀਆਂ ਕੁਝ ਵਿਸ਼ਰਾਮ ਕਰ ਰਹੀਆਂ ਇੱਥੇ ਗੁਰਮੁਖ ਪਿਆਰੇ ਸਮਾਗਮਾਂ ਦੀ ਹਾਜ਼ਰੀ ਭਰ ਰਹੀਆਂ ਸਤਿਗੁਰ ਦੀ ਬਖਸ਼ਿਸ਼ ਹੈ ਆਓ ਮੈਂ ਬਹੁਤੇ ਵਿਸਥਾਰ ਵਿੱਚ ਨਾ ਜਾਵਾਂ ਜਿੱਥੇ ਆਪ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਕਰੋੜ ਕਰੋੜ ਵਧਾਈਆਂ ਇੱਕ ਵਾਰ ਮੈਂ ਫੇਰ ਭੇਟ ਕਰਦਾ ਖਾਲਸਾ ਸਾਜਨਾ ਦਿਵਸ ਵਿਸਾਖੀ ਦੀਆਂ ਆਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ ਸਭ ਸਿੱਖਣ ਕੋ ਮੈਂ ਗੁਰੂ ਮਾਨਿਓ ਗ੍ਰੰਥ ਆਓ ਗੁਰਮੁਖ ਪਿਆਰੇ ਸਤਿਗੁਰ ਸੱਚੇ ਪਾਤਸ਼ਾਹ ਨੇ ਖਾਲਸਾ ਪੰਥ ਸਾਜਿਆ ਸਾਜ ਕੇ ਨਵਾਜਿਆ ਆਪਣਾ ਸਰੂਪ ਬਖਸ਼ਿਆ ਖਾਲਸਾ ਮੇਰੇ ਰੂਪ ਹੈ ਖਾਸ ਖਾਲਸੇ ਮੈਂ ਹੋ ਕਰੋ ਨਿਵਾਸ ਕਿਉਂਕਿ ਗੁਰਮੁਖ ਪਿਆਰੇ ਖਾਲਸਾ ਇਹ ਨਹੀਂ ਮਨ ਵਿੱਚ ਫੁਰਨਾ ਆਇਆ ਖਿਆਲ ਆਇਆ ਤੇ ਪੰਥ ਦੀ ਸਿਰਜਣਾ ਕਰ ਦਿੱਤੀ ਇਹ ਧੁਰ ਦਰਗਾਹੋਂ ਲੱਗੀਆਂ ਹੋਈਆਂ ਡਿਊਟੀਆਂ ਮੈਂ ਆਪਣਾ ਸੁੱਤ ਤੁਹੀ ਨਵਾਜਾ ਪੰਥ ਪਰਚਰ ਕਰਵੇ ਕੋ ਸਾਜਾ ਪੰਥ ਦੀ ਸਾਜਨਾ ਵਾਸਤੇ ਧੁਰ ਦਰਗਾਹੋਂ ਡਿਊਟੀਆਂ ਲੱਗੀਆਂ ਤਾਂ ਸਤਿਗੁਰਾਂ ਨੇ ਪੰਥ ਸਾਜਿਆ ਤਾਂ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਇਸ ਖਾਲਸਾ ਪੰਥ ਦੀ ਸਿਰਜਣਾ ਕੀਤੀ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਵਿੱਚ ਧੁਰ ਦਰਗਾਹੋਂ ਡਿਊਟੀਆਂ ਤੇ ਆਓ ਅੱਜ ਖਾਲਸਾ ਸਾਜਨਾ ਦਿਵਸ ਵਿਸਾਖੀ ਤੇ ਜੁੜ ਬੈਠੇ ਹੋ ਸਤਿਗੁਰ ਸੱਚੇ ਪਾਤਸ਼ਾਹ ਦੇ ਪੁੱਤਰ ਧੀਆਂ ਬਣ ਜਾਈਏ ਅੰਮ੍ਰਿਤ ਦੀ ਦਾਤ ਲੈ ਕੇ ਬਾਣੀ ਨਾਲ ਜੁੜ ਜਾਈਏ ਔਰ ਬਾਣੀ ਨਾਲ ਗੁਰੂ ਨਾਲ ਪਰਮਾਤਮਾ ਨਾਲ ਜੁੜਿਆ ਹੀ ਭਲਾ ਹੋਣਾ ਨਹੀਂ ਤੇ ਸਤਿਗੁਰਾਂ ਨੇ ਅੱਜ ਦੇ ਵੈਸਾਖ ਦੇ ਮਹੀਨੇ ਦੁਆਰਾ ਜੋ ਬਾਰਾਂ ਮਹਾ ਮਾਝ ਦੀ ਬਾਣੀ ਦੇ ਅੰਦਰ ਗੁਰਮੁਖ ਪਿਆਰੇ ਉਪਦੇਸ਼ ਬਖਸ਼ਿਆ ਉਸ ਨੂੰ ਵਿਚਾਰ ਲਈਏ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਵਿਸਾਖ ਧੀਰਨ ਕਿਉਂ ਵਾਢੀ ਆ ਜਿੰਨਾ ਪ੍ਰੇਮ ਵਸੋਹ ਜਿਵੇਂ ਵਿਸਾਖ ਦੇ ਮਹੀਨੇ ਹਰ ਮਰਦ ਔਰਤ ਦੇ ਮਨ ਵਿੱਚ ਖੇੜਾ ਫਸਲ ਘਰ ਆਉਣੀ ਹੈ ਗੁਰਮੁਖ ਪਿਆਰੇ ਫਸਲਾਂ ਦੀ ਕਟਾਈ ਹੋਣੀ ਹੈ ਤੇ ਜਿਹੜੀਆਂ ਖਾਹਿਸ਼ਾਂ ਲੋੜਾਂ ਗੁਰਮੁਖ ਪਿਆਰੇ ਪੂਰੀਆਂ ਕਰਨੀਆਂ ਮਨ ਵਿੱਚ ਖੁਸ਼ੀ ਹੈ ਸਭ ਮਰਦ ਔਰਤਾਂ ਦੇ ਨਰ ਨਾਰੀਆਂ ਦੇ ਪਰ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜਿਹਨਾਂ ਨੂੰ ਵਾਹਿਗੁਰੂ ਦੇ ਪ੍ਰੇਮ ਦਾ ਵਿਛੋੜਾ ਪੈ ਗਿਆ ਜਿਹਨਾਂ ਦਾ ਵਾਹਿਗੁਰੂ ਨਾਲ ਗੁਰੂ ਨਾਲ ਸੱਚ ਦੇ ਨਾਲ ਵਿਛੋੜਾ ਹੋ ਗਿਆ ਜਿਹਨਾਂ ਦਾ ਪ੍ਰੇਮ ਨਹੀਂ ਰਿਹਾ ਉਹਨਾਂ ਨੂੰ ਫਿਰ ਇਹ ਵਿਸਾਖ ਦਾ ਮਹੀਨਾ ਕਿਵੇਂ ਸੁਹਾਵਣਾ ਹੋ ਸਕਦਾ ਜਿਹਨਾਂ ਦਾ ਗੁਰੂ ਨਾਲ ਪ੍ਰੇਮ ਨਹੀਂ ਜਿਹਨਾਂ ਦਾ ਗੁਰੂ ਨਾਲ ਪਿਆਰ ਨਹੀਂ ਸ਼ਰਧਾ ਸਤਿਕਾਰ ਨਹੀਂ ਜਿਹਨਾਂ ਨੂੰ ਗੁਰੂ ਦੇ ਨਾਮ ਦਾ ਰੰਗ ਨਹੀਂ ਲੱਗਿਆ ਭਜਨ ਬਾਣੀ ਦਾ ਪ੍ਰਤਾਪ ਬਖਸ਼ਿਸ਼ ਕੋਲ ਨਹੀਂ ਫਿਰ ਉਹਨਾਂ ਜੀਵ ਰੂਪ ਇਸਤਰੀਆਂ ਨੂੰ ਇਹ ਵਿਸਾਖ ਦਾ ਮਹੀਨਾ ਭਾਵੇ ਮਨੁੱਖਾ ਜੀਵਨ ਕਿਵੇਂ ਸੁਹਾਵਣਾ ਹੋ ਸਕਦਾ ਵੈਸਾਖ ਧੀਰਨ ਕਿਉਂ ਵਾਢੀ ਆ ਜਿੰਨਾ ਪ੍ਰੇਮ ਵਿਸੋਹ ਹਰ ਸਾਜਨ ਪੁਰਖ ਵਿਸਾਰਕੈ ਲੱਗੀ ਮਾਇਆ ਧੋਹ ਪੁੱਤਰ ਕਲੱਤਰ ਨਾ ਸੰਗ ਧਨਾ ਹਰ ਅਵਨਾਸੀ ਉਹ ਪਲ ਚ ਪਲ ਚ ਸਗਲੀ ਮੂਈ ਝੂਠੈ ਧੰਦਾ ਮੋਹ ਇੱਕ ਹਰ ਕੇ ਨਾਮ ਬਿਨ ਅੱਗੇ ਲਈਐ ਕੋਹ ਦਈਓ ਵਿਸਾਰ ਵਿਗੂਚਣਾ ਪ੍ਰਭ ਵਿਣ ਅਵਰ ਨਾ ਕੋਏ ਪ੍ਰੀਤਮ ਚਰਨੀ ਜੋ ਲੱਗੇ ਤਿਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਵੈਸਾਖ ਸੁਹਾਵਾ ਤਾਂ ਲੱਗੇ ਜਾਂ ਸੰਤ ਭੇਟੈ ਹਰ ਸੋਏ ਉਹਨਾਂ ਨੂੰ ਵਿਸਾਖ ਦਾ ਮਹੀਨਾ ਸੁਹਾਵਣਾ ਉਹਨਾਂ ਨੂੰ ਵਿਸਾਖ ਦਾ ਮਹੀਨਾ ਭਾਵੇ ਮਨੁੱਖਾ ਜੀਵਨ ਸੁਹਾਵਣਾ ਜਿਨ੍ਹਾਂ ਨੂੰ ਪ੍ਰਭੂ ਭਗਤੀ ਬੰਦਗੀ ਭਗਤੀ ਦਾ ਰੰਗ ਚੜ ਗਿਆ ਜਿਨ੍ਹਾਂ ਨੂੰ ਪ੍ਰਭੂ ਦੇ ਪਿਆਰਿਆਂ ਦਾ ਮਿਲਾਪ ਹੋ ਗਿਆ ਗੁਰਸਿੱਖਾਂ ਸਾਧੂਆਂ ਸਤਿਪੁਰਖਾਂ ਦਾ ਤੇ ਜੀਵਨ ਸਵਾਰ ਲਿਆ ਜਿਨ੍ਹਾਂ ਨੇ ਗੁਰਮੁਖ ਪਿਆਰੇ ਭਲਾ ਕਰ ਲਿਆ ਆਪਣੇ ਜੀਵਨ ਦਾ ਵੈਸਾਖ ਸੁਹਾਵਾ ਤਾਂ ਲੱਗੇ ਜਾਂ ਸੰਤ ਭੇਟੈ ਹਰ ਸੋਏ ਤਾਂ ਗੁਰਮੁਖ ਪਿਆਰੇ ਵਿਸਾਖ ਦਾ ਮਹੀਨਾ ਸੁਹਾਵਣਾ ਤਾਂ ਇਹ ਮਨੁੱਖਾ ਜੀਵਨ ਸੁਹਾਵਣਾ ਪਰ ਜਿਨ੍ਹਾਂ ਨੇ ਗੁਰੂ ਦਾ ਆਪਣੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਪਿਆਰ ਦਾ ਵਿਛੋੜਾ ਪਾ ਲਿਆ ਭਾਵ ਸ਼ਰਧਾ ਭਾਵਨਾ ਪਿਆਰ ਨਹੀਂ ਮਨ ਦੇ ਅੰਦਰ ਕਿਉਂਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਬਚਨ ਕੀਤੇ ਸਾਚ ਕਹੋ ਸੁਣ ਲਿਹੋ ਸਭ ਜਿਨ ਪ੍ਰੇਮ ਕੀਓ
तीन ही प्रभ पायो श्रद्धा भावना प्यार दे नाली परमात्मा दा विलाप आओ सारे गुरमुख प्यारे सतगुरु पातशाह ते श्रद्धा भावना प्यार सतगुरु दा पौन वास्ते असि मन दे अंदर ओ मां चाहो ते खेड़ा पैदा कर लईए ते गुरु दे पुत्र धीआं बन जाइए। वैसाख दा महीना वैसाख धीरन क्यों वाढ़िया जिन्ना प्रेम विसो हर साजन पुरख विसारक लगी माया तो जिन्ना ने उस साजन पुरख प्यारे सजन परमात्मा नू विसार दिता ते मोह माया पदार्था च गलतान हो गए उन्हां दा फिर वैसाख दा महीना उन्हां दा फिर मनुखा जीवन सुहावना नहीं है। आओ आपा अपने जीवन नू सुहावना करना ते गुरु दे पुत्र धीआं अज खालसा साजना दिवस वैसाखी दे समय मन दा प्रण करिए वाहिगुरु अकाल पुरख दे हुकम दे अंदर मैं अपना सोच तुहे नवाजा पंथ परचुर करबे को साजा सतगुर दे बचन एवें नहीं पंथ साजिया मैं बेनती करदा हुन्ना एवें नहीं भी मन च ख्याल आया शरारत सुझी ते गुरमुख प्यारे शरबत दा कड़ाहा घोल लिया रूह अफजे दियां बोतलां पा दित्तियां ते आखिया मैं पंथ पैदा कर रहा मैं इंसान बनाउण लग्गिया दसो गुरमुख प्यारे इंसान ते इंसान है ये शैतान बनाउण वाली गल है नाले शैताना वाली गल्लां सामने आईयां इंसाना वाली नहीं तुहानू पता है इस तरह नहीं पंथ साजे जांदे भाई शरबत दा कड़ाहा घोल लिया जंसकंजवी बना ली ते घोल के कड़ाहा पियाता ते आखिया पंथ पैदा हो जूगा नहीं गुरमुख प्यारे अकाल पुरख वाहिगुरु दे परमात्मा दे हुकम दे अंदर मैं अपना सुच तुहे नवाजा पंथ परचुर करबे को साजा अकाल पुरख दे हुकम दे अंदर पंथ साजे ते दसवें पातशाह महाराज ने आप गुरमुख प्यारे वचन बख्शिश कर देते कि अकाल पुरख वाहिगुरु दे हुकम दे अंदर पंथ साजिया कोई अपनी मर्जी दे नाल नहीं मैं अपना सुत तुहे नवाजा ड्यूटियां लगियां सन धुर दरगाहो अकाल पुरख वाहिगुरु नाल एकमत होया जद तप साधत हर मोहे मिलायो इम कह के लोग उठायो मैं अपना सुत तुहे नवाजा पंथ परचुर करबे को साजा परमात्मा काल पुरख वाहिगुरु ने ड्यूटियां लाइया आप दसवें पातशाह महाराज भजन कर दे सारे रसना सफली करे तो रसना वांझी ना रहे सावधान होके बैठो सेवादार सेवा भी निभा रहे क्योंकि कई जोड़ मेले विच गुरुद्वारियां दे दर्शन करदियां थकावट भी हो जांदी है ते निंद्रा बड़ी प्यारी लगदी है जां सेवा करदियां भी थकावट तीन दिनां तों गुरमुख प्यारियो थकावट मरे आओ आपां थोड़ा समां हाजरी भर के गुरमुख प्यारियो गुरु दे चरणां दे विच फिर समाप्ति दे विच शामिल होणा आप दसवें पातशाह ने वचन कीता कि अकाल पुरख दे हुकम विच पंथ साजिया आग्या भई अकाल की ए अकाल पुरख दी आग्या होई है आप परमात्मा ने मैनू सजा के भेजिया सी के जाके पंथ साजना की ड्यूटी लगी सारे रसना सफली करियो पुत्र अपना बना के तैनू भेजदा पंथ सजावी दरबार अपना बना के पंथ सजावी दरबार अपना बना के
तैनु देना पुत्र अपना बाजे तैनु देना सुलाने कहता प्यार दी पंत सुनामी खालसा फिर प्यारे पंत सुनामी खालसा सरजी पंत सुनामी खालसा फिर प्यारे पंत सुनामी खालसा अपना सुख तुहे नवाजा पंथ परचुर करबे को साजा अकाल पुरख वाहिगुरु ने आप सजा के भेजिया धुर दरगाहों ड्यूटियां लगियां के पंथ साजना हालात की सी उदों दे मैं रात दे दीवान विच बेनती कीती सी गुरमुख प्यारे आउंदे सी जाबर जरवाने नादरे बदाली वर्गे लुट के लै जांदे सी इत्थों दियां जवानियां ते धन दौलत कोई राह रोकण वाला नहीं सी ए अमृत दी दात जो अज दे दिन सतगुर ने 1699 दी वैसाखी नूं बख्शिश कीती गुरमुख प्यारे उस अमृत दी ताकत ने फिर उन्हां जालमां जरवाणियां दा राह रोकिया मौत दा डर हर इंसान नूं लगदा इंसान तो बिना जानवरां पशु पंछियां नूं भी मौत दा डर लगदा ओ भी डरदे आ मौत तां मौत ऐसी गुरमुख प्यारियो पर जदों सतगुर ने खालसा साजिया अमृत दी दात बख्शी सच्चे पातशाह महाराज ने पंज ककारी मर्यादा बख्शिश कीती मौत दा डर चक दिता आ तख्त श्री दमदमा साहब दी धरती दा इतिहास है रात आपां बाबा दीप सिंह जी सरलथ जोधे धन धन बाबा दीप सिंह दे इतिहास दा संखेप मात्र सरवण कीता उन्हां दे जीवन नूं विचारिया किवें सिर तली ते रख के जोधे लड़दे गए मौत नूं मखौलां कीतियां मौत नूं डराया जिहड़ी मौत तों संसार डरदा उह गुरु के साजे नवाजे पंथ खालसा ने उस मौत नूं मूहरे लाया डराया उस मौत नूं तख्त श्री दमदमा साहब दी धरती दा इतिहास आपां दमदमा साहब दी धरती ते जुड़ बैठे हां इथे दे गुरमुख प्यारे इतिहासक गुरुद्वारियां दे तख्त साहब दे दर्शन कीते इथे नौवें पातशाह दे आस्थान मंजी साहब दे दर्शन कीते गुरमुख प्यारे इथे दमदमा स्थान दे दर्शन तख्त साहब दे दर्शन लिखणसर साहब दे दर्शन मातावां दे गुरुद्वारियां दे गुरुद्वारे दे दर्शन जंड साहब गुरुद्वारा साहब दे दर्शन उथे नाल ही तुसी दर्शन कीते गुरमुख प्यारियो बाबा वीर सिंह धीर सिंह दे स्थान ते दमदमा साहब दी धरती दे स्थान ओ गुरु दे पुत्रां दा जिन्हां नूं रंगरेटे गुरु के बेटे होण दा माण आ जिवें भाई जैता जी ने सेवा निभा के माण लिया सी सतगुर तों शीस लै के आए सन दिल्ली तों गुरमुख प्यारे आनंदपुर साहब दी धरती ते साथी नाल ला के मेरे गुरु गोबिंद सिंह सच्चे पातशाह ने आखिया सी रंगरेटे गुरु के बेटे माण बख्शिया
ਤੇ ਉਹਨਾਂ ਚੋਂ ਗੁਰਮੁਖ ਪਿਆਰਿਓ ਵੈਸੇ ਕੋਈ ਜਾਤ ਗੋਤ ਦੀ ਗੱਲ ਨਹੀਂ ਵੰਡੀਆਂ ਇਹ ਕੇਵਲ ਇਤਿਹਾਸ ਵਿੱਚ ਇਸ਼ਾਰੇ ਮਾਤਰ ਸਮਝਣ ਵਾਸਤੇ ਉਹਨਾਂ ਦੇ ਜੀਵਨ ਜਾਤਾਂ ਗੋਤਾਂ ਦਾ ਪੰਥ ਵਿੱਚ ਧਰਮ ਵਿੱਚ ਕੋਈ ਸਥਾਨ ਨਹੀਂ ਆ ਜਿਵੇਂ ਇੱਕੋ ਸਮੇਂ ਸਿੱਖ ਜਰਨੈਲ ਹੋਏ ਗੁਰਮੁਖ ਪਿਆਰਿਓ ਜਥੇਦਾਰ ਭਾਈ ਜੱਸਾ ਸਿੰਘ ਤੇ ਜਥੇਦਾਰ ਭਾਈ ਜੱਸਾ ਸਿੰਘ ਦੂਸਰਾ ਦੋਨੋਂ ਹੀ ਫਿਰ ਉਹਨਾਂ ਦੀ ਪਹਿਚਾਣ ਰੱਖਣ ਵਾਸਤੇ ਇੱਕ ਭਾਈ ਜੱਸਾ ਸਿੰਘ ਆਲੂ ਵਾਲੀ ਆ ਤੇ ਇੱਕ ਜੱਸਾ ਸਿੰਘ ਰਾਮਗੜੀਆ ਉਹਨਾਂ ਯੋਧਿਆਂ ਦਾ ਗੁਰਮੁਖ ਪਿਆਰਿਓ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਇਤਿਹਾਸ ਸਿਰਜਿਆ ਉਹਨਾਂ ਦੇ ਜੀਵਨ ਨੂੰ ਸਮਝਣ ਵੇਲੇ ਉਹਨਾਂ ਦੇ ਨਾਲ ਜਾਤਾਂ ਗੋਤਾਂ ਦਾ ਜ਼ਿਕਰ ਆਉਂਦਾ ਪਰ ਉਹ ਕੇਵਲ ਇਸ਼ਾਰੇ ਮਾਤਰ ਸਮਝਣ ਲਈ ਸਿੱਖ ਪੰਥ ਵਿੱਚ ਜਾਤ ਗੋਤ ਧਰਮ ਲਈ ਕੋਈ ਜਗ੍ਹਾ ਨਹੀਂ ਬਰਾਬਰਤਾ ਸਤਿਗੁਰ ਨੇ ਇੱਕ ਸੰਗਤ ਪੰਗਤ ਦਾ ਸਿਧਾਂਤ ਦੇ ਕੇ ਸਤਿਗੁਰ ਨੇ ਇੱਕ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਦੇ ਕੇ ਪਹਿਲਾਂ ਪੰਜ ਪੰਜ ਚੂਲੇ ਮਿਲਦੇ ਗੁਰਮੁਖ ਪਿਆਰਿਓ ਬਾਅਦ ਵਿੱਚ ਬਚਿਆ ਬਾਟੇ ਵਿੱਚ ਅੰਮ੍ਰਿਤ ਸਾਰਿਆਂ ਨੂੰ ਗੁਰਮੁਖ ਪਿਆਰਿਓ ਲਾਈਨ ਵਿੱਚ ਲਗਾ ਕੇ ਵਾਰੀ ਸਿਰ ਬਾਟੇ ਨੂੰ ਮੂੰਹ ਲਗਾ ਕੇ ਤੇ ਗੁਰਮੁਖ ਪਿਆਰਿਓ ਛਕਾਇਆ ਜਾਂਦਾ ਕਿਉਂ ਜਾਤਾਂ ਗੋਤਾਂ ਮਿਟਾਉਣ ਲਈ ਸਾਰੇ ਹੀ ਇੱਕ ਦੂਜੇ ਦਾ ਸ਼ਕਣਾ ਇਹ ਸਾਂਝੀ ਵਾਲਤਾ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਗੁਰਮੁਖ ਪਿਆਰਿਓ ਜੋ ਮਰਿਆਦਾਵਾਂ ਸਤਿਗੁਰ ਨੇ ਦਿੱਤੀਆਂ ਜਾਤਾਂ ਗੋਤਾਂ ਦਾ ਜ਼ਿਕਰ ਨਹੀਂ ਆ ਮੈਂ ਇਸ਼ਾਰੇ ਮਾਤਰ ਬੇਨਤੀ ਕਰ ਰਿਹਾ ਗੁਰਮੁਖ ਪਿਆਰਿਓ ਸਮਝਣ ਵਾਸਤੇ ਕਿ ਉਹ ਰੰਗਰੇਟੇ ਗੁਰੂ ਕੇ ਬੇਟੇ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਦਾ ਇਤਿਹਾਸ ਪੜੋ ਇਸ ਧਰਤੀ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਜੋ ਵਰਤਾਰਾ ਵਰਤਿਆ ਕਿਵੇਂ ਮੌਤ ਨੂੰ ਡਰਾਇਆ ਬੇਖੌਫ ਮੌਤ ਦਾ ਡਰ ਕੋਈ ਨਹੀਂ ਅਬ ਕੈਸੇ ਮਰੋ ਮਰਨ ਮਨ ਮਾਨਿਆ ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ ਗੁਰੂ ਦੇ ਰਾਹ ਤੇ ਚੱਲੇ ਬਾਣੀ ਬਾਣੀ ਦੇ ਧਾਰਨੇ ਨਿਤ ਨੇਮੀ ਗੁਰਸਿੱਖ ਮੌਤ ਦਾ ਡਰ ਨਹੀਂ ਜਿਸ ਮਰਨੇ ਤੇ ਜਗ ਡਰੈ ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ ਮਾਫ ਕਰਿਓ ਅੱਜ ਛੋਟੀਆਂ ਛੋਟੀਆਂ ਗੱਲਾਂ ਤੋਂ ਡਰ ਲੱਗਦਾ ਉਹਨਾਂ ਨੂੰ ਤੇ ਮੌਤ ਤੋਂ ਨੀ ਡਰ ਲੱਗਿਆ ਜਿਹੜੇ ਅੱਜ ਦੇ ਦਿਨ ਸਾਜੇ ਨਵਾਜੇ ਗਏ ਤੇ ਜਿਹੜਾ ਅੱਜ ਦੇ ਦਿਨ ਸਾਜਿਆ ਪੰਥ ਖਾਲਸਾ 1699 ਦੀ ਵਿਸਾਖੀ ਨੂੰ ਉਹਦੇ ਤੇ ਡਰ ਭੈ ਕਿਤੇ ਨੇੜੇ ਨਹੀਂ ਉਹਤੇ ਚਰਖੜੀਆਂ ਫਾਂਸੀਆਂ ਉਹਤੇ ਜਲਾਦਾਂ ਦੇ ਟੋਕੇ ਉਹਤੇ ਗੁਰਮੁਖ ਪਿਆਰੇ ਰੰਬੀਆਂ ਨਾਲ ਖੋਪੜ ਲਾ ਦੇਣੇ ਪਰ ਉੱਥੇ ਡਰ ਭੈ ਨਹੀਂ ਮੌਤ ਦਾ ਕਿਤੇ ਅੱਜ ਛੋਟੀਆਂ ਛੋਟੀਆਂ ਗੱਲਾਂ ਗੁਰਮੁਖ ਪਿਆਰਿਓ ਡਰਾਉਂਦੀਆਂ ਨੇ ਸਵਾਰਥ ਵਿੱਚ ਪਦਾਰਥ ਵਿੱਚ ਫਸਿਆ ਅੱਜ ਦਾ ਮਨੁੱਖ ਤੇ ਮਾਫ ਕਰਿਓ ਕੋਈ ਸਿੱਖ ਕਹਾਉਣ ਵਾਲਾ ਵੀ ਸਵਾਰਥਾਂ ਦੇ ਅੰਦਰ ਪਦਾਰਥਾਂ ਦੇ ਅੰਦਰ ਅੱਜ ਹੋਰ ਹੀ ਪਾਸੇ ਨੂੰ ਤੁਰ ਪੈਂਦਾ ਗੁਰਮੁਖ ਪਿਆਰਿਓ ਗੁਰੂ ਨੂੰ ਪਿੱਠ ਦੇ ਕੇ ਜੋ ਵਰਤਾਰਾ ਵਰਤ ਰਿਹਾ ਤੁਸੀਂ ਦੇਖ ਰਹੇ ਹੋ ਕਿੱਥੇ ਉਹ ਸਿੱਖ ਕਿੱਥੇ ਉਹ ਬਾਬਾ ਵੀਰ ਸਿੰਘ ਧੀਰ ਸਿੰਘ ਮੌਤ ਦਾ ਡਰ ਨਹੀਂ ਭੈ ਨਹੀਂ ਕੋਈ ਕਿੱਥੇ ਉਹ ਸਰਲੱਥ ਯੋਧੇ ਬਾਬਾ ਦੀਪ ਸਿੰਘ ਉਹ ਖਾਲਸਾ ਸਤਿਗੁਰ ਦਾ ਸਾਜਿਆ ਨਵਾਜਿਆ ਡਰ ਹੀ ਨਹੀਂ ਭੈ ਨਹੀਂ ਕੋਈ ਮੌਤ ਦਾ ਅੱਜ ਗੁਰਮੁਖ ਪਿਆਰਿਓ ਪਤਾ ਨੀ ਸੁੱਖ ਦੇ ਸਾਧਨ ਵੱਧ ਗਏ ਜਾਂ ਸਾਡੀ ਸ਼ਰਧਾ ਕਮਜ਼ੋਰ ਹੋ ਗਈ ਭਾਵਨਾ ਕਮਜ਼ੋਰ ਹੋ ਗਈ ਆ ਤਾਂ ਹੀ ਅੱਜ ਮੈਂ ਸਮਝਦਾ ਗੁਰਮੁਖ ਪਿਆਰਿਓ ਜੇ ਸਾਡੀ ਸ਼ਰਧਾ ਭਾਵਨਾ ਕਮਜ਼ੋਰ ਹੋਈ ਆ ਸਵਾਰਥ ਤੇ ਪਦਾਰਥ ਵਧਿਆ ਲੋਭ ਤੇ ਲਾਲਚ ਵਧਿਆ ਤਾਂ ਹੀ ਥਾਂ ਥਾਂ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਥਾਂ ਥਾਂ ਤੇ ਗਲੀਆਂ ਦੇ ਵਿੱਚ ਸਤਿਗੁਰ ਦੇ ਪਤਲੇ ਖਲਾਰੇ ਗਏ ਥਾਂ ਥਾਂ ਤੇ ਬੇਅਦਬੀ ਗੁਰਮੁਖ ਪਿਆਰਿਓ ਬੜਾ ਦੁੱਖ ਆਉਂਦਾ ਜਦੋਂ ਇਸ ਗੱਲ ਦਾ ਜ਼ਿਕਰ ਕਰਨਾ ਪੈਂਦਾ ਪਰ ਗੁਰਮੁਖ ਪਿਆਰਿਓ ਜੋ ਵਰਤਾਰਾ ਵਰਤਿਆ ਤੁਹਾਡੇ ਸਾਹਮਣੇ ਆ ਤੇ ਜੇਕਰ ਤਾਂ ਕਰਦੇ ਦੁੱਖ ਦੀ ਗੱਲ ਹੈ ਇਨਸਾਫ ਅੱਜ ਤੱਕ ਨਹੀਂ ਮਿਲਿਆ ਦੋਸ਼ੀ ਅੱਜ ਤੱਕ ਨਹੀਂ ਫੜੇ ਚਾਹੇ ਉਹ ਬਰਗਾੜੀ ਕਾਂਡ ਆ ਤੇ ਚਾਹੇ ਬਹਿਬਲ ਕਾਂਡ ਆ ਤੇ ਚਾਹੇ ਹੋਰ ਇਦਾਂ ਦੇ ਬਾਣੀ ਦੀ ਬੇਅਦਬੀ ਦੇ ਕਾਂਡ ਸਿੱਖਾਂ ਨੂੰ ਬੇਕਸੂਰਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰਨ ਦੇ ਕਾਂਡ ਚਾਹੇ ਉਹ ਲੁਧਿਆਣੇ ਦੀ ਧਰਤੀ ਭਾਈ ਦਰਸ਼ਨ ਸਿੰਘ ਲੋਹਾਰਾ ਤੇ ਚਾਹੇ ਉਹ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਗੁਰਦਾਸਪੁਰ ਤੇ ਚਾਹੇ ਉਹ ਗੁਰਮੁਖ ਪਿਆਰਿਓ ਭਾਈ ਕਮਲਜੀਤ ਸਿੰਘ ਸੁਨਾਮ ਇੱਥੋਂ ਹੀ ਜਾ ਰਿਹਾ ਸੀ ਗੁਰੂ ਕਾ ਯੋਧਾ 17 ਮਈ 2007 ਨੂੰ ਜਦੋਂ ਗੁਰਮੁਖ ਪਿਆਰਿਓ
ਡੇਰਾ ਸਰਸਾ ਦੇ ਖਿਲਾਫ ਹੁਕਮਨਾਮਾ ਸਾਹਿਬ ਜਾਰੀ ਹੋਇਆ ਸੀ ਇੱਥੋਂ ਬਾਈਕਾਟ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਿੰਘ ਸਾਹਿਬਾਨਾਂ ਨੇ ਹੁਕਮ ਜਾਰੀ ਕੀਤਾ ਪੰਥ ਦੀਆਂ ਭਾਵਨਾਵਾਂ ਅਨੁਸਾਰ ਇੱਥੇ ਪਹੁੰਚਿਆ ਸਿੱਖ ਜਦੋਂ ਵਾਪਸ ਜਾ ਰਿਹਾ ਸੀ ਰਾਹ ਵਿੱਚ ਵਿਰੋਧੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਇਆ ਪਰ ਦੋਸ਼ੀ ਸਾਰੇ ਪਹਿਲਾਂ ਸਰਕਾਰ ਨੇ ਬੜੀ ਮੁੜ ਕੇ ਅਦਾਲਤਾਂ ਨੇ ਬੜੀ ਕਰ ਦਿੱਤੇ ਕਿਸੇ ਨੂੰ ਕੋਈ ਸਜ਼ਾ ਨਹੀਂ ਇਨਸਾਫ਼ ਨਹੀਂ ਮਿਲਿਆ ਡੇਰਾ ਸਰਸਾ ਵਿਵਾਦ ਚ ਚਾਰ ਸਿੱਖ ਸ਼ਹੀਦ ਹੋਏ ਗੁਰਮੁਖ ਪਿਆਰਿਓ ਇਨਸਾਫ ਅੱਜ ਤੱਕ ਨਹੀਂ ਭਾਈ ਕਮਲਜੀਤ ਸਿੰਘ ਸੁਨਾਮ ਪਹਿਲਾ ਸ਼ਹੀਦ ਹੋਇਆ ਦੱਸੋ ਕਿਹੜੇ ਦੋਸ਼ੀ ਨੂੰ ਸਜ਼ਾ ਦਿੱਤੀ ਗਈ ਅਦਾਲਤਾਂ ਨੇ ਵੀ ਬਰੀ ਕਰ ਦਿੱਤਾ ਸਰਕਾਰਾਂ ਨੇ ਬਰੀ ਕਰ ਦਿੱਤਾ ਸਰਕਾਰਾਂ ਨੇ ਤੇ ਉਸ ਨੂੰ ਹੀ ਗੁਰਮੁਖ ਪਿਆਰਿਓ ਜਿਹਨੇ ਲਿਬਾਸ ਬਣਾ ਕੇ ਏਦਾਂ ਕੀਤਾ ਸਰਕਾਰ ਨੇ ਤੇ ਉਹਨੂੰ ਹੀ ਬਰੀ ਕਰ ਦਿੱਤਾ ਜਿਹੜਾ ਮੁਕਦਮਾ ਦਰਜ ਹੋਇਆ ਕੋਤਵਾਲੀ ਥਾਣਾ ਬਠਿੰਡਾ ਚ ਸਰਕਾਰ ਨੇ ਉਹੀ ਵਾਪਸ ਲੈ ਲਿਆ ਨੋਟਾਂ ਵੋਟਾਂ ਦੇ ਸਮਝੌਤੇ ਗੁਰਮੁਖ ਪਿਆਰਿਓ ਲੰਘ ਚੁੱਕੀ ਸਰਕਾਰ ਨੇ ਉਹ ਵੀ ਵਾਪਸ ਲੈ ਲਿਆ ਕਦੇ ਖਬਰਾਂ ਦਿਆ ਕਰਨ ਉਹ ਕੜਾਹਾ ਮਿਲ ਗਿਆ ਜੀ ਜਿਹ ਚ ਸ਼ਰਬਤ ਘੋਲਿਆ ਉਹ ਪੁਸ਼ਾਕ ਮਿਲ ਗਈ ਜੀ ਜਿਹੜੀ ਪਾਈ ਗਈ ਸੀ ਗੁਰਮੁਖ ਪਿਆਰਿਓ ਕਦੇ ਏਦਾਂ ਦੀਆਂ ਖਬਰਾਂ ਪਤਾ ਉਦੋਂ ਹੀ ਲੱਗਿਆ ਜਦੋਂ ਸਾਰਾ ਕੁਝ ਸਾਫ਼ ਕਰ ਦਿੱਤਾ ਚੋਰ ਕੁੱਤੀ ਰਲ ਗਏ ਇਨਸਾਫ ਦੇਣਾ ਸੀ ਜਿਨ੍ਹਾਂ ਨੇ ਉਹ ਵੀ ਗੁਰਮੁਖ ਪਿਆਰਿਓ ਪਹਿਰੇਦਾਰ ਵੀ ਚੋਰਾਂ ਨਾਲ ਰਲ ਗਏ ਸਰਕਾਰਾਂ ਵੀ ਰਲ ਗਈਆਂ ਪੰਥ ਦੇ ਠੇਕੇਦਾਰ ਕਹਾਉਂਦੇ ਵੀ ਰਲ ਗਏ ਤੇ ਉਹਨਾਂ ਦਾ ਰਲਣਾ ਅੱਜ ਤੁਹਾਡੇ ਸਾਹਮਣੇ ਆ ਰਿਹਾ ਜਦੋਂ ਉਹਨਾਂ ਦੀਆਂ ਸਟੇਜਾਂ ਤੇ ਜਾ ਕੇ ਬਹਿਣਾ ਤੇ ਉਹਨਾਂ ਦੇ ਪੈਰਾਂ ਵਿੱਚ ਜਾ ਕੇ ਮੱਥੇ ਟੇਕਣੇ ਪਖੰਡੀਆਂ ਦੇ ਕੋਲ ਜਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਪਿੱਠ ਦੇ ਕੇ ਗੁਰਮੁਖ ਪਿਆਰਿਓ ਸਾਰਾ ਕੁਝ ਵਰਤਾਰਾ ਤੁਹਾਡੇ ਸਾਹਮਣੇ ਵਰਤ ਰਿਹਾ ਤੇ ਫਿਰ ਕੀ ਫਿਰ ਗੁਰਮੁਖ ਪਿਆਰਿਓ ਸਰਕਾਰਾਂ ਬਣ ਗਈਆਂ ਫਿਰ ਜਿੱਤ ਗਏ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਪਿੱਠ ਦੇ ਕੇ ਜਿੱਤ ਗਏ ਫਿਰ ਗੁਰਮੁਖ ਪਿਆਰਿਓ ਵੋਟਾਂ ਲੈ ਕੇ ਪਖੰਡੀਆਂ ਦੇ ਪੈਰਾਂ ਚ ਖੁਰੜਿਆਂ ਚ ਨੱਕ ਰਗੜ ਕੇ ਫਿਰ ਜਿੱਤ ਗਏ ਗੁਰਮੁਖ ਪਿਆਰਿਓ ਆ ਤਲਵੰਡੀ ਸਾਬੋ ਦੀ ਧਰਤੀ ਇੱਥੇ ਹੀ ਜਿੱਤ ਪ੍ਰਾਪਤ ਨਹੀਂ ਹੋਈ ਬਾਕੀ ਆਸੇ ਪਾਸੇ ਦੇਖ ਲੋ ਕਿੱਥੇ ਗੁਰਮੁਖ ਪਿਆਰਿਓ ਕੋਈ ਜਿੱਤ ਮਿਲੀ ਕਿਤੇ ਬਣ ਗਈਆਂ ਸਰਕਾਰਾਂ ਗੁਰੂ ਗ੍ਰੰਥ ਪੰਥ ਨੂੰ ਅਕਾਲ ਤਖ਼ਤ ਸਾਹਿਬ ਨੂੰ ਪਿੱਠ ਦਿੱਤੀ ਗਈ ਮੈਂ ਤਾਂ ਬੇਨਤੀ ਕਰ ਰਿਹਾ ਜੀ ਸਵਾਰਥ ਤੇ ਪਦਾਰਥ ਭਾਰੂ ਹੋ ਗਏ ਸ਼ਰਧਾ ਭਾਵਨਾ ਕਮਜ਼ੋਰ ਹੋ ਗਈ ਲੋਭ ਤੇ ਲਾਲਚ ਵੱਧ ਗਏ ਆ ਅੱਜ ਸਾਡੇ ਚ ਉਹ ਤਾਕਤ ਉਹ ਭਾਵਨਾ ਨਹੀਂ ਆ ਉਹਨਾਂ ਸਿੱਖਾਂ ਚ ਭਾਵਨਾ ਸੀ ਤਾਂ ਬੰਦ ਬੰਦ ਕੱਟੀ ਦੇ ਗਏ ਬਾਣੀ ਪੜ੍ਹਦੇ ਗਏ ਡੋਲੇ ਨਹੀਂ ਖੋਪੜਾ ਲਹਿੰਦਾ ਗਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਉਹਨਾਂ ਦੀ ਭਾਵਨਾ ਸੀ ਗੁਰਮੁਖ ਪਿਆਰੇ ਉਹ ਡੋਲੇ ਨਹੀਂ ਉਹਨਾਂ ਨੂੰ ਫਾਂਸੀਆਂ ਤੇ ਚਾੜ ਦਿੱਤਾ ਫਾਂਸੀਆਂ ਦੇ ਰੱਸੇ ਚੁੰਮ ਲਏ ਡੋਲੇ ਨਹੀਂ ਭਾਵਨਾ ਸੀ ਸ਼ਰਧਾ ਸੀ ਉਹਨਾਂ ਚ ਉਹਨਾਂ ਨੂੰ ਚਰਖੜੀਆਂ ਤੇ ਚਾੜ ਦਿੱਤਾ ਗਿਆ ਅੱਜ ਦੇ ਦਿਨ ਸਾਜਿਆ ਨਵਾਜਿਆ ਪੰਥ ਖਾਲਸਾ ਗੁਰਮੁਖ ਪਿਆਰਿਓ ਡੋਲਿਆ ਨਹੀਂ ਸੂਰਾ ਸੋ ਪਹਿਚਾਨੀਆਂ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛੱਡ ਖੇਤ ਜਿਹੜੇ ਕਰਮ ਧਰਮ ਤੇ ਪੂਰੇ ਗੁਰੂ ਦੇ ਰਾਹ ਤੇ ਚੱਲਣ ਵਾਲੇ ਮਨ ਵਿੱਚ ਸਤਿਗੁਰ ਕੈ ਪਾਸ ਤੇ ਸੇਵਕ ਕਾਰਜ ਰਾਜ ਨਾ ਮਨ ਵਿੱਚ ਆ ਸਤਿਗੁਰ ਨੂੰ ਸਮਰਪਿਤ ਹੋਏ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨਾ ਉਹਨਾਂ ਨੂੰ ਤੇ ਚਰਖੜੀਆਂ ਆਰੇ ਰੰਬੀਆਂ ਦੇ ਖੋਪਰ ਮੀਰ ਮੰਨੂ ਦੀਆਂ ਜੇਲਾਂ ਉਹਨਾਂ ਨੂੰ ਡਰਾ ਨਹੀਂ ਸਕੀਆਂ ਜਿਨ੍ਹਾਂ ਅੱਜ ਦੇ ਦਿਨ ਜੀਵਨ ਚ ਕ੍ਰਾਂਤੀ ਲਿਆਂਦੇ ਗੁਰੂ ਦੀ ਬਖਸ਼ਿਸ਼ ਲੈ ਕੇ ਤਬਦੀਲੀ ਲਿਆਂਦੀ ਗੁਰੂ ਵਾਲੇ ਬਣ ਗਏ ਉਹਨਾਂ ਨੇ ਤੇ ਫਿਰ ਗੁਰਮੁਖ ਪਿਆਰੇ ਸਿੱਖੀ ਸਿਦਕ ਧਰਮ ਨਹੀਂ ਹਾਰਿਆ ਜੋ ਉਹਨਾਂ ਨੇ ਅਰਦਾਸ ਵਿੱਚ ਮੰਗਿਆ ਸੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਭਰੋਸਾ ਦਾਨ ਨਾਮ ਦਾਨ ਦਾਨਾ ਸਰਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਕੇ ਦਰਸ਼ਨ ਇਸ਼ਨਾਨ ਜੋ ਉਹਨਾਂ ਨੇ ਮੰਗਿਆ ਸੀ ਗੁਰਮੁਖ ਪਿਆਰੇ ਸਤਿਗੁਰ ਸੱਚੇ ਪਾਤਸ਼ਾਹ ਤੋਂ ਬਖਸ਼ਾਂ ਲਈਆਂ ਬਾਣੀ ਬਾਣੀ ਨਾਲ ਜੁੜ ਕੇ ਗੁਰੂ ਦੇ ਰਾਹ ਤੇ ਚੱਲ ਕੇ ਨਹੀਂ ਡੋਲੇ ਬੰਦ ਬੰਦ ਵੀ ਕੱਟੇ ਗਏ ਪੁਰਜਾ ਪੁਰਜਾ ਵੀ ਹੋਏ ਚਰਖੜੀਆਂ ਤੇ ਵੀ ਚੜੇ ਪਰ ਸਿੱਖੀ ਸਿਦਕ ਧਰਮ ਨਹੀਂ ਹਾਰਿਆ ਪੜ ਵੀ ਲਿਓ ਪਿਆਰ ਵਿੱਚ ਸਾਰੇ ਰਸਨਾ ਸਫਲੀ ਕਰਿਓ
ਸਤਿਗੁਰ ਦੀ ਬਾਣੀ ਸਤਿਗੁਰ ਦਾ ਇਤਿਹਾਸ ਸਤਿਗੁਰ ਦੇ ਚਰਨਾਂ ਚ ਨਿਤ ਹੁੰਦੀ ਅਰਦਾਸ ਤੇ ਅਰਦਾਸ ਦੇ ਬੋਲ ਆਪਾਂ ਸਾਂਝੇ ਵੀ ਕਰ ਲਈ ਗੁਰਮੁਖ ਪਿਆਰੇ ਬਾਣੀ ਦੇ ਬੋਲ ਸੂਰਾ ਸੋ ਪਹਿਚਾਨੀਆਂ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡ ਖੇਤ ਆਓ ਸਾਰੇ ਰਸਨਾ ਸਫਲੀ ਕਰਿਓ ਕੋਈ ਵਾਂਝੀ ਨਾ ਰਹੇ ਰਸਨਾ ਭਾਵੇਂ ਥਕਾਵਟ ਹੈ ਮੈਂ ਬਾਰ ਬਾਰ ਬੇਨਤੀ ਤਾਂ ਕਰ ਰਿਹਾ ਸਾਰੇ ਗੱਜ ਵੱਜ ਕੇ ਚੜ੍ਹਦੀ ਕਲਾ ਦੇ ਨਾਲ ਗੁਰਮੁਖ ਪਿਆਰਿਓ ਹਾਜ਼ਰੀ ਵਿਸਾਖੀ ਦੇ ਦਿਹਾੜੇ ਤੇ ਲਾਉਣੀ ਹੈ ਕੋਈ ਰਸਨਾ ਵਾਂਝੀ ਨਾ ਰਹੇ ਸਤਿਗੁਰ ਦੀ ਅਰਦਾਸ ਦੇ ਬੋਲ ਬਾਣੀ ਦੇ ਬੋਲ ਗੁਰਮੁਖ ਪਿਆਰੇ ਉਹਨਾਂ ਨੇ ਸਿੱਖੀ ਸਿਦਕ ਨਿਭਾਇਆ ਧਰਮ ਨਹੀਂ ਹਾਰਿਆ ਉਹ ਡੋਲੇ ਨਹੀਂ ਉਹਨਾਂ ਦੀਆਂ ਹੀ ਅਰਦਾਸਾਂ ਕਰਦੇ ਆ ਅੱਜ ਗੁਰਮੁਖ ਪਿਆਰੇ ਉਹਨਾਂ ਗੁਰਸਿੱਖਾਂ ਤਾਂ ਜਿਹੜੇ ਗੁਰੂ ਵਾਲੇ ਬਣੇ ਅੱਜ ਅੰਮ੍ਰਿਤ ਦੀ ਦਾਤ ਲਈ ਖਾਲਸਾ ਬਣੇ ਗੁਰਮੁਖ ਪਿਆਰੇ ਜੋ ਖਾਲਸਾ ਸਤਿਗੁਰ ਨੇ ਸਾਜਿਆ ਨਵਾਜਿਆ ਉਹ ਤਾਂ ਸਿੱਖੀ ਸੁਧ ਤੇ ਧਰਮ ਨਹੀਂਓ ਹਾਰਿਆ ਪੁਰਜਾ ਪੁਰਜਾ ਹੋ ਗਏ ਸੂਰ ਮੇਂ ਸੁਧ ਤੇ ਧਰਮ ਨਹੀਂਓ ਹਾਰਿਆ ਪੁਰਜਾ ਪੁਰਜਾ ਹੋ ਗਏ ਸੂਰ ਮੇਂ ਧਰਮ ਛੜਖੜੀਆਂ ਤੇ ਚੜ੍ਹ ਕੇ ਸੂਰ ਚੜਖੜੀਆਂ ਤੇ ਚੜ੍ਹ ਕੇ ਸੂਰ ਇਤਿਹਾਸ ਵੱਲ ਨਿਗਾਹ ਮਾਰੋ ਜਰਾ ਅੱਜ ਦੇ ਦਿਨ ਸਾਜਿਆ ਜੋ ਖਾਲਸਾ ਸਤਿਗੁਰ ਨੇ ਸਾਜ ਕੇ ਨਵਾਜਿਆ ਉਹ ਚਰਖੜੀਆਂ ਤੇ ਚੜਿਆ ਉਹਨੇ ਬੰਦ ਬੰਦ ਕਟਾਏ
ਉਹਨੇ ਖੋਪੜੇ ਲੁਹਾਏ ਉਹਨੇ ਮੀਰ ਮੰਨੋ ਦੀ ਜੇਲ ਵਿੱਚ ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ ਪਰ ਧਰਮ ਨਹੀਂ ਆ ਰਿਹਾ ਉਹ ਖਾਲਸਾ ਕਿਸੇ ਲੋਭ ਲਾਲਚ ਵਿੱਚ ਨਹੀਂ ਆਇਆ ਉਹ ਹੈ ਖਾਲਸਾ ਮਾਫ ਕਰਿਓ ਅੱਜ ਲੋਭ ਲਾਲਚਾਂ ਦੇ ਵਿੱਚ ਆ ਕੇ ਖਾਲਸਤਾਈ ਨੂੰ ਪਿੱਠ ਦਿੱਤੀ ਜਾ ਰਹੀ ਹੈ ਅੱਜ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪਾਵਨ ਹੁਕਮਨਾਮਾ ਜਿਹਦੇ ਤੇ ਸਾਡੇ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ ਅੱਜ ਉਹਦੇ ਤੋਂ ਬੇਮੁਖ ਹੋਣਾ ਤੇ ਮਾਫ ਕਰਿਓ ਨੋਟਾਂ ਵੋਟਾਂ ਦੇ ਸਮਝੌਤੇ ਤੇ ਕਦੇ ਮਾਫ਼ੀਨਾਮਾ ਜਾਰੀ ਤੇ ਕਦੇ ਮਾਫ਼ੀਨਾਮਾ ਰੱਦ ਜਦੋਂ ਪੰਥੇ ਖੜਾ ਕੇ ਖੜ ਗਿਆ ਕਿ ਅਸੀਂ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਦੇ ਅਸੀਂ ਤੇ ਉਸ ਹੁਕਮਨਾਮੇ ਨੂੰ ਸਮਰਪਿਤ ਹਾਂ ਜਿਹੜਾ 17 ਮਈ 2007 ਨੂੰ ਇਸ ਪਾਵਨ ਤਖ਼ਤ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੋਂ ਜਾਰੀ ਹੋਇਆ ਇਸ ਗੁਰੂ ਕਾਸ਼ੀ ਤੋਂ ਇਸ ਪਾਵਨ ਤਖ਼ਤ ਤੋਂ ਜਾਰੀ ਹੋਇਆ ਅਸੀਂ ਉਸ ਨੂੰ ਸਮਰਪਿਤ ਹਾਂ ਜਿਸ ਪਾਵਨ ਹੁਕਮ ਤੇ ਪਹਿਰਾ ਦਿੰਦੇ ਆ ਸਾਡੇ ਸਿੰਘਾਂ ਦੀਆਂ ਸ਼ਹਾਦਤਾਂ ਉਧਰ ਹੁਕਮ ਜਾਰੀ ਹੋਇਆ ਨਾਲ ਦੀ ਨਾਲ ਸ਼ਹਾਦਤਾਂ ਭਾਈ ਕਮਲਜੀਤ ਸਿੰਘ ਸੁਣਾ ਮਾਫ ਕਰਿਓ ਪੰਥੇ ਕੁਡਾ ਕੇ ਖੜ ਗਿਆ ਇਹ ਮਾਫ਼ੀਨਾਮਾ ਪ੍ਰਵਾਨ ਨਹੀਂ ਕੌਣ ਆਇਆ ਮਾਫ਼ੀ ਮੰਗਣ ਵਾਸਤੇ ਕੌਣ ਲਿਆਇਆ ਮਾਫ਼ੀਨਾਮਾ ਕਿਵੇਂ ਦਿੱਤੀ ਜਾ ਰਹੀ ਮਾਫ਼ੀ ਕੀ ਗੁਨਾਹ ਤੇ ਕਿਵੇਂ ਵਿਚਾਰਿਆ ਤੇ ਕੀ ਸਜ਼ਾ ਕੁਛ ਵੀ ਨਹੀਂ ਗੁਰਮੁਖ ਪਿਆਰੇ ਮਾਫ਼ੀਨਾਮੇ ਦੀ ਚਿੱਠੀ ਵਾਲੇ ਨੇ ਕਹਿ ਦਿੱਤਾ ਵੀ ਮੈਂ ਤੇ ਮੰਗੀਓ ਨਹੀਂ ਤੇ ਦੇਣ ਵਾਲੇ ਫਿਰ ਜੋ ਹਾਸਲ ਹੋਇਆ ਤੁਹਾਡੇ ਸਾਹਮਣੇ ਹੀ ਹੈ ਆ ਹੁਣ ਮਾੜੇ ਜਿਹਾ ਗੁਰਮੁਖ ਪਿਆਰਿਓ ਪਰਤਾਂ ਖੁੱਲਣ ਲੱਗੀਆਂ ਨੇ ਉਹਨਾਂ ਚੋਂ ਇੱਕ ਉਸ ਵੇਲੇ ਤੇ ਨਹੀਂ ਸੀ ਜਦੋਂ ਇਹ ਪਾਵਨ ਹੁਕਮ ਜਾਰੀ ਹੋਇਆ ਆਪਾਂ ਤੇ ਸਭ ਇੱਥੇ ਹੀ ਸਾ ਗੁਰਮੁਖ ਪਿਆਰੇ ਪਿਛਲੇ 20 ਸਾਲਾਂ ਤੋਂ ਜਿੱਥੇ ਦੇਸਾਂ ਪ੍ਰਦੇਸਾਂ ਤੋਂ ਦਿਨ ਰਾਤ ਸੇਵਾ ਉੱਥੇ ਇਸ ਪਾਵਨ ਤਖ਼ਤ ਤੇ ਤਖ਼ਤ ਦਾ ਇਲਾਕਾ ਔਰ ਜੋ ਇੱਥੇ ਵਰਤਾਰਾ ਵਰਤਦਾ ਗੁਰਮੁਖ ਪਿਆਰੇ ਪਰ ਬਾਅਦ ਵਿੱਚ ਜਦੋਂ ਮਾਫ਼ੀਨਾਮਾ ਜਾਰੀ ਕੀਤਾ ਗਿਆ ਉਹਦੇ ਵਿੱਚ ਹਾਜ਼ਰ ਤੇ ਉਹਨਾਂ 5 ਸਿੰਘ ਸਾਹਿਬਾਨਾਂ ਚ ਜਿਨ੍ਹਾਂ ਨੂੰ ਕੌਮ ਨੇ ਏਡਾ ਵੱਡਾ ਮਾਣ ਤਖ਼ਤਾਂ ਦੇ ਜਥੇਦਾਰਾਂ ਦੇ ਰੁਤਬੇ ਸਿੰਘ ਸਾਹਿਬਾਨਾਂ ਦਾ ਮਾਣ ਪਰ ਮਾਫ਼ੀਨਾਮਾ ਪੰਥ ਵਿਰੋਧੀ ਨੂੰ ਪਿੱਠ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉਸ ਪਾਵਨ ਹੁਕਮ ਨੂੰ ਕਿਸੇ ਸਾਜ਼ਿਸ਼ ਦੇ ਤਹਿਤ ਉਸ ਵੇਲੇ ਤੇ ਜਾਰੀ ਤੇ ਅੱਜ ਉਹਦੀਆਂ ਪਰਤਾਂ ਖੁੱਲਣ ਲੱਗੀਆਂ ਉਹਨਾਂ ਚੋਂ ਇੱਕ ਭਾਈ ਗੁਰਮੁਖ ਸਿੰਘ ਕਹਿ ਰਹੇ ਆ ਤੁਸੀਂ ਸੁਣਿਆ ਹੁਣ ਕਿ ਸੱਚ ਸਾਹਮਣੇ ਆਵੇ ਮੈਂ ਇੱਕ ਦੋ ਦਿਨਾਂ ਦੇ ਵਿਚਾਰਾਂ ਦਾ ਜ਼ਿਕਰ ਕਰਾਂ ਕਹਿੰਦੇ ਮਰਿਆਦਾ ਕਮੇਟੀ ਬਣਾਓ ਤੇ ਸੱਚ ਸਾਹਮਣੇ ਲਿਆਓ ਕਿ ਉਹ ਚਿੱਠੀ ਲੈ ਕੇ ਕੌਣ ਆਇਆ ਸੀ ਕਿਹਨੇ ਲਿਆਂਦੀ ਉਹ ਚਿੱਠੀ ਮਾਫ਼ੀਨਾਮੇ ਵਾਲੀ ਕਿਵੇਂ ਦਿੱਤੀ ਗਈ ਮਾਫ਼ੀ ਸੱਚ ਸਾਹਮਣੇ ਆਉਣਾ ਚਾਹੀਦਾ ਸਾਰਾ ਪੰਥ ਚਾਹੁੰਦਾ ਵਾਕਿਆ ਆਉਣਾ ਚਾਹੀਦਾ ਸੱਚ ਸਾਹਮਣੇ ਗੱਲ ਕਿੱਥੋਂ ਤੁਰੀ ਇਹ ਗੁਰੂ ਸਾਹਿਬ ਦੇ ਇਤਿਹਾਸ ਨੂੰ ਜਿਸ ਵੇਲੇ ਇਸ ਤਰੀਕੇ ਦੇ ਨਾਲ ਸੁਣਾਇਆ ਗਿਆ ਸੰਗਤਾਂ ਦੇ ਹਿਰਦੇ ਬਲੂੰਦਰੇ ਗਏ ਦੁਨੀਆਂ ਦੇ ਵਿੱਚ ਆਵਾਜ਼ ਉੱਠੀ ਕਿ ਕੋਈ ਕਥਾ ਕੀਰਤਨੀਆਂ ਜਾਂ ਕੋਈ ਸੰਤ ਬਾਬਾ ਰਾਗੀ ਢਾਡੀ ਪ੍ਰਚਾਰ ਇਹੋ ਜਿਹੇ ਲਫ਼ਜ਼ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੇ ਗੁਰੂ ਗੋਬਿੰਦ ਸਿੰਘ ਦੇ ਮਾਤਾ ਮਾਤਾ ਗੁਜਰ ਕੌਰ ਇਹ ਗੁਰੂ ਘਰ ਦੇ ਵਿੱਚ ਆਉਂਦੇ ਦਸਵੰਦ ਦੇ ਬਾਬਤ ਇਦਾਂ ਦੇ ਸ਼ਰਧਾ ਭਾਵਨਾ ਨਾਲ ਕੀਤੀ ਭੇਟਾ ਦੇ ਪ੍ਰਥਾ ਇਹੋ ਜਿਹੇ ਲਫ਼ਜ਼ ਵਰਤੇ ਤੇ ਫਿਰ ਜਦੋਂ ਅਸੀਂ ਤੁਹਾਡੀ ਦਿੱਤੀ ਤਾਕਤ ਸਰਬੱਤ ਖਾਲਸਾ ਦੇ ਰਾਹੀਂ ਤਲਬ ਕੀਤਾ ਨਹੀਂ ਹਾਜ਼ਰੀ ਸਾਡੇ ਕੋਲ ਵੀ ਆ ਚਿੱਠੀਆਂ ਵਾਲੀਆਂ ਗੱਲਾਂ ਵਿਚੋਲੇ
ਅਸੀਂ ਕਿਹਾ ਉਹ ਹੋਰ ਆ ਜਿਹੜੇ ਵਿਚੋਲਿਆਂ ਦੀ ਸੁਣਦੇ ਜਾਂ ਚਿੱਠੀਆਂ ਤੇ ਮਾਫੀਆਂ ਇਹ ਸਰਬੱਤ ਖਾਲਸਾ ਵੱਲੋਂ ਨਹੀਂ ਅਸੀਂ ਪੰਥ ਦੇ ਸੇਵਾਦਾਰ ਪੰਥ ਨੇ ਸੇਵਾ ਦਿੱਤੀ ਆ ਸਾਡਾ ਨਿੱਜੀ ਤੌਰ ਤੇ ਕਿਸੇ ਸਿਆਸੀ ਪਾਰਟੀ ਨਾਲ ਵਿਰੋਧ ਨਹੀਂ ਕਿਸੇ ਦੇ ਮੈਂਬਰ ਨਹੀਂ ਪਰ ਸੱਚ ਜਿਹੜਾ ਉਹ ਅਸੀਂ ਪੰਥ ਦੇ ਸਾਹਮਣੇ ਰੱਖਣਾ ਫਿਰ ਵਿਚੋਲਗੀਆਂ ਦੂਜੇ ਪਾਸੇ ਸਿਰੇ ਚੜ ਗਈਆਂ ਤੇ ਫਿਰ ਗੁਰਮੁਖ ਪਿਆਰਿਓ ਮਾਫ਼ੀਨਾਮਾ ਜਾਰੀ ਹੋ ਗਿਆ ਚਿੱਠੀ ਦੇ ਉੱਤੇ ਜਿਵੇਂ ਸੌਦਾ ਸਾਧ ਨੂੰ ਹੋਇਆ ਉਸੇ ਤਰ੍ਹਾਂ ਚਿੱਠੀ ਦੇ ਉੱਤੇ ਮਾਫ਼ੀਨਾਮਾ ਗੁਰੂ ਸਾਹਿਬ ਦਾ ਇਤਿਹਾਸ ਅਖੇ ਜੀ ਇਤਿਹਾਸਕ ਹਵਾਲੇ ਦੇ ਕੇ ਮਾਫ਼ੀ ਭੇਜੀ ਅਤੇ ਪੰਜ ਸਿੰਘ ਸਾਹਿਬਾਨਾਂ ਨੇ ਪ੍ਰਵਾਨ ਕਰ ਲਈ ਤੇ ਸੱਚ ਤੁਹਾਡੇ ਸਾਹਮਣੇ ਆ ਪੰਜਾਂ ਚੋਂ ਇੱਕ ਭਾਈ ਗੁਰਮੁਖ ਸਿੰਘ ਨੇ ਕਹਿ ਦਿੱਤਾ ਕਹਿੰਦੇ ਮੇਰੀ ਤੇ ਸਹਿਮਤੀ ਕੋਈ ਨੀ ਮੈਂ ਤੇ ਚਿੱਠੀ ਦੇਖੀ ਵੀ ਨਹੀਂ ਆ ਨਾ ਮੈਨੂੰ ਪਤਾ ਉਹ ਚ ਲਿਖਿਆ ਕੀ ਆ ਆਈ ਵੀ ਕਿ ਨਹੀਂ ਆ ਨਾ ਸਾਨੂੰ ਦਿਖਾਈ ਨਾ ਪੜ੍ਹਾਈ ਮਾਫ਼ੀਨਾਮੇ ਤੇ ਕਹਿੰਦੇ ਸਾਈਨ ਕਰ ਦਿਓ ਤਾਂ ਕਿਵੇਂ ਕਰ ਦਈਏ ਕਿਉਂਕਿ ਹੁਣ ਪੰਥ ਜਾਗਰੂਕ ਹੋਇਆ ਇੱਕ ਡਾ ਕੇ ਖੜਦਾ ਤੇ ਹੁਣ ਸੋਚਣਾ ਪਊਗਾ ਹੁਣ ਇਹ ਤੇ ਗੱਲ ਨੀ ਜੋ ਮਰਜ਼ੀ ਕਰ ਦਿੱਤਾ ਤੇ ਪੰਥ ਨੇ ਸਿਰ ਸਿੱਟ ਕੇ ਪ੍ਰਵਾਨ ਕਰ ਲੈਣਾ ਮਾਫ਼ੀਨਾਮਾ ਹੋਇਆ ਸੀ 24 ਸਤੰਬਰ 2015 ਨੂੰ ਨਹੀਂ ਪੰਥ ਨੇ ਪ੍ਰਵਾਨ ਕੀਤਾ ਤੇ ਫਿਰ 16 ਅਕਤੂਬਰ ਨੂੰ ਵਾਪਸ ਵੀ ਲੈਣਾ ਪਿਆ 2015 ਚ ਜਦੋਂ ਬਾਅਦ ਵਿੱਚ ਸਰਬੱਤ ਖਾਲਸਾ ਹੋਇਆ ਪਰ ਉਸ ਮਾਫ਼ੀਨਾਮੇ ਤੋਂ ਬਾਅਦ ਹਾਲਾਤ ਇੱਦਾਂ ਦੇ ਪੈਦਾ ਹੋਏ ਪੰਥ ਵਿੱਚ ਇਹੋ ਜਿਹਾ ਖਿਆਲ ਕਿ ਪੰਥ ਦੇ ਸੇਵਾਦਾਰ ਪੰਥ ਦੇ ਹੱਕ ਵਿੱਚ ਭੁਗਤਣ ਪੰਥ ਦੇ ਜਥੇਦਾਰ ਸਿੰਘ ਸਹਿਬਾਨ ਪੰਥ ਦੇ ਹੱਕ ਵਿੱਚ ਭੁਗਤਣ ਪੰਥ ਦੇ ਖਿਲਾਫ ਨਹੀਂ ਪੰਥ ਖੜਾ ਹੋਇਆ ਤੇ ਫਿਰ ਗੁਰਮੁਖ ਪਿਆਰਿਓ ਉਸ ਵਿਦਰੋਸ ਰੋਸ ਦੇ ਸਾਹਮਣੇ ਮਾਫ਼ੀਨਾਮਾ ਵਾਪਸ ਹੋਇਆ ਮੈਂ ਬੇਨਤੀ ਕਰਾਂ ਗੁਰਮੁਖੋ ਤਖਤਾਂ ਦੇ ਹੁਕਮ ਕਦੇ ਵਾਪਸ ਨਹੀਂ ਲਏ ਜਾਂਦੇ ਤੇ ਮਜ਼ਾਕ ਬਣਾਉਣ ਵਾਲੀ ਗੱਲ ਹੁਕਮ ਕੀਤੇ ਹੀ ਉਦਾਂ ਦੇ ਜਾਂਦੇ ਆ ਜਿਹੜੇ ਪੱਥਰ ਤੇ ਲੀਕ ਹੋਣ ਪਾਣੀ ਤੇ ਲੀਕ ਨਹੀਂ ਤੇ ਫਿਰ ਬਦਲ ਦਿਓ ਕੋਈ ਗੱਲ ਨੀ ਪਿਓ ਦਾ ਹੀ ਰਾਜ ਆ ਜਿੱਦਾਂ ਮਰਜ਼ੀ ਕਰ ਏਡੇ ਵੱਡੇ ਸਾਡੇ ਉੱਚੇ ਤਖਤ ਸਤਿਗੁਰ ਦੇ ਬਖਸ਼ੇ ਤੇ ਏਡੇ ਵੱਡੇ ਉੱਚੇ ਰੁਤਬੇ ਉਹਨਾਂ ਤਖਤਾਂ ਦੇ ਸੇਵਾਦਾਰ ਜਥੇਦਾਰ ਹੋਣ ਦਾ ਮਾਣ ਸੇਵਾਦਾਰ ਪੰਥ ਦੇ ਕੌਮ ਦੇ ਤਖਤ ਕੌਮ ਦੇ ਤੇ ਫੈਸਲਾ ਕੌਮ ਦੇ ਵਿਰੋਧੀਆਂ ਦੇ ਹੱਕ ਵਿੱਚ ਨਹੀਂ ਪੰਥ ਨੇ ਪ੍ਰਵਾਨ ਕੀਤਾ ਨਾ ਕਰਨਾ ਅੱਜ ਚਿੱਠੀ ਦੇ ਉੱਤੇ ਦੂਜੇ ਮਾਫ਼ੀਨਾਮੇ ਦੀ ਗੱਲ ਚੱਲੀ ਗੁਰਮੁਖ ਪਿਆਰਿਓ ਪੰਜਾਂ ਚੋਂ ਇੱਕ ਕਹਿ ਰਿਹਾ ਦੇਖੋ ਔਰ ਏਡੀ ਵੱਡੀ ਪਦਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਏਡਾ ਵੱਡਾ ਮਾਣ ਕਹਿ ਰਹੇ ਪੰਜ ਸਿੰਘ ਸਾਹਿਬਾਨਾਂ ਨੇ ਪ੍ਰਵਾਨ ਕਰ ਲਿਆ ਵੀਡੀਓ ਤੁਸੀਂ ਸਰਵਣ ਕੀਤੀ ਆ ਏਡਾ ਵੱਡਾ ਝੂਠੋ ਵੀ ਅਕਾਲ ਤਖ਼ਤ ਸਾਹਿਬ ਤੇ ਬੈਠ ਕੇ ਵੀ ਪੰਜ ਸਿੰਘ ਸਾਹਿਬਾਨਾਂ ਨੇ ਮਾਫ਼ੀਨਾਮਾ ਪ੍ਰਵਾਨ ਕਰ ਲਿਆ ਪੰਜਾਂ ਚੋਂ ਇੱਕ ਆਪਣੀ ਰਹਿਸ਼ ਤੇ ਜਾ ਕੇ ਕਹਿ ਰਿਹਾ ਕਿ ਅਸੀਂ ਤੇ ਪ੍ਰਵਾਨ ਕੀਤਾ ਹੀ ਨਹੀਂ ਨਾ ਸਾਨੂੰ ਚਿੱਠੀ ਪੜ੍ਹਾਈ ਨਾ ਵਿਖਾਈ ਕਿੱਦਾਂ ਦੇ ਹਾਲਾਤ ਪੈਦਾ ਕੀਤੇ ਜਾ ਰਹੇ ਕੌਣ ਲੋਕ ਹੈ ਪੰਥ ਵਿਰੋਧੀ ਜਿਹੜੇ ਇਹੋ ਜਿਹੇ ਵਰਤਾਰੇ ਵਰਤਾ ਰਹੇ ਆ ਤਾਂ ਕਿ ਗੁਰੂ ਗ੍ਰੰਥ ਪੰਥ ਤੋਂ ਸਾਡਾ ਸਾਡੇ ਤਖਤਾਂ ਤੋਂ ਸਾਡਾ ਵਿਸ਼ਵਾਸ ਜਿਹੜਾ ਉਹਨੂੰ ਘਟਾਇਆ ਜਾਵੇ ਬੜੀਆਂ ਵੱਡੀਆਂ ਸਾਜ਼ਸਾਂ ਨੇ ਪਰ ਗੁਰਮੁਖੋ ਅਸੀਂ ਤਖਤਾਂ ਨੂੰ ਸਮਰਪਿਤ ਆ ਚਾਹੇ ਉਹ ਤਖ਼ਤ ਸ੍ਰੀ ਦਮਦਮਾ ਸਾਹਿਬ ਆ ਚਾਹੇ ਸ੍ਰੀ ਅਕਾਲ ਤਖ਼ਤ ਸਾਹਿਬ ਚਾਹੇ ਕੇਸਗੜ੍ਹ ਸਾਹਿਬ ਤੇ ਚਾਹੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੇ ਚਾਹੇ ਹਰਿਮੰਦਰ ਜੀ ਪਟਨਾ ਸਾਹਿਬ ਅਸੀਂ ਤਖ਼ਤਾਂ ਨੂੰ ਸਮਰਪਿਤ ਆ ਤੇ ਸਮਰਪਿਤ ਰਹਿਣਾ ਸੇਵਾਦਾਰ ਤੋਂ ਗੁਰਮੁਖ ਪਿਆਰਿਓ ਵਾਧਾ ਘਾਟਾ ਕਰੇ ਉਹਨੂੰ ਬਦਲਿਆ ਜਾ ਸਕਦਾ ਪਰ ਇਹ ਨਹੀਂ ਕਿ ਸੇਵਾਦਾਰਾਂ ਦੇ ਕਰਕੇ ਅਸੀਂ ਤਖ਼ਤਾਂ ਤੋਂ ਟੁੱਟ ਜਾਣਾ ਨਹੀਂ ਗੁਰਮੁਖ ਪਿਆਰਿਓ ਜੇ ਸਕੂਲ ਦਾ ਹੈਡ ਮਾਸਟਰ ਜਾਂ ਟੀਚਰ ਗਲਤੀ ਕਰ ਦੇਵੇ ਅਸੀਂ ਸਕੂਲ ਨੂੰ ਤਾਲਾ ਨਹੀਂ ਲਾਉਂਦੇ ਪ੍ਰੋਫੈਸਰ ਤੇ ਲੈਕਚਰਾਰ ਦੀ ਗਲਤੀ ਹੋ ਜਾਵੇ ਤੇ ਕਾਲਜ ਯੂਨੀਵਰਸਿਟੀ ਨੂੰ ਤਾਲਾ ਨਹੀਂ ਲਾਉਂਦੇ ਅਸੀਂ ਪ੍ਰੋਫੈਸਰ ਲੈਕਚਰਾਰ ਨੂੰ ਬਦਲਦੇ ਟੀਚਰ ਅਧਿਆਪਕ ਨੂੰ ਬਦਲਦੇ ਹਾਂ ਜੇ ਕਿਤੇ ਗਲਤੀ ਹੋਈ ਹੈ ਤੇ ਸਹੀ ਕਿਤੇ ਸਾਡੀ ਸ਼ਰਧਾ ਤਖਤਾਂ ਤੋਂ ਨਹੀਂ ਤਖਤਾਂ ਤੇ ਸਾਡੀ ਪੂਰਨ ਸ਼ਰਧਾ ਬਣੀ ਰਹਿਣੀ ਹੈ ਤੇ ਬਣਾ ਕੇ ਰੱਖਣੀ ਹੈ ਗੁਰੂ ਗ੍ਰੰਥ ਸਾਹਿਬ ਦੀ ਉੱਪਰ ਸਾਡੀ ਪੂਰਨ ਸ਼ਰਧਾ ਜਿਹੜੇ ਵਿਰੋਧੀ ਲੋਕ ਥਾਂ ਥਾਂ ਤੇ ਬਾਣੀ ਦੇ ਪੱਤਰੇ ਗਲੀਆਂ ਨਾਲਿਆਂ 'ਚ ਖਿਲਾਰ ਰਹੇ ਉਹ ਕੀ ਸੋਚਦੇ ਆ ਕਿ ਇੱਦਾਂ ਸਾਡੀ ਉਹ ਸ਼ਰਧਾ ਘਟਾ ਦੇਣਗੇ ਬਾਣੀ ਤੋਂ ਭਾਵਨਾ ਘਟਾ ਦੇਣਗੇ ਬਾਣੀ ਦੀ ਬੇਅਦਬੀ ਕਰਕੇ
ਸਾਡੀ ਤੇ ਗੁਰੂ ਤੇ ਸ਼ਰਧਾ ਬਾਣੀ ਤੇ ਸ਼ਰਧਾ ਗੁਰੂ ਰੂਪ ਕਰਕੇ ਕਿਉਂਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ ਕੌਣ ਸਾਡੀ ਸ਼ਰਧਾ ਹਟਾ ਸਕਦਾ ਜਾਂ ਘਟਾ ਸਕਦਾ ਮਾੜੀ ਦੇ ਕਰਨ ਵਾਲੇ ਮਰਨਗੇ ਬਖਸ਼ੇ ਨਹੀਂ ਜਾਣੇ ਕਬੀਰ ਤੇਰੀ ਝੁੱਗੀਆਂ ਗੱਲ ਕੱਟੀਆਂ ਕਹਿ ਪਾਸ ਜੋ ਕਰੇਂਗੇ ਸੋ ਭਰੇਂਗੇ ਤੂੰ ਕੋ ਭਇਓ ਉਦਾਸ ਜਿਹੜੇ ਕਰਨਗੇ ਭਰਨਗੇ ਭਰਨੀਆਂ ਪੈਣੀਆਂ ਨੇ ਖਾਲਸਾ ਜੀ ਮਾਫ ਕਰਿਓ ਇਹਨਾਂ ਲੋਕਾਂ ਨੂੰ ਕਈਆਂ ਨੂੰ ਹੱਥਾਂ ਦੀਆਂ ਦਿੱਤੀਆਂ ਗੰਢਾਂ ਦੰਦਾਂ ਨਾਲ ਖੋਲਣੀਆਂ ਆ ਪੈ ਰਹੀਆਂ ਹੁਣ ਤੁਹਾਡੇ ਸਾਹਮਣੇ ਦੇਖ ਰਹੇ ਤੁਸੀਂ ਪਰ ਮੈਂ ਬੇਨਤੀ ਕਰ ਰਿਹਾ ਸੀ ਗੁਰਮੁਖੋ ਏਡੇ ਵੱਡੇ ਸਾਡੇ ਮਹਾਨ ਤਖ਼ਤ ਏਡੇ ਵੱਡੇ ਤਖ਼ਤਾਂ ਦੇ ਜਥੇਦਾਰਾਂ ਸੇਵਾਦਾਰਾਂ ਦੇ ਰੁਤਬੇ ਕਿੰਨੀ ਸ਼ਰਧਾ ਭਾਵਨਾ ਤੇ ਗਿਆਨ ਹੋਣਾ ਚਾਹੀਦਾ ਪਰ ਆ ਪਿਛਲੇ ਦਿਨੀ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦਾ ਸੇਵਾਦਾਰ ਪੰਥ ਵੱਲੋਂ ਰੱਦ ਕੀਤਾ ਹੋਇਆ ਕਹਿ ਕੀ ਰਿਹਾ ਲਾਈਵ ਕਥਾ ਵਿੱਚ ਕਹਿ ਰਿਹਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਵਿਸ਼ਨੂੰ ਦਾ ਅਵਤਾਰ ਨੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਬਰਮਾ ਦਾ ਅਵਤਾਰ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਉਹ ਸ਼ਿਵਜੀ ਦਾ ਅਵਤਾਰ ਨੇ ਗੁਰਮੁਖੋ ਬਰਮਾ ਵਿਸ਼ਨੂੰ ਸ਼ਿਵਜੀ ਸਾਡੇ ਹਿੰਦੂ ਵੀਰਾਂ ਦੇ ਦੇਵੀ ਦੇਵਤੇ ਉਹਨਾਂ ਨੂੰ ਮੁਬਾਰਕ ਸਾਡੇ ਭਰਾਵਾਂ ਦੇ ਦੇਵੀ ਦੇਵਤੇ ਉਹਨਾਂ ਨੂੰ ਮੁਬਾਰਕ ਪਰ ਖਿਆਲ ਕਰਿਓ ਸਾਡੇ ਗੁਰੂ ਨੇ ਤੇ ਆਖਿਆ ਮੈਂ ਨਾ ਕਲੇਸ਼ ਪ੍ਰਥਮ ਬਣਾਉ ਕਿਸਨ ਬਿਸਨ ਕਬੂ ਨਾ ਧਿਆਉ ਕਾਨ ਸੁਣੇ ਪਹਿਚਾਣ ਨਾ 300 ਲਿਵ ਲਾਗੀ ਮੋਰੀ ਪਾ ਗਿਣਸੋ ਦੇਵੀ ਦੇਵਤਿਆਂ ਨਾਲ ਨਹੀਂ ਆਖਿਆ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ ਪਰ ਮੁਬਾਰਕ ਸਾਡੇ ਬ੍ਰਾਹਮਣ ਹਿੰਦੂ ਵੀਰਾਂ ਨੂੰ ਦੇਵੀ ਦੇਵਤੇ ਉਹਨਾਂ ਦੇ ਅਸੀਂ ਕਿਸੇ ਦੇ ਬਾਪ ਨੂੰ ਪਿਓ ਦਾਦੇ ਭੈਣ ਭਰਾ ਨੂੰ ਕਿਉਂ ਮਾੜਾ ਆਖੀਏ ਬਈ ਉਹਨਾਂ ਵੀਰਾਂ ਦੇ ਦੇਵੀ ਦੇਵਤੇ ਮੁਬਾਰਕ ਉਹਨਾਂ ਨੂੰ ਪਰ ਮੈਂ ਬੇਨਤੀ ਕਰਾਂ ਗੁਰਮੁਖੋ ਸਿੱਖ ਪੰਥ ਸਿੱਖ ਧਰਮ ਦੇ ਅੰਦਰ ਕਹਿਣਾ ਸਾਹਿਬਜ਼ਾਦੇ ਉਹਨਾਂ ਦਾ ਅਵਤਾਰ ਨਹੀਂ ਸਾਹਿਬਜ਼ਾਦਿਆਂ ਦੀ ਮਹੱਤਤਾ ਕੋਈ ਦੇਵੀ ਦੇਵਤਿਆਂ ਦੇ ਅਵਤਾਰ ਕਹਿ ਕੇ ਵੱਧ ਨਹੀਂ ਜਾਂਦੀ ਸਾਹਿਬਜ਼ਾਦਿਆਂ ਦੀ ਮਹੱਤਤਾ ਉਹਨਾਂ ਦੀ ਕੀਤੀ ਕੁਰਬਾਨੀ ਸਾਹਿਬਜ਼ਾਦੇ ਪੂਰੇ ਕਿੱਡੇ ਵੱਡੇ ਸਾਡੇ ਮਹਾਨ ਤਖ਼ਤ ਸਾਡੀਆਂ ਮਹਾਨ ਸੰਸਥਾਵਾਂ ਮਹਾਨ ਜਥੇਦਾਰ ਸਿੰਘ ਸਾਹਿਬਾਨ ਅਹੁਦੇ ਗੁਰਮੁਖ ਪਿਆਰੇ ਉੱਪਰ ਭੁਗਤਣਾ ਪੰਥ ਦੇ ਹੱਕ ਵਿੱਚ ਭੁਗਤਿਆ ਕਿੱਧਰ ਜਾ ਰਿਹਾ ਅੱਜ ਕੁਝ ਪਰਤਾਂ ਖੁੱਲ ਰਹੀਆਂ ਗੁਰੂ ਕਿਰਪਾ ਕਰੇ ਖੁੱਲਣ ਸੱਚਾਈ ਸਾਹਮਣੇ ਆਵੇ ਕੌਣ ਲੈ ਕੇ ਆਉਂਦਾ ਏਦਾਂ ਦੀਆਂ ਚਿੱਠੀਆਂ ਕਿਵੇਂ ਦਿੱਤੇ ਜਾਂਦੇ ਮਾਫ਼ੀਨਾਮੇ ਕਿੱਥੋਂ ਆਉਂਦੇ ਨੇ ਹੁਕਮ ਕੌਣ ਕਰਾਉਂਦਾ ਇਹੋ ਜਿਹੇ ਫੈਸਲੇ ਸੱਚ ਸਾਹਮਣੇ ਆਉਣਾ ਚਾਹੀਦਾ ਤੇ ਫੈਸਲੇ ਨਿਰਪੱਖ ਤਖ਼ਤਾਂ ਦੇ ਇਹ ਗੁਰੂ ਦੇ ਤਖ਼ਤ ਆ ਸੱਚੀਆਂ ਅਦਾਲਤਾਂ ਨੇ ਫੈਸਲਾ ਤੇ ਦੁਨਿਆਵੀ ਅਦਾਲਤਾਂ ਚ ਵੀ ਨਿਰਪੱਖ ਤੇ ਸਹੀ ਹੋਣਾ ਚਾਹੀਦਾ ਪਰ ਜਿਹੜਾ ਗੁਰੂ ਦੀ ਅਦਾਲਤ ਦਾ ਫੈਸਲਾ ਉਹ ਤੇ ਨਿਰਪੱਖ ਤੇ ਸੱਚਾ ਜੇ ਗੁਰੂ ਦੇ ਫੈਸਲਿਆਂ ਦੇ ਉੱਤੇ ਕਿੰਤੂ ਪਰੰਤੂ ਉੱਠ ਪਿਆ ਜਿਵੇਂ ਉੱਠਿਆ ਸੀ ਪਿਛਲੇ ਸਮੇਂ ਤੇ ਫਿਰ ਸ਼ਰਧਾ ਭਾਵਨਾ ਕਿੱਥੇ ਰਹੇਗੀ ਕਿਹੜੇ ਲੋਕ ਦੇ ਲਾਲਚ ਜਾ ਕੇ ਕਾਹਦਾ ਲਾਲਚ ਹੈ ਕਿਸੇ ਅਹੁਦੇ ਦਾ ਰੁਤਬੇ ਦਾ ਕਿਸੇ ਧਨ ਦੌਲਤ ਪਦਾਰਥ ਦਾ ਜੇ ਨਹੀਂ ਹੈ ਤੇ ਫਿਰ ਕਿਉਂ ਏਦਾਂ ਦੇ ਗਲਤ ਫੈਸਲੇ ਵਾਰਸ ਤੇ ਉਹਨਾਂ ਦੇ ਆ ਜਿਨ੍ਹਾਂ ਨੇ ਨਵਾਬੀਆਂ ਠੁਕਰਾ ਦਿੱਤੀਆਂ ਬੇਗਮਾਂ ਦੇ ਡੋਲੇ ਅਹਿਲਕਾਰੀਆਂ ਠੁਕਰਾ ਦਿੱਤੀਆਂ ਤੇ ਨੀਹਾਂ ਚ ਖੜਨਾ ਮਨਜ਼ੂਰ ਕਰ ਲਿਆ ਬੰਦ ਬੰਦ ਘਟਾ ਲਿਆ ਖੋਪੜੇ ਲੁਹਾਰੇ ਚੱਖੜੀਆਂ ਤੇ ਚੜ ਗਏ ਵਾਰਸ ਉਹਨਾਂ ਦੇ ਪਰ ਇਹ ਡਰ ਪੈ ਅੱਜ ਕਿਹੜੇ ਪਾਸੇ ਲਿਜਾ ਰਿਹਾ ਆਓ ਇੱਕ ਇਸੇ ਹੀ ਤਖ਼ਤ ਦਾ ਗੁਰਮੁਖ ਪਿਆਰੇ ਇਤਿਹਾਸ ਬਾਬਾ ਵੀਰ ਸਿੰਘ ਧੀਰ ਸਿੰਘ ਵਰਗੇ ਸੂਰਮੇ ਜਦੋਂ ਕੋਈ ਸ਼ਰਧਾਲੂ ਲੈ ਕੇ ਆਇਆ ਸੀ ਨਾ ਬੰਦੂਕ ਦਰਸ਼ਨ ਕਰਦੇ ਗੁਰਮੁਖ ਪਿਆਰੇ ਜਿਵੇਂ ਸਤਿਗੁਰ ਦੇ ਸ਼ਸਤਰਾਂ ਵਸਤਰਾਂ ਦੇ ਆਖਿਆ ਮਹਾਰਾਜ ਬੰਦੂਕ ਬੜੀ ਸ਼ਰਧਾ ਭਾਵਨਾ ਤੇ ਬੜਾ ਜ਼ੋਰ ਲਾ ਕੇ ਬੜੀ ਮਿਹਨਤ ਕਰਕੇ ਬਣਾਈ ਭੇਟਾ ਕਰਨੀ ਹੈ ਬੜਾ ਨਿਸ਼ਾਨਾ ਵਧੀਆ ਲੱਗਦਾ ਸਤਿਗੁਰ ਕਹਿੰਦੇ ਪਰਖ ਲੈਨੇ ਆ ਆ ਬਈ ਭਾਈ ਡੱਲਿਆ ਨਿਸ਼ਾਨਾ ਪਰਖਣਾ
ਵੱਡਾ ਹਾਂ ਇੱਕ ਜਰਾ ਅੱਗੇ। ਆਖਿਆ ਮਹਾਰਾਜ ਮੇਰੀ ਇੱਕ ਗਦੇ ਨਿਸ਼ਾਨੇ ਪਰਖਣ ਲਈ ਅਣਿਆਹੀ ਮੌਤੇ ਮਰਨਾ। ਮਹਾਰਾਜ ਮੈਂ ਤੁਹਾਡਾ ਸੇਵਾਦਾਰ, ਗੁਰੂ ਦਾ ਹੀ ਕੋਈ ਕੌਤਕ ਸੀ। ਵੈਸੇ ਭਾਈ ਟੱਲੇ ਨੂੰ ਆਪਾਂ ਗੁਰਮੁਖ ਪਿਆਰੇ ਇਸ ਤਰ੍ਹਾਂ ਕਰਕੇ ਨਾ ਦੇਖੀਏ। ਮੈਂ ਤੇ ਸਮਝਦਾ ਧੰਨ ਸੀ ਭਾਈ ਟੱਲਾ, ਜਿਹਨੇ ਉਸ ਸਮੇਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਆਪਣੇ ਇੱਥੇ ਟਿਕਾਣਾ ਕਰਵਾਇਆ ਤੇ ਸੇਵਾ ਚ ਜੁਟਿਆ, ਜਦੋਂ ਆਪਣਿਆਂ ਨੇ ਦਰਵਾਜੇ ਬੰਦ ਕਰਨੇ ਸੀ। ਗੁਰੂ ਆਪ ਕਹਿੰਦੇ ਸੀ, ਗੁਰੂ ਦਾ ਆਪ ਤੇ ਉਜੜਿਆ, ਸਾਨੂੰ ਵੀ ਉਜਾੜ ਦੂਗਾ। ਆਪ ਦੇ ਆਪਣਾ ਜੀਆ ਜੰਤ ਬਾਹਰ ਆਇਆ, ਸਾਡਾ ਵੀ ਉਸ ਵੇਲੇ ਜਦੋਂ ਆਪਣੇ ਦਰਵਾਜੇ ਬੰਦ ਕਰ ਲਏ ਕਿ ਧਣ ਬੱਚਾ ਪੀੜ ਦੇਣਾ ਮੁਗਲਾਂ ਨੇ, ਉਸ ਵੇਲੇ ਭਾਈ ਦੱਲਾ ਚੌਧਰੀ ਨੇ ਸਤਿਗੁਰ ਦੀ ਸੇਵਾ ਕੀਤੀ ਇੱਥੇ। ਤੇ ਜੇ ਵਜੀਦ ਖਾਂ ਸੂਬਾ ਸਰਹੰਦ ਨੇ ਲਿਖ ਕੇ ਵੀ ਭੇਜਿਆ ਸੀ ਕਿ ਗੁਰੂ ਨੂੰ ਸਾਡੇ ਹਵਾਲੇ ਕਰ ਦੇ, ਤੇ ਅੱਗੋਂ ਡੱਲੇ ਚੌਧਰੀ ਨੇ ਜਵਾਬ ਦਿੱਤਾ ਸੀ ਕਿ ਜੇ ਤਾਂ ਮੈਂ ਗੁਰੂ ਦਾ ਸਰਧਾਲੂ ਸਿੱਖ ਆ, ਫਿਰ ਗੁਰੂ ਨੂੰ ਤੇਰੇ ਹਵਾਲੇ ਨਹੀਂ ਕਰਦਾ। ਜੇ ਮੈਂ ਕਾਇਰ ਬੁਜਦਲ ਡਰਪੋਕ ਜਾਂ ਤੇਰੇ ਤੋਂ ਡਰਨ ਵਾਲਾ ਹੋਵਾਂ ਤੇ ਇਹੋ ਜਿਹਾ ਕਦਮ ਉਠਾ ਸਕਦਾ। ਆਖਿਆ ਜੇ ਗੁਰੂ ਨੂੰ ਮੇਰੇ ਤੋਂ ਹਾਸਲ ਕਰਨਾ ਤੇ ਮੈਦਾਨੇ ਜੰਗ ਚ ਆਉਣਾ ਪਊ, ਜੰਗ ਲੜਨੀ ਪਊ, ਮੇਰੀ ਲਾਸ਼ ਤੋਂ ਲੰਘ ਕੇ ਤੇ ਗੁਰੂ ਨੂੰ ਤੂੰ ਕਬਜ਼ੇ ਚ ਲੈ ਸਕਦਾ, ਗੁਰੂ ਨੂੰ ਪਕੜ ਸਕਦਾ, ਗ੍ਰਿਫਤਾਰ ਕਰ ਸਕਦਾ, ਪਰ ਮੈਂ ਆਪਣੇ ਜਿਉਂਦੇ ਜੀ ਤੈਨੂੰ ਗੁਰੂ ਵੱਲ ਵਧਣ ਨਹੀਂ ਦੇਵਾਂਗਾ। ਖੁਦ ਫੜਾ ਦੇਣਾ ਤੇ ਬੜੀ ਦੂਰ ਦੀ ਗੱਲ ਹੈ, ਖੁਦ ਤੇਰੇ ਹਵਾਲੇ ਕਰ ਦੇਣਾ ਤੇ ਬੜੀ ਦੂਰ ਦੀ ਗੱਲ ਹੈ। ਬੜੀ ਮਰਦਾਨਗੀ ਸੀ ਭਾਈ ਡੱਲੇ ਚੌਧਰੀ ਦੀ, ਗੁਰਮੁਖ ਪਿਆਰੇ ਇੰਨੀ ਗੱਲ ਕਹਿ ਦੇਣ। ਪਰ ਇੱਕ ਗੱਲ ਨੂੰ ਲੈ ਕੇ ਜੇ ਕਹਿ ਦਈਏ ਕਿ ਭਾਈ ਡੱਲਾ ਨੇ ਬੰਦੂਕ ਦੀ ਪਰਖ ਵੇਲੇ, ਪਰ ਇਹ ਗੁਰੂ ਦਾ ਕੋਈ ਵਰਤਾਰਾ ਹੀ ਵਰਤਦਾ। ਮੈਂ ਸਮਝਦਾ ਜਿਵੇਂ ਬੇਦਾਵਾ ਲਿਖਿਆ ਸੀ ਸਿੱਖਾਂ ਨੇ, ਉਹ ਵੀ ਗੁਰੂ ਦਾ ਵਰਤਾਰਾ ਹੀ ਵਰਤਦਾ। ਕੋਈ ਸਤਿਗੁਰ ਨੇ ਸਮਝਾਉਣਾ ਸੀ, ਉਹ ਗੁਰੂ ਕੇ ਪਿਆਰਿਓ ਜੇ ਕਿਤੇ ਸਿੱਖੀ ਨੂੰ ਬਦਾਵਾ ਦੇ ਦੋ, ਪਤਤ ਹੋ ਜੋ, ਨਸ਼ਿਆਂ ਚ ਗਲਤਾਨ ਹੋ ਜੋ, ਕਿਸੇ ਮੜੀ ਕਬਰ ਦੇ ਪੁਜਾਰੀ ਬਣ ਜੋ, ਕਿਸੇ ਦੰਭੀ ਪਖੰਡੀ ਤੋਂ ਕੰਨ ਚ ਫੂਕ ਮਰਵਾ ਲਓ, ਤੇ ਕਿਤੇ ਇਹ ਨਾ ਸੋਚਿਓ ਹੁਣ ਅਸੀਂ ਮੁੜ ਨਹੀਂ ਸਕਦੇ। ਜੇ ਸਿੱਖੀ ਤੋਂ ਬਦਾਵਾ ਦੇ ਕੇ ਕਿਤੇ ਚਲੇ ਜਾਓ ਤੇ ਜਿਵੇਂ ਉਹ ਆ ਗਏ ਸੀ ਬਦਾਵੀਏ ਸਿੱਖ ਦਰਾਣੇ ਦੀ ਢਾਬ ਤੇ, ਇਸੇ ਤਰ੍ਹਾਂ ਤੁਸੀਂ ਵੀ ਮੁੜ ਸਕਦੇ ਹੋ। ਭੁੱਲੇ ਸਿੱਖ ਗੁਰੂ ਸਮਝਾਏ, ਉਜੜ ਜਾਣ ਦੇ ਮਾਰਗ ਪਾਏ। ਤੇਰਾ ਖਾਲਸਾ ਹੋਵੇ ਤੇ ਖਾਸ ਹੋਵੇ, ਹੱਥ ਖੰਡਾ ਤੇ ਪੈਰ ਰਕਾਬੀ ਉੱਤੇ, ਭਾਵੇਂ ਲਿਖ ਪੇਦਾਵਾ ਜਾਏ, ਤੈਨੂੰ ਪਰਿਆਣ ਮਿਲੂ ਖਦਰਾਣੇ ਦੀ ਢਾਬੀ ਉੱਤੇ। ਇਹ ਗੁਰੂ ਦਾ ਹੀ ਕੋਈ ਵਰਤਾਰਾ ਵਰਤਿਆ। ਆ ਗਏ ਸੀ ਮੁੜ ਕੇ ਜੂਜੇ ਖਦਰਾਣੇ ਦੀ ਢਾਬ ਤੇ, ਸ਼ਹੀਦੀਆਂ ਪਾਈਆਂ ਤੇ 40 ਮੁਕਤਿਆਂ ਦਾ ਖਿਤਾਬ ਮਿਲਿਆ। ਗੁਰਮੁਖ ਪਿਆਰੇ ਗੁਰੂ ਦਾ ਹੀ ਕੋਈ ਵਰਤਾਰਾ ਵਰਤਿਆ। ਜਿਹਦੇ ਭਾਈ ਡੱਲਾ ਚੌਧਰੀ ਅੱਜ ਐਵੇਂ ਨੀ ਭਾਈ ਡੱਲੇ ਦੀ ਯਾਦ ਵਿੱਚ ਤਖ਼ਤ ਸਾਹਿਬ ਤੇ ਦੀਵਾਨ ਹਾਲ ਬਣਿਆ, ਦੀਵਾਨ ਹਾਲ ਭਾਈ ਡੱਲ ਸਿੰਘ, ਕਿਉਂਕਿ ਅੰਮ੍ਰਿਤ ਛਕ ਲਿਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੋਂ ਤੇ ਡੱਲੇ ਚੌਧਰੀ ਤੋਂ ਡੱਲਾ ਸਿੰਘ ਬਣਿਆ। ਜਦੋਂ ਆਖਿਆ ਸੀ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਬਖਸ਼ ਲਓ, ਬਣਾ ਲਓ ਇਹੋ ਜਿਹਾ ਸਿੱਖ ਬਣਾਓ ਜਿਨ੍ਹਾਂ ਨੂੰ ਮੌਤ ਤੋਂ ਡਰ ਨਹੀਂ ਲੱਗਦਾ, ਜਿਹੜਾ ਅੱਜ ਦੇ ਦਿਨ ਸਤਿਗੁਰ ਨੇ ਖਾਲਸਾ ਸਾਜਿਆ ਨਵਾਜਿਆ। ਏਦਾਂ ਦਾ ਖਾਲਸਾ ਜਦੋਂ ਭਾਈ ਡੱਲੇ ਨੇ ਮਨਾ ਕਰ ਦਿੱਤਾ, ਮਹਾਰਾਜ ਏਦਾਂ ਮਰਨਾ ਬਹੁਤ ਔਖਾ, ਸਤਿਗੁਰ ਕਹਿੰਦੇ ਲੈ ਆਇਆ ਕੋਈ ਸਿਪਾਹੀ, ਹੰਕਾਰ ਦੂਰ ਕਰਨਾ ਸੀ ਡੱਲੇ ਦਾ, ਕਿਉਂਕਿ ਸਤਿਗੁਰ ਨੂੰ ਭਾਈ ਡੱਲੇ ਨੇ ਆਖਿਆ ਮਹਾਰਾਜ ਜੇ ਕਿਤੇ ਮੈਨੂੰ ਚਮਕੌਰ ਦੀ ਗੜੀ ਜੀ ਯਾਦ ਕੀਤਾ ਹੁੰਦਾ ਤੇ ਸਾਹਿਬਜ਼ਾਦੇ ਸ਼ਹੀਦ ਨਾ ਹੁੰਦੇ। ਮਹਾਰਾਜ ਮੈਨੂੰ ਯਾਦ ਕੀਤਾ ਹੁੰਦਾ ਚਮਕੌਰ ਦੀ ਗੜੀ ਤੇ ਸਰਹੰਦ ਦਾ ਸਾਕਾ ਨਾ ਵਰਤਦਾ, ਮੇਰੇ ਏਡੇ ਬਹਾਦਰ 500 ਘੋੜ ਸਵਾਰ ਸ਼ਸਤਰਧਾਰੀ ਸਿਪਾਹੀ ਤੁਹਾਡੀ ਸੇਵਾ ਚ ਲੈ ਕੇ ਆ ਜਾਂਦਾ, ਬੜੇ ਬੜੇ ਕੱਦਾਵਰ, ਬੜੇ ਬੜੇ ਜਵਾਜ ਸਿਪਾਹੀ। ਸਤਿਗੁਰ ਕਹਿੰਦੇ ਲਿਆ, ਫਿਰ ਜਲਿਆ ਉਹਨਾਂ ਚੋਂ ਇੱਕ ਬੰਦੂਕ ਦਾ ਨਿਸ਼ਾਨਾ ਪਰਖਣਾ, ਡਾਵੇ ਛਾਤੀ ਗੋਲੀ ਦੇ ਅੱਗੇ ਸੋਚਦਾ ਕਹਿੰਦਾ ਚਲੋ ਜਾਣਾ, ਪਰ ਮਨ ਚ ਸੋਚਦਾ ਏਦਾਂ ਮਰਨਾ।
ਇਦਾਂ ਕੌਣ ਮਨਜ਼ੂਰ ਕਰੂਗਾ ਕਿ ਆ ਸਿਪਾਹੀਆਂ ਕੋਲੇ ਕਹਿੰਦਾ ਭਾਈ ਆਓ ਲਾਜ ਰੱਖ ਲਓ ਮੇਰੀ ਮੈਂ ਤੁਹਾਡੀ ਬੜੀ ਮਹਿਮਾ ਕੀਤੀ ਸੀ ਮੇਰੇ ਇਦਾਂ ਦੇ ਮਰ ਜੀਵੜੇ ਸਿਪਾਹੀ ਆ ਮੈਨੂੰ ਯਾਦ ਕਰਦੇ ਸਰਹੰਦ ਦਾ ਸਾਕਾ ਨਾ ਵਾਪਰਦਾ ਚਮਕੌੜ ਦਾ ਸਾਕਾ ਨਾ ਵਾਪਰਦਾ ਮੇਰੀ ਲਾਜ ਹੀ ਰੱਖ ਲੋ ਕਹਿੰਦੇ ਡੱਲਾ ਜੀ ਨੌਕਰੀ ਛੱਡਣੀ ਮਨਜ਼ੂਰ ਆ ਪਰ ਏਦਾਂ ਅਣਿਆਈ ਮੌਤ ਤੇ ਮਰਨਾ ਏ ਔਖਾ ਕੰਮ ਆ ਗੁਰੂ ਦਾ ਕੋਈ ਵਰਤਾਰਾ ਵਰਤਿਆ ਸਿਰ ਨਵਾ ਕੇ ਸਿਰ ਸਿੱਟ ਕੇ ਆ ਗਿਆ ਡੱਲਾ ਜਦੋਂ ਮਹਾਰਾਜ ਸੱਜੇ ਪਾਤਸ਼ਾਹ ਨੇ ਪਹਿਲਾਂ ਸਿਪਾਹੀ ਲਿਆਉਣ ਲਈ ਆਖਿਆ ਸਿਪਾਹੀ ਜਵਾਬ ਦੇ ਗਏ ਤੇ ਫਿਰ ਭਾਈ ਡੱਲੇ ਨੂੰ ਆਖਿਆ ਡੱਲਿਆ ਕਰ ਹੇਕ ਤੂੰ ਹੀ ਹੋ ਜਾ ਸਾਹਮਣੇ ਜਦੋਂ ਡੱਲੇ ਨੇ ਆਖਿਆ ਮਹਾਰਾਜ ਕੋਈ ਸਿਪਾਹੀ ਰਾਜੀ ਨਹੀਂ ਹੋਇਆ ਸਤਿਗੁਰ ਕਹਿੰਦੇ ਚੱਲ ਫਿਰ ਤੂੰ ਤੇ ਹੈਗਾ ਹੀ ਆ ਤੂੰ ਹੋ ਜਾ ਸਾਹਮਣੇ ਕਹਿੰਦਾ ਮਹਾਰਾਜ ਏਦਾਂ ਤੇ ਮੈਥੋਂ ਵੀ ਨਹੀਂ ਮਰਿਆ ਜਾਣਾ ਫਿਰ ਮਹਾਰਾਜ ਕਹਿੰਦੇ ਤੂੰ ਤੇ ਕਹਿੰਦਾ ਸੀਗਾ ਸਰਹੰਦ ਦਾ ਸਾਕਾ ਨਾ ਵਾਪਰਦਾ ਚਮਕੌਰ ਦਾ ਸਰਸਾ ਤੇ ਪਰਿਵਾਰ ਵਿਛੋੜਾ ਨਾ ਹੁੰਦਾ ਮੈਨੂੰ ਯਾਦ ਕਰਦੇ ਕਿਤੇ ਆਨੰਦਪੁਰ ਸਾਹਿਬ ਮੈਨੂੰ ਯਾਦ ਕਰਦੇ ਕਿਤੇ ਚਮਕੌਰ ਦੀ ਗੜੀ ਮਹਾਰਾਜ ਕਹਿੰਦੇ ਤੂੰ ਤੇ ਬੰਦੂਕ ਦਾ ਨਿਸ਼ਾਨਾ ਪਰਖਣ ਵਾਸਤੇ ਕੋਈ ਸਿਪਾਹੀ ਨਹੀਂ ਦੇ ਕਹਿੰਦਾ ਮਹਾਰਾਜ ਏਦਾਂ ਤੇ ਕੋਈ ਵੀ ਨਹੀਂ ਮਰ ਸਕਦਾ ਮਹਾਰਾਜ ਕਹਿੰਦੇ ਏਦਾਂ ਨਾ ਕਹਿ ਡੱਲਿਆ ਜਾ ਜਰਾ ਸਿੰਘਾਂ ਦੇ ਤੰਬੂਆਂ ਵੱਲ ਜਿੱਧਰ ਸਿੰਘਾਂ ਦਾ ਕੈਂਪ ਲੱਗਿਆ ਸਿੰਘਾਂ ਦੇ ਤੰਬੂ ਉਤਾਰਾ ਕੀਤਾ ਖਾਲਸਾਈ ਫੌਜਾਂ ਨੇ ਜਾ ਜਰਾ ਉਧਰ ਦੇ ਆਵਾਜ਼ ਜਾ ਕੇ ਗੁਰੂ ਨੇ ਬੰਦੂਕ ਦਾ ਨਿਸ਼ਾਨਾ ਪਰਖਣਾ ਹਿੱਕ ਦੇ ਉੱਤੇ ਆਵੇ ਕੋਈ ਹਿੱਕ ਡਾਵੇ ਖੜਾ ਹੋਵੇ ਸਤਿਗੁਰ ਦੀ ਬੰਦੂਕ ਸਾਹਮਣੇ ਹਿੱਕ ਤੇ ਨਿਸ਼ਾਨਾ ਪਰਖਣਾ ਜਦੋਂ ਜਾ ਕੇ ਆਵਾਜ਼ ਦਿੱਤੀ ਭਾਈ ਡੱਲੇ ਨੇ ਕਹਿੰਦਾ ਬਈ ਗੁਰੂ ਨੇ ਨਿਸ਼ਾਨਾ ਪਰਖਣਾ ਬੰਦੂਕ ਦਾ ਆਓ ਕੋਈ ਹਿੱਕ ਡਾਓ ਗੁਰੂ ਦਾ ਸਿੱਖ ਤੇ ਨਾਲ ਹੀ ਕਹਿੰਦਾ ਮਜ਼ਾਕ ਨਾ ਸਮਝਿਓ ਨਿਸ਼ਾਨਾ ਪਰਖਣਾ ਤੇ ਗੋਲੀ ਸਿੱਧੀ ਹੈ ਕਵੇ ਚ ਮਾਰਨੀ ਡਰਾਉਂਦਾ ਵੀ ਡਰ ਜੇ ਕੋਈ ਤੁਰ ਵੀ ਪਏ ਨਾ ਕੋਈ ਤਿਆਰ ਹੋ ਵੀ ਜਾਏ ਤੇ ਉਹਨੂੰ ਵੀ ਡਰਾ ਦਿਆਂ ਕਹਿੰਦਾ ਗੁਰੂ ਨੇ ਸਿੱਧੀ ਹਿੱਕ ਚ ਗੋਲੀ ਮਾਰਨੀ ਆ ਕੱਟ ਦੇਣੀ ਆਰ ਪਾਰ ਬੰਦੂਕ ਬੜੀ ਲੰਬੀ ਨਾਲ ਵਾਲੀ ਆਈ ਆ ਸ਼ਰਧਾਲੂ ਨੇ ਭੇਟ ਕੀਤੀ ਆ ਪਰਖਣੀ ਆ ਗੁਰੂ ਨੇ ਆਓ ਕੋਈ ਬਾਕੀ ਸਿੰਘ ਕੋਈ ਘੋੜਿਆਂ ਨੂੰ ਖਰਖਰਾ ਕਰ ਰਿਹਾ ਤੇ ਕੋਈ ਚਾਰਾ ਪਾ ਰਿਹਾ ਤੇ ਕੋਈ ਬਾਣੀ ਪੜ੍ਹ ਰਿਹਾ ਦੋ ਹੀ ਸਿੱਖ ਬਾਬਾ ਵੀਰ ਸਿੰਘ ਧੀਰ ਸਿੰਘ ਪਿਓ ਪੁੱਤਰ ਰੰਗਰੇਟੇ ਗੁਰੂ ਕੇ ਬੇਟੇ ਆਪਣੇ ਤੰਬੂ ਦਸਤਾਰੇ ਸਜਾ ਰਹੇ ਦੁਮਾਲੇ ਸਜਾ ਰਹੇ ਜਦੋਂ ਭਾਈ ਡੱਲੇ ਚੌਧਰੀ ਨੇ ਦਿੱਤੀ ਆਵਾਜ਼ ਗੁਰੂ ਨੇ ਨਿਸ਼ਾਨਾ ਪਰਖਣਾ ਆਵੋ ਕੋਈ ਦੋਨੇ ਉਸੇ ਤਰ੍ਹਾਂ ਦਸਤਾਰਾਂ ਦੇ ਲੜ ਹੱਥ ਵਿੱਚ ਇੱਕ ਦੂਜੇ ਤੋਂ ਅੱਗੇ ਪੁੱਤ ਕਹਿੰਦਾ ਬਾਪੂ ਤੂੰ ਤੇ ਤਗੜਾ ਫੌਜਾਂ ਦੇ ਨਾਲ ਕਿਤੇ ਮੁਕਾਬਲਾ ਹੋਇਆ ਉੱਥੇ ਜੂਝ ਕੇ ਸ਼ਹੀਦ ਹੋਈ ਮੈਂ ਤੇ ਛੋਟਾ ਮੈਂ ਨਿਸ਼ਾਨਾ ਪਰਖਵਾ ਲੈਣਾ ਗੁਰੂ ਦਾ ਹਿੱਕ ਤੇ ਮੈਂ ਖਾ ਕੇ ਸ਼ਹੀਦੀ ਪਾ ਜਾਂ ਪਿਓ ਕਹਿੰਦਾ ਨਹੀਂ ਪੁੱਤਰਾ ਤੂੰ ਬਾਅਦ ਵਿੱਚ ਆਇਆ ਦੁਨੀਆਂ ਦੇ ਜੇ ਛੋਟਾ ਜਿਹਾ ਦੁਨੀਆਂ ਦੇਖਣੀ ਆ ਮੈਂ ਤੇ ਖਾ ਖੱਟ ਲਿਆ ਨਾਲੇ ਸੇਵਾ ਮੈਨੂੰ ਮਿਲ ਜੇ ਗੁਰੂ ਦਾ ਨਿਸ਼ਾਨਾ ਮੇਰੀ ਇੱਕ ਤੇ ਵਜੇ ਦੋਨੇ ਪਿਓ ਪੁੱਤ ਉਹਦੇ ਅੱਗੇ ਉਹਦੇ ਅੱਗੇ ਭੱਜ ਲੇ ਡੱਲਾ ਵੇਖ ਕੇ ਹੈਰਾਨ ਭਾਈ ਡੱਲਾ ਕਹਿੰਦਾ ਉਹ ਡਰਾਉਂਦਾ ਕਹਿੰਦਾ ਗੁਰੂ ਨੇ ਹਿੱਕ ਚ ਨਿਸ਼ਾਨਾ ਮਾਰਨਾ ਭੁਲੇਖਾ ਜ ਨਾ ਰੱਖਿਓ ਮਨ ਚ ਮਜ਼ਾਕ ਨਾ ਸਮਝਿਓ ਭਾਈ ਡੱਲਾ ਸਮਝਦਾ ਸੀ ਆਪਣੇ ਸਿਪਾਹੀਆਂ ਵਰਗੇ ਗੁਰੂ ਕੇ ਖਾਲਸਿਆਂ ਨੂੰ ਪਰ ਉਹ ਤਾਂ ਕਬੀਰ ਸਾਹਿਬ ਕਹਿੰਦੇ ਕਬੀਰ ਕਸੌਟੀ ਰਾਮ ਕੀ ਝੂਠਾ ਟਿਕਾ ਨਾ ਕੋਈ ਰਾਮ ਕਸੌਟੀ ਸੋਸ ਹੈ ਜੋ ਮਰ ਜੀਵਾ ਹੋਏ ਜਦੋਂ ਗੁਰੂ ਦੀ ਕਸੌਟੀ ਲੱਗਦੀ ਆ ਨਾ ਉਦੋਂ ਹਾਰੀ ਸਾਰੀ ਨਹੀਂ ਪਾਸ ਹੁੰਦੀ ਉਦੋਂ ਤੇ ਮਰ ਜੀਵੜੇ ਹੀ ਗੁਰੂ ਦੇ ਪਿਆਰੇ ਹਰੇਕ ਦੇ ਵਸ ਦਾ ਰੋਗ ਨਹੀਂ ਸਤਿਗੁਰ ਦੀ ਬਾਣੀ ਕਹਿ ਰਹੀ ਹੈ ਹਾਂ ਗੁਰਾਂ ਦੀ ਕਸੌਟੀ ਜਦੋਂ ਲੱਗਦੀ ਆ ਪਾਸ ਹੁੰਦੇ ਮਰ ਜੀਵੜੇ ਪੂਰੇ ਗੁਰਾਂ ਦੀ ਕਸੌਟੀ ਜਦੋਂ ਲੱਗਦੀ ਆ ਪਾਸ ਹੁੰਦੇ ਮਰ ਜੀਵੜੇ ਸੋਟੀ ਜਦੋਂ ਲੱਗਦੀ ਹੈ ਪਾਸ ਹੁੰਦੇ ਮਾਰ ਜੀਵੜੇ
ਸੌਤੀ ਜਦੋਂ ਲੱਗਦੀ ਪਾਸ ਹੁੰਦੇ ਮਾਰੂ ਜੀਵੜੇ ਪੂਰੇ ਗੁਰਾਂ ਦੀ ਕਸੌਤੀ ਜਦੋਂ ਲੱਗਦੀ ਹਾਂ ਪਾਸ ਹੁੰਦੇ ਮਾਰੂ ਜੀਵੜੇ ਗੁਰਾਂ ਦੀ ਕਸੌਤੀ ਜਦੋਂ ਲੱਗਦੀ ਪਾਸ ਹੁੰਦੇ ਮਾਰੂ ਜੀਵੜੇ ਪੂਰੇ ਗੁਰਾਂ ਦੀ ਕਸੌਤੀ ਜਦੋਂ ਲੱਗਦੀ ਪਾਸ ਹੁੰਦੇ ਮਾਰੂ ਜੀਵੜੇ ਸੋਟੀ ਜਦੋਂ ਲੱਗਦੀ ਪਾਸ ਹੁੰਦੇ ਮਾਰੂ ਜੀਵੜੇ ਪੂਰੇ ਗੁਰਾਂ ਦੀ ਕਸੌਟੀ ਜਦੋਂ ਲੱਗਦੀ ਪਾਸ ਹੁੰਦੇ ਮਾਰੂ ਜੀਵੜੇ ਯਾਰ ਜੀ ਪਾਸ ਹੁੰਦੇ ਮਾਰੂ ਜੀਵੜੇ ਯਾਰ ਪਾਸ ਹੁੰਦੇ ਮਾਰੂ ਜੀਵੜੇ ਪਾਸ ਹੁੰਦੇ ਮਾਰੂ ਜੀਵੜੇ ਯਾਰ ਪਾਸ ਹੁੰਦੇ ਮਾਰੂ ਜੀਵੜੇ ਪਿਆਰੇ ਹੋ ਪਾਸ ਹੁੰਦੇ ਮਾਰੂ ਜੀਵੜੇ ਹਾਂ ਪਾਸ ਹੁੰਦੇ ਮਾਰੂ ਜੀਵੜੇ ਪਾਸ ਹੁੰਦੇ ਮਾਰੂ ਜੀਵੜੇ ਪਾਸ ਹੁੰਦੇ ਮਾਰੂ ਜੀਵੜੇ ਪਾਸ ਹੁੰਦੇ ਮਾਰੂ ਜੀਵੜੇ ਪਾਸ ਹੁੰਦੇ ਜੀ ਮਾਰੂ ਜੀਵੜੇ ਪਾਸ ਹੁੰਦੇ ਜੀ ਮਾਰੂ ਜੀਵੜੇ ਹਾਂ ਗੁਰਾਂ ਦੀ ਕਸੌਟੀ ਜਦੋਂ ਲੱਗਦੀ ਕਸੌਟੀ ਜਦੋਂ ਲੱਗਦੀ ਪਾਸ ਹੁੰਦੇ ਮਾਰੂ ਜੀਵੜੇ ਪੂਰੇ ਗੁਰਾਂ ਦੀ ਕਸੌਟੀ ਜਦੋਂ ਲੱਗਦੀ ਮਾਰੂ ਜੀਵੜੇ ਸੋਤੀ ਜਦੋਂ ਲੱਗਦੀ ਪਾਸ ਹੁੰਦੇ ਮਾਰੂ ਜੀਵੜੇ ਗੁਰਾਂ ਦੀ ਕਸੌਟੀ ਜਦੋਂ ਲੱਗਦੀ ਪਾਸ ਹੁੰਦੇ ਮਾਰੂ ਜੀਵੜੇ ਪੂਰੇ ਗੁਰਾਂ ਦੀ ਕਸੌਟੀ ਜਦੋਂ ਲੱਗਦੀ ਪਾਸ ਹੁੰਦੇ ਮਾਰੂ ਜੀਵੜੇ ਅਵੀਰ ਕਸੌਟੀ ਰਾਮ ਕੀ ਝੂਠਾ ਰਾਮ ਕਸੌਟੀ ਸੋਸ ਹੈ ਜੋ ਮਾਰੂ ਜੀਵਾ ਹੋਏ ਇਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਦੀ ਲੱਗੇ ਕਸੌਟੀ ਹਾਰੀ ਸਾਰੀ ਪਾਸ ਨਹੀਂ ਹੋਣੀ ਉਦੋਂ ਤੇ ਮਰ ਜੀਵੜੇ ਜਿਨ੍ਹਾਂ ਅੰਦਰ ਅੰਮ੍ਰਿਤ ਦੀ ਦਾਤ ਬਾਣੀ ਦੀ ਦਾਤ ਬਾਣੇ ਦੇ ਧਾਰਨੀ ਉਹ ਫਿਰ ਹੋ ਜਾਂਦੇ ਤਿਆਰ ਬਰ ਤਿਆਰ ਬਾਬਾ ਵੀਰ ਸਿੰਘ ਧੀਰ ਸਿੰਘ ਆਏ ਯੋਧੇ ਇੱਕ ਦੂਜੇ ਤੋਂ ਅੱਗੋਂ ਦੀ ਪਿਓ ਪੁੱਤ ਹੱਥ ਵਿੱਚ ਦਮਾਲੇ ਦਸਤਾਰਿਆਂ ਦੇ ਲੜਿਆ ਸਤਿਗੁਰ ਦੀ ਬਖਸ਼ਿਸ਼ ਲੈਣ ਵਾਸਤੇ ਆ ਕੇ ਖੜੇ ਹੋ ਗਏ ਪਿੱਛੇ ਬਾਪ ਤੇ ਅੱਗੇ ਬੇਟਾ ਬੇਟਾ ਕਹਿੰਦਾ ਸਤਿਗੁਰ ਮੇਰੀ ਛਾਤੀ ਤੇ ਪਰਖਿਓ ਤੇ ਬਾਪ ਕਹਿੰਦਾ ਮਹਾਰਾਜ ਮੇਰੀ ਛਾਤੀ ਤੇ ਪਰਖ ਵਾਹ ਬਈ ਗੁਰੂ ਕੇ ਸਿੱਖ ਰੰਗਰੇਟੇ ਗੁਰੂ ਕੇ ਬੇਟੇ ਬਾਬਾ ਵੀਰ ਸਿੰਘ ਧੀਰ ਸਿੰਘ ਜਿਨ੍ਹਾਂ ਨੂੰ ਮੇਰੇ ਸਤਿਗੁਰ ਨੇ ਮਾਣ ਬਖਸ਼ਿਆ ਦੱਬੇ ਕੁਚਲੇ ਲਤਾੜੇ ਲੋਕਾਂ ਨੂੰ ਉਭਾਰਿਆ ਜਾਹੀ ਕਾਜ ਧਰਾ ਹਮ ਜਨਮੰਗ ਸਮਝ ਲੈ ਹੋ ਸਾਧੂ ਸਭ ਮਨਮੰਗ ਧਰਮ ਚਲਾਵਣ ਸੰਤ ਵਾਰਨ ਦੁਸ਼ਟ ਸਭਣ ਕੋ ਮੂਲ ਉਪਾਰਨ ਇਨ ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ ਜੇ ਯਾਦ ਕਰੇ ਹਮਰੀ ਗੁਰਿਆਈ ਜੁੱਤ ਜਿਤੇ ਇਨਹੀ ਕੇ ਪ੍ਰਸਾਦ ਇਨਹੀ ਕੇ ਪ੍ਰਸਾਦ ਸੋ ਦਾਨ ਕਰੇ ਇਨਹੀ ਕੇ ਪ੍ਰਸਾਦ ਸੋ ਵਿਦਿਆ ਲਈ ਇਨਹੀ ਕੇ ਪ੍ਰਸਾਦ ਸਭ ਸਤਰ ਅਗਿਆ ਉੱਟਰ ਇਨਹੀ ਕੇ ਪ੍ਰਸਾਦ ਇਨਹੀ ਕੀ ਕਿਰਪਾ ਫੁਰ ਧਾਮ ਭਰੇ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੋ ਗਰੀਬ ਕਰੋੜ ਭਰੇ ਬਖਸ਼ਿਸ਼ਾਂ ਮੇਰੇ ਸਤਿਗੁਰ ਦੀਆਂ ਉਹਨਾਂ ਰੰਗਰੇਟੇ ਗੁਰੂ ਕੇ ਬੇਟਿਆਂ ਉਹਨਾਂ ਦੱਬੇ ਕੁਚਲੇ ਲਤਾੜਿਆਂ ਨੂੰ ਸਤਿਗੁਰ ਸੱਜੇ ਪਾਤਸ਼ਾਹ ਕਹਿੰਦੇ ਤਾਂ ਉਹ ਜਿਨ੍ਹਾਂ ਦੀ ਕਿਰਪਾ ਨਾਲ ਮੈਂ ਸੱਚ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ
ਜਿੰਨਾ ਮਾਣ ਬਖਸ਼ਿਆ ਸਤਿਗੁਰ ਸੱਚੇ ਪਾਤਸ਼ਾਹ ਨੇ ਗਰੀਬਾਂ ਨਿਮਾਣਿਆਂ ਨਤਾਣਿਆਂ ਨੂੰ ਮੇਰੇ ਸਤਿਗੁਰ ਬਾਜਾਂ ਵਾਲੇ ਕਹਿ ਰਹੇ ਆ ਵਰਗੇ ਸੀ ਗਰੀਬ ਕਰੋੜਾ ਮੈਨੂੰ ਸਾਜ ਦਿੱਤਾ ਖਾਲਸੇ ਨੇ ਮੇਰੇ ਵਰਗੇ ਸੀ ਗਰੀਬ ਕਰੋੜਾ ਸਾਜ ਦਿੱਤਾ ਖਾਲਸੇ ਨੇ ਵਰਗੇ ਸੀ ਗਰੀਬ ਕਰੋੜਾ ਸਾਜ ਦਿੱਤਾ ਖਾਲਸੇ ਨੇ ਮੇਰੇ ਵਰਗੇ ਸੀ ਗਰੀਬ ਕਰੋੜਾ ਸਾਜ ਦਿੱਤਾ ਖਾਲਸੇ ਨੇ ਮੇਰੇ ਵਰਗੇ ਸੀ ਗਰੀਬ ਕਰੋੜਾ ਸਾਜ ਦਿੱਤਾ ਖਾਲਸੇ ਨੇ ਮੇਰੇ ਵਰਗੇ ਸੀ ਗਰੀਬ ਕਰੋੜਾ ਸਾਜ ਦਿੱਤਾ ਖਾਲਸੇ ਨੇ ਸਤਿਗੁਰ ਸਰਬੰਸ ਦਾਨੀ ਮੇਰੇ ਸਤਿਗੁਰ ਮਰਦੇ ਅਗੰਬੜੇ ਮੇਰੇ ਸਤਿਗੁਰ ਗਰੀਬਾਂ ਨੂੰ ਨਵਾਜਣ ਵਾਲੇ ਮੇਰੇ ਸਤਿਗੁਰ ਅੰਮ੍ਰਿਤ ਕੇ ਦਾਤੇ ਮੇਰੇ ਸਤਿਗੁਰ ਆਖਿਆ ਹੀ ਨਹੀਂ ਕਿ ਕਿਰਪਾ ਚ ਸਜੇ ਹਮ ਹੈ ਨਹੀਂ ਮੋਸੋ ਗਰੀਬ ਕਰੋੜ ਪਰੇ ਅੱਜ ਬਾਬਾ ਵੀਰ ਸਿੰਘ ਧੀਰ ਸਿੰਘ ਦੇ ਅਸਥਾਨ ਦੇ ਵੀ ਦਰਸ਼ਨ ਕੀਤੇ ਗੁਰਮੁਖੋ ਨਾ ਯੋਧਿਆਂ ਦਾ ਇਤਿਹਾਸ ਸਾਡੇ ਲਈ ਪ੍ਰੇਰਨਾ ਸਰੋਤ ਆ ਉਹਨਾਂ ਮਰ ਜੀਵੜਿਆਂ ਦਾ ਇਤਿਹਾਸ ਹੈ ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਦਾ ਜਿੱਥੇ ਅਸੀਂ ਤਖਤ ਸਾਹਿਬ ਦਾ ਇਤਿਹਾਸ ਦਮਦਮਾ ਸਾਹਿਬ ਦਾ ਇਤਿਹਾਸ ਲਿਖਣਸਰ ਸਾਹਿਬ ਜੰਡ ਸਾਹਿਬ ਮਹਾਲਸਰ ਸਾਹਿਬ ਮਾਤਾਵਾਂ ਦੇ ਗੁਰਦੁਆਰੇ ਇਤਿਹਾਸ ਪੜ੍ਹਨਾ ਸੁਣਨਾ ਵਿਚਾਰਨਾ ਤੇ ਸਿੱਖਿਆ ਲੈਣੀ ਉੱਥੇ ਉਹਨਾਂ ਰੰਗਰੇਟੇ ਗੁਰੂ ਕੇ ਬੇਟੇ ਉਹਨਾਂ ਗੁਰੂ ਦੇ ਪਿਆਰਿਆਂ ਦਾ ਭਾਈ ਡੱਲਾ ਜੀ ਉਹਨਾਂ ਦੇ ਸਿਪਾਹੀ ਤੇ ਪਿਛਾਂ ਹਟ ਗਏ ਸਾਹਮਣੇ ਮੌਤ ਦੇਖ ਕੇ ਘਬਰਾ ਗਏ ਪਰ ਇੱਧਰ ਗੁਰੂ ਕੇ ਸਿੱਖ ਮੌਤ ਨੂੰ ਮਖੌਲਾਂ ਕਰਦੇ ਨਹੀਂ ਘਬਰਾਏ ਗੁਰੂ ਕੇ ਸਿੱਖ ਕਦੇ ਚਾਹੇ ਚਰਖੜੀਆਂ ਹੋਣ ਆਦੇ ਹੋਣ ਫਾਂਸੀਆਂ ਹੋਣ ਉਬਲਦੀਆਂ ਦੇਗਾਂ ਹੋਣ ਨਹੀਂ ਘਬਰਾਏ ਗੁਰੂ ਕੇ ਸਿੱਖ ਵੇਖੇ ਆਸਕ ਸੂਲੀ ਚੜ੍ਹਦੇ 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 ਕਰਨ ਮਜਾਜਾਂ ਮਰਨ ਮੂਲ ਨਾ ਡਰਦੇ ਅਸੀਂ ਡਰਦੇ ਹਾਂ ਜਿਹੜੇ ਬਾਣੀ ਗਾਣੇ ਨਾਲ ਨਹੀਂ ਜੁੜੇ ਕੇਵਲ ਗੱਲਾਂ ਗੁਰਮੁਖ ਪਿਆਰੇ ਜਿਹੜੇ ਬਾਣੀ ਬਾਣੇ ਨਾਲ ਜੁੜੇ ਧਰਮ ਨਾਲ ਜੁੜੇ ਸਿੱਖੀ ਨਾਲ ਜੁੜੇ ਉਹ ਨਹੀਂ ਡਰਦੇ ਗੁਰਮੁਖ ਪਿਆਰੇ ਲੋਭ ਲਾਲਚਾਂ ਛੋਟੇ ਛੋਟੇ ਲੋਭ ਲਾਲਚਾਂ ਪਦਾਰਥਾਂ ਸਵਾਰਥਾਂ ਮੈਂਬਰੀਆਂ ਚੇਅਰਮੈਨੀਆਂ ਪੰਚੀਆਂ ਸਰਪੰਚੀਆਂ ਦੇ ਦੀਨ ਧਰਮ ਵਿਕਦਾ ਪਰ ਜਿਨ੍ਹਾਂ ਨੇ ਮੌਤ ਦੇ ਸਾਹਮਣੇ ਵੀ ਨਹੀਂ ਘਬਰਾਉਣਾ ਕੀਤਾ ਉਹ ਖਾਲਸਾ ਸਾਜਿਆ ਮੇਰੇ ਸਤਿਗੁਰੂ ਨੇ ਅੱਜ ਦੇ ਦਿਨ ਉਹ ਖਾਲਸਾ ਸਾਜਿਆ ਮੇਰੇ ਸਤਿਗੁਰ ਨੇ 1699 ਦੀ ਵਿਸਾਖੀ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ
आगे सामने बाबा वीर सिंह धीर सिंह प्यो कहिंदा महाराज छाती मेरी हाजिर आ। पुत कहिंदा महाराज मेरी हाजिर आ। भाई दल्ला हैरान ओदे सिपाही हैरान ए केड़ी ताकत आ मौत दा डरी नहीं ए केड़ी ताकत आ अमृत पीवे अमर सो होए ए केड़ी ताकत आ ए बाणी दी ताकत ए बाणे दी ताकत ए अमृत दी ताकत सुर नर मन जने अमृत खोज दे सो अमृत गुर ते पाया पाया अमृत गुर कृपा कीनी सच्चा मन वसा। भाई दल्ला वेख वेख हैरान हो रहा गुरमुखो तुसी उन्हां दे वारस ते उन्हां दे पाए पूरनिया ते आपां सब ने चलना चलण दी कोशिश करनी आ जिथे मौत का भी डर नहीं जिथे जिंदगी का भी लोभ लालच नहीं और पदार्थां स्वार्थां दी ते गल दूर है इत्थे छोटे छोटे लोभ लालचां गलत फैसले छोटे छोटे लोभ लालचां हुक्मनामिया नूं पिट पंथ नूं पिट गुरु ग्रंथ नूं पिट छोटे छोटे लोभ लालचां च पर इधर गुरु के सिख बाबा वीर सिंह धीर सिंह कहिंदे महाराज साडी साथी हाजिर है। महाराज कहते पहला फैसला कर लो प्यो ने आना के पुत ने आना सामने बंदूक की गोली दे। पुत कहिंदा महाराज मैनू बख्श दियो ते बाप कहिंदा प्यो कहिंदा महाराज मैनू बख्श दियो गोली मेरी है कते ठंडी करो नहीं डर बई उथे गुरमुख प्यारे बाणी अंदर वसी आ बाणी नाल प्यार आ जिन्हां दा जिहड़े बाणी नाल जुड़े आ गुरु नाल जुड़े आ टुटे नहीं वैसाख धीरन क्यों वाढ़ी आ जिन्हां प्रेम वसो हर साजन पुरख विसार के लगी माया तो जिहड़े गुरमुख प्यारे इधर आ ओह किथे आ सकदे पल च सगली मोई झूठा धंदा मोई सारी दुनिया इन्हां पदार्थां दी खच धो के पिछे मकारां दी जा रही झूठे धंधियां धंधारां उन्हां दा ही मोह प्यार पलच पलच सगली मुझ झूठा धंधा मोह अरे नहीं जानदे इक सर के नाम बिना क्या लईए वाहिगुरु दे नाम बिना किन्ने साथ देना की नाल जाना अग्गा भी बिगाड़ ले करना ते लोग सुखिया पर लोग सुहेला पर एक परमात्मा दे नाम अग्गा लिया खोए दइयो विसार भी गुचना प्रभ बिन अवर ना कोई प्रभु बिना केड़ा ओनू क्यों विसारदा क्यों भुलदा दइयो विसार भी गुचना प्रभ बिन अवर ना कोई ते प्रीतम चरनी जो लगे दिन की निर्मल जेड़े गुरु दी चरनी लागे ओना दी शोभा निर्मल ਉਹਨਾਂ ਦੀ ਸੰਤ ਸਭਾ ਜੈ ਕਾਰੋ ਅੱਜ ਬਾਬਾ ਵੀਰ ਸਿੰਘ ਧੀਰ ਸਿੰਘ ਗੁਰੂ ਦੇ ਸਾਹਮਣੇ ਆ ਗਏ ਭਾਵੇਂ ਗੁਰੂ ਨੇ ਹਿੱਤ ਚ ਗੋਲੀ ਮਾਰੀ ਵੀ ਨਹੀਂ ਪਰ ਉਹ ਤੇ ਤਿਆਰ ਸਨ ਪਰ ਅੱਜ ਉਹਨਾਂ ਦੀ ਸੋਭਾ ਨਿਰਮਲ ਹੋ ਗਈ ਸੰਸਾਰ ਦੇ ਉੱਤੇ ਨਹੀਂ ਡਰੇ ਗੁਰੂ ਕੇ ਪਿਆਰੇ ਬਾਣੀ ਬਾਣੇ ਦੇ ਧਾਰਨੀ ਉਹ ਨਹੀਂ ਡਰਦੇ ਬਾਣੀ ਕਹਿ ਰਹੀ ਹੈ ਮਰਨੋਂ ਮੂੰਹ ਡਰਦੇ ਜਿਹੜੇ ਮੌਤ ਦੇ ਦੀਵਾਨੇ ਮਰਨੋਂ ਮੂੰਹ ਨਾ ਡਰਦੇ ਜਿਹੜੇ ਮੌਤ ਦੇ ਦੀਵਾਨੇ 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 ਆਓ ਦੀਵਾਨੇ ਜਿਹੜੇ
ਦਾਤੇ ਜਿਹੜੇ ਮੌਤ ਦੇ ਦੀਵਾਨੇ ਆ ਮਰਨ ਨੂੰ ਨਾ ਡਰਦੇ ਜਿਹੜੇ ਮੌਤ ਦੇ ਦੀਵਾਨੇ ਜਿਸ ਮਰਨ ਤੇ ਜਗ ਰਹਿ ਮੇਰੇ ਮਰਿਆ ਨਾ ਦਿੰਦੇ ਜਿਹੜੇ ਗੁਰੂ ਦੇ ਰੰਗ ਚ ਰੰਗੇ ਉੱਥੇ ਮੌਤ ਦਾ ਡਰ ਕਿੱਥੇ ਉਹ ਖਾਲਸਾ ਸਾਜਿਆ ਮੇਰੇ ਸਤਿਗੁਰ ਨੇ ਪਰਮਾਤਮਾ ਦੇ ਰੰਗ ਵਿੱਚ ਰੰਗੇ ਹੋਏ ਨਹੀਂ ਡਰ ਮੌਤ ਦਾ ਬਾਬਾ ਵੀਰ ਸਿੰਘ ਧੀਰ ਸਿੰਘ ਜੀ ਯਾਦ ਕਰ ਲਈਏ ਖਾਲਸਾ ਜੀ ਉਹਨਾਂ ਨੂੰ ਐਸਾ ਖਾਲਸਾ ਸਾਜਿਆ ਮੇਰੇ ਸਤਿਗੁਰ ਉਹਨਾਂ ਯੋਧਿਆਂ ਜਰਨੈਲਾਂ ਨੂੰ ਯਾਦ ਕਰ ਲਈਏ ਕਿਤੇ ਭਾਈ ਗੇਜੇ ਵਰਗਿਆਂ ਬਾਬਾ ਬੋਤਾ ਸਿੰਘ ਸਰਜਾ ਸਿੰਘ ਵਰਗਿਆਂ ਨੂੰ ਭਾਈ ਮਨੀ ਸਿੰਘ ਭਾਈ ਤਾਰੂ ਸਿੰਘ ਤੇ ਸਰਨੱਥ ਯੋਧੇ ਬਾਬਾ ਦੀਪ ਸਿੰਘ ਵਰਗਿਆਂ ਨੂੰ ਯਾਦ ਕਰ ਲਈਏ ਅੱਜ ਵਿਸਰ ਕੇ ਜਾ ਰਹੇ ਹਾਂ ਉਹਨਾਂ ਨੂੰ ਭੁੱਲਦੇ ਜਾ ਰਹੇ ਹਾਂ ਅੱਜ ਲੀਡਰਾਂ ਦੇ ਨਾਂ ਯਾਦ ਆ ਪਾਰਟੀਆਂ ਯਾਦ ਆ ਪਰ ਉਹਨਾਂ ਦੇ ਯੋਧੇ ਜਰਨੈਲਾਂ ਦੇ ਨਾਂ ਯਾਦ ਨਹੀਂ ਹੈ ਐਸਾ ਪਦਾਰਥਵਾਦ ਸਵਾਰਥ ਦਾ ਯੁੱਗ ਐਸੀ ਗੰਦੀ ਰਾਜਨੀਤੀ ਐਸਾ ਸਿਆਸਤ ਦਾ ਮਾਹੌਲ ਲੀਡਰਾਂ ਤੇ ਪਾਰਟੀਆਂ ਦੇ ਨਾਂ ਯਾਦ ਆ ਪਰ ਯੋਧਿਆਂ ਦਾ ਨਾਂ ਯਾਦ ਨਹੀਂ ਇਤਿਹਾਸ ਯਾਦ ਨਹੀਂ ਆਉਂਦਾ ਆਓ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਆਏ ਹੋ ਜੁੜ ਬੈਠੇ ਹੋ ਵਿਸਾਖੀ ਸਮਾਗਮਾਂ ਦੇ ਨਾਲ ਗਈ ਰਾਤ ਤੱਕ ਉਹਨਾਂ ਦਾ ਜੀਵਨ ਥੋੜਾ ਹਿਰਦੇ ਚ ਵਸਾ ਲਈ ਉਹਨਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਲਈ ਆਓ ਮੈਂ ਸਮਾਪਤੀ ਵੱਲ ਵਧਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸਨਮੁਖ ਖੜੇ ਹੋ ਗਏ ਬਾਬਾ ਵੀਰ ਸਿੰਘ ਧੀਰ ਸਿੰਘ ਇਹੋ ਜਿਹੇ ਯੋਧੇ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੋ ਕਰੋ ਨਿਵਾਸ ਖਾਲਸਾ ਮੇਰੋ ਸੱਜਣ ਸੂਰਾ ਖਾਲਸਾ ਮੇਰੋ ਸਤਿਗੁਰ ਪੂਰਾ ਖਾਲਸਾ ਮੇਰੋ ਇਸ਼ਟ ਸਿਹਰਦ ਖਾਲਸਾ ਮੇਰੋ ਕਈਅਤ ਖਾਲਸਾ ਸੋਏ ਪੰਚਾਂ ਕੋ ਮਾਰੇ ਖਾਲਸਾ ਸੋਏ ਕਰਮਾਂ ਕੋ ਸਾੜੇ ਖਾਲਸਾ ਸੋਏ ਨਿਰਦਣ ਕੋ ਪਾਲੇ ਖਾਲਸਾ ਸੋਏ ਦੁਸ਼ਟ ਕੋ ਗਾਲੇ ਖਾਲਸਾ ਸੋਏ ਜੋ ਚੜ੍ਹੇ ਤੁਰੰਗ ਖਾਲਸਾ ਸੋਏ ਜੋ ਕਰੇ ਨਿਤ ਜਾ ਉਹ ਖਾਲਸੇ ਬਾਬਾ ਵੀਰ ਸਿੰਘ ਧੀਰ ਸਿੰਘ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੂੰ ਕਹਿੰਦੇ ਮਹਾਰਾਜ ਪਿਓ ਕਹਿੰਦਾ ਮੇਰੀ ਵਾਰੀ ਪੁੱਤ ਕਹਿੰਦਾ ਮੇਰੀ ਵਾਰੀ ਸਤਿਗੁਰ ਕਹਿੰਦੇ ਲੜੋ ਨਾ ਦੋਵੇਂ ਖੜ ਜਾਓ ਸਤਿਗੁਰ ਕਹਿੰਦੇ ਦੋਨਾਂ ਤੇ ਪਰਖ ਲੈਂਦੇ ਦੋਵੇਂ ਖੜ ਜਾਓ ਪੁੱਤ ਅੱਗੇ ਖੜ ਗਿਆ ਤੇ ਬਾਪ ਪਿੱਛੇ ਉਹਦਾ ਕੱਦ ਛੋਟਾ ਸੀ ਪੁੱਤ ਦਾ ਕਹਿੰਦਾ ਮਹਾਰਾਜ ਮੇਰੇ ਤੇ ਕਰ ਦਿਓ ਕਿਰਪਾ ਬਾਪ ਕਹਿੰਦਾ ਮੇਰੇ ਤੇ ਕਰ ਦਿਓ ਭਾਈ ਡੱਲਾ ਹੈਰਾਨ ਆ ਮੇਰੇ ਸਤਿਗੁਰ ਬਾਜਾਂ ਵਾਲੇ ਸੱਚੇ ਪਾਤਸ਼ਾਹ ਨੇ ਭਰਿਆ ਬਰੂਦ ਭਰੀ ਗੋਲੀ ਬੰਦੂਕ ਦੇ ਵਿੱਚ ਤੇ ਸਾਹਮਣੇ ਨਿਸ਼ਾਨਾ ਤਾਣ ਕੇ ਜਦੋਂ ਘੋੜਾ ਦੱਬਿਆ ਨਾ ਟਰੈਗਰ ਦੱਬਿਆ ਗੋਲੀ ਦੀ ਆਵਾਜ਼ ਹੋਈ ਦੋਨੇ ਸਿੱਖ ਬੜੇ ਖੁਸ਼ੀ ਵਿੱਚ ਸਨ ਕਿ ਅੱਜ ਸਤਿਗੁਰ ਦੀ ਗੋਲੀ ਇਹ ਕੱਢੇ ਬਖਸ਼ਿਸ਼ ਹੋ ਰਹੀ ਆ ਜੰਮਣ ਮਰਨ ਹੀ ਕੱਟਿਆ ਜਾਣਾ ਸਤਿਗੁਰ ਸੱਚੇ ਪਾਤਸ਼ਾਹ ਦੇ ਸਰੀਰ ਕਾਮੇ ਆ ਜੇ ਹੋਰ ਚਾਹੀਦਾ ਕਿ ਗੁਰੂ ਦੇ ਚਰਨਾਂ 'ਚ ਜਾਨ ਨਿਕਲ ਜਾਵੇ ਤੇ ਹੋਰ ਚਾਹੀਦਾ ਕਿ ਗੁਰੂ ਦੇ ਦੁਆਰੇ ਤੇ ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਰ ਗੁਰੂ ਦੇ ਚਰਨਾਂ ਦੇ ਵਿੱਚ ਨਿਕਲੇ ਸਵਾਸ ਤੇ ਸੱਚਖੰਡ ਸਿੱਧਾ ਜੋਤ ਵਿੱਚ ਜੋਤ ਲੀਨ ਗੁਰੂ ਦੇ ਵਿੱਚ ਸਰੂਪ ਵਿੱਚ ਲੀਨ ਹੋ ਜਾਣਾ ਗੁਰੂ ਦੇ ਦਰ ਤੇ ਇਹ ਤੇ ਗੁਰੂ ਦੀ ਬਖਸ਼ਿਸ਼ ਗੋਲੀ ਦੇ ਨਾਲ ਨਾਲੇ ਸਤਿਗੁਰ ਨਿਸ਼ਾਨਾ ਪਰਖ ਰਹੇ ਆ ਜੇ ਗੁਰੂ ਨਾਲ ਜੁੜਿਆ ਗੁਰੂ ਦੇ ਦੁਆਰੇ ਜਾਨ ਨਿਕਲੇ ਗੁਰਮੁਖ ਪਿਆਰੇ ਫਿਰ ਤੇ ਸਿੱਧੇ ਹੀ ਸੱਚਖੰਡ ਵਾਸਾ ਫਿਰ ਤੇ ਕੋਈ ਗੁਰਮੁਖ ਪਿਆਰੇ ਸੋਚ ਵਿਚਾਰ ਹੀ ਕੋਈ ਨਹੀਂ ਫਿਰ ਤੇ ਬਾਣੀ ਦਾ ਸਿਧਾਂਤ ਕੀ ਆ ਗੁਰਾਂ ਦੇ ਦੁਆਰੇ ਉੱਤੇ ਨਿਕਲੇ ਸਿੱਧੇ ਜਾਈਏ ਸੱਚਖੰਡ ਨੂੰ ਗੁਰਾਂ ਦੇ ਦੁਆਰੇ ਉੱਤੇ ਨਿਕਲ ਹਾਂ ਸਿੱਧੇ ਜਾਈਏ ਸੱਚਖੰਡ ਨੂੰ ਦੇ ਦੁਆਰੇ ਨਿਕਲੇ ਸਿੱਧੇ ਜਾਈਏ ਸੱਚਖੰਡ ਨੂੰ ਜਿੰਦ ਗੁਰਾਂ ਦੇ ਦੁਆਰੇ ਨਿਕਲੇ ਸਿੱਧੇ ਜਾਈਏ ਸੱਚਖੰਡ ਨੂੰ ਜਿੰਦ ਗੁਰਾਂ ਦੇ ਦੁਆਰੇ
ਸਾਡੀ ਛੰਡ ਨੂੰ ਜਿੰਦ ਗੁਰਾਂ ਦੇ ਦੁਆਰੇ ਉਤਲ ਕੁਲੇ ਸਿੱਧੇ ਜਾਈ ਸੱਚ ਖੰਡ ਨੂੰ ਹਾਂ ਜਿੰਦ ਗੁਰਾਂ ਦੇ ਦੁਆਰੇ ਉਤਲ ਕੁਲੇ ਦੁਆਰੇ ਉਤਲ ਕੁਲੇ ਸਿੱਧੇ ਜਾਈ ਸੱਚ ਖੰਡ ਨੂੰ ਗੁਰਾਂ ਦੇ ਦੁਆਰੇ ਉਤੇ ਹਾਂ ਸਿੱਧੇ ਜਾਈ ਸੱਚ ਖੰਡ ਨੂੰ ਰੋਮ ਰੋਮ ਚ ਵਸਿਆ ਗੁਰੂ ਅਰਥ ਸਰੀਰ ਲੱਗ ਜਾਵੇ ਸਤਿਗੁਰ ਦੇ ਚਰਨਾਂ ਚ ਨਿਵਾਸ ਗੁਰੂ ਗੋਬਿੰਦ ਸਤਿਗੁਰ ਨੇ ਕੋਲ ਬੁਲਾ ਲੇ ਤੇ ਛਾਤੀ ਨਾਲ ਲਾ ਲਿਆ ਸਤਿਗੁਰ ਕਹਿੰਦੇ ਉਹ ਤੁਹਾਡੇ ਵਰਗੇ ਸਿੱਖ ਮਰ ਜੀਵੜੇ ਜਿਹਨਾਂ ਨੂੰ ਮੈਂ ਇੰਨਾ ਪਿਆਰ ਕਰਦਾ ਜਿਹਨਾਂ ਤੋਂ ਆਪਣੇ ਚਾਰੇ ਪੁੱਤਰ ਵਾਰ ਦਿੱਤੇ ਮੈਂ ਉਹਨਾਂ ਨੂੰ ਐ ਗੋਲੀ ਦੇ ਨਾਲ ਥੋੜੀ ਮਾਰ ਮੈਂ ਤੇ ਹੰਕਾਰ ਲਾਉਣਾ ਚਾਹੁੰਦਾ ਸੀ ਭਾਈ ਡੱਲੇ ਦਾ ਜਿਹੜਾ ਕਹਿੰਦਾ ਸੀ ਕਿ ਮੇਰੇ ਸਿਪਾਹੀ ਹੁੰਦੇ ਤੇ ਆਹ ਦਿਨ ਨਾਲ ਦੇਖਣੇ ਪੈਂਦੇ ਉਹ ਤੇ ਵਾਹਿਗੁਰੂ ਦਾ ਹੁਕਮ ਦੱਸਣਾ ਚਾਹੁੰਦਾ ਸੀ ਇਹੋ ਜਿਹੇ ਯੋਧੇ ਜਰਨੈਲ ਆ ਮੇਰੇ ਨਾਲ ਤੇਰਾ ਤੇ ਕੋਈ ਨਿਕਲਿਆ ਨਹੀਂ ਨਿਸ਼ਾਨਾ ਪਰਖੰਡੀਆ ਦੇਖ ਛਾਤੀਆਂ ਡਾਉਣ ਵਾਲੇ ਇਹੋ ਜਿਹੇ ਯੋਧੇ ਜਰਨੈਲ ਮੇਰੇ ਨਾਲ ਸੀ ਜੰਗਾਂ ਲੜਨ ਵੇਲੇ ਜਿਨ੍ਹਾਂ ਦੇ ਨਾਲ ਗੁਰਸ਼ ਨੇ ਚਕਾਰੇ ਕੁਨਦ ਚਿਹਲ ਨਰ ਕੇ ਦਹਿ ਲੱਖ ਬਰਾਇਤ ਬਰੋ ਬੇਖਬਰ ਜਫਰਨਾਮਾ ਸਾਹਿਬ ਸਤਿਗੁਰੂ ਕਹਿੰਦੇ ਇਹੋ ਜਿਹੇ 40 ਸੀ ਮੇਰੇ ਨਾਲ ਤੇ ਇੱਕ ਪਾਸੇ 10 ਲੱਖ ਫੌਜਾਂ ਤੇ ਜੰਗ ਲੜੀ ਆ ਕਈ ਚਿਰ ਦੇ ਭੁੱਖਣ ਭਾਣੇ ਦੇ ਨੀਂਦਰੇ ਪਰ ਸਾਥੀਆਂ ਡਾਹ ਕੇ ਲੜੇ ਚਮਕੌਰ ਦੇ ਮੈਦਾਨ ਵਿੱਚ ਮੈਂ ਦੱਸਣਾ ਚਾਹੁੰਦਾ ਸੀ ਭਾਈ ਡੱਲੇ ਦਾ ਹੰਕਾਰ ਦੂਰ ਕਰਨਾ ਭਾਈ ਡੱਲਾ ਵੀ ਸਤਿਗੁਰ ਦੇ ਚਰਨ ਵਿੱਚ ਪੈ ਗਿਆ ਮਹਾਰਾਜ ਕਰ ਦਿਓ ਕਿਰਪਾ ਮੈਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ ਦਿਓ ਜਿਹਨੂੰ ਛੱਕ ਕੇ ਮੈਨੂੰ ਵੀ ਉਹ ਬਾਣੀ ਦੀ ਦਾਤ ਬਖਸ਼ ਦਿਓ ਜਿਹਨੂੰ ਹਿਰਦੇ ਚ ਵਸਾ ਕੇ ਮੌਤ ਦਾ ਹੀ ਡਰ ਨਿਕਲ ਜਾਂਦਾ ਦੁੱਖ ਦੁੱਖ ਲੱਗਦਾ ਹੀ ਨਹੀਂ ਮੌਤ ਮੌਤ ਲੱਗਦੀ ਨਹੀਂ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਿਆ ਸੁੱਖ ਸੁਨੇਹ ਭੈ ਨਹੀਂ ਜਾ ਕੇ ਕੰਚਨ ਮਾਟੀ ਮਹਾਰਾਜ ਕਰ ਦਿਓ ਕਿਰਪਾ ਅੰਮ੍ਰਿਤ ਦੀ ਦਾਤ ਲਈ ਭਾਈ ਡੱਲੇ ਨੇ ਡੱਲੇ ਤੋਂ ਡੱਲੇ ਚੌਧਰੀ ਤੋਂ ਭਾਈ ਡੱਲ ਸਿੰਘ ਬਣਿਆ ਰਹੋ ਵਿਚਾਰ ਉੱਪਰ ਬਾਬਾ ਵੀਰ ਸਿੰਘ ਧੀਰ ਸਿੰਘ ਨੂੰ ਛਾਤੀ ਨਾਲ ਲਾ ਕੇ ਸਤਿਗੁਰ ਨੇ ਨਵਾਜਿਆ ਪਿਆਰਿਆ ਦੁਲਾਰਿਆ ਬਖਸ਼ਾਂ ਕੀਤੀਆਂ ਤੇ ਸਤਿਗੁਰ ਕੀ ਕਹਿੰਦੇ ਮੇਰਾ ਰੂਪ ਹੈ ਖਾਸ ਖਾਲਸਾ ਮੇਰਾ ਖਾਲਸਾ ਮੇਰਾ ਮੇਰਾ ਰੂਪ ਹੈ ਖਾਸ ਖਾਲਸਾ ਮੇਰਾ ਖਾਲਸਾ ਮੇਰਾ ਰੂਪ ਹੈ ਖਾਸ ਖਾਲਸਾ ਮੇਰਾ ਖਾਲਸਾ ਮੇਰਾ
ਮੇਰਾ ਰੂਪ ਹੈ ਖਾਲਸਾ ਮੇਰਾ ਖਾਲਸਾ ਮੇਰਾ ਮੇਰਾ ਰੂਪ ਹੈ ਖਾਲਸਾ ਮੇਰਾ ਖਾਲਸਾ ਮੇਰਾ ਮੇਰਾ ਰੂਪ ਹੈ ਖਾਲਸਾ ਮੇਰਾ ਖਾਲਸਾ ਮੇਰਾ ਉਹ ਮੇਰਾ ਰੂਪ ਹੈ ਖਾਲਸਾ 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 ਮੇਰਾ ਖਾਲਸਾ ਮੇਰਾ ਮੇਰਾ ਰੂਪ ਹੈ ਖਾਲਸਾ ਖਾਲਸਾ ਮੇਰਾ ਖਾਲਸਾ ਮੇਰਾ ਮੇਰਾ ਰੂਪ ਹੈ 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 ਖਾਲਸਾ ਮੇਰਾ ਖਾਲਸਾ ਮੇਰਾ ਆਗਿਆ ਪਈ ਅਕਾਲ ਕੀ ਸਜਾ ਚੜਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਆਤਮ ਰਸ ਜੀ ਜਾਨੀ ਸੋ ਹੈ ਖਾਲਸ ਦੇਵ ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀ ਭੇਵੇ ਤਖ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਆਇਓ ਇਤਿਹਾਸ ਆਪਾਂ ਹਿਰਦੇ ਚ ਵਸਾ ਕੇ ਲਿਜਾਣਾ ਕਿ ਧੰਨ ਬਾਬਾ ਵੀਰ ਸਿੰਘ ਧੀਰ ਸਿੰਘ ਜਿਹੜੇ ਗੁਰੂ ਦੀ ਪਰਖ ਵਿਚ ਪੂਰੇ ਉਤਰੇ ਮਰ ਜੀਵੜੇ ਗੁਰੂ ਦੇ ਅੰਮ੍ਰਿਤ ਦੀ ਤਾਕਤ ਮੌਤ ਦੇ ਡਰ ਕੋਈ ਨੀ ਪਰਵਾਹ ਕੋਈ ਨੀ ਸਵਾਰਥਾਂ ਪਦਾਰਥਾਂ ਦਾ ਜੀਵਨ ਆਓ ਅਸੀਂ ਵੀ ਸਾਬਤ ਸੂਰਤ ਹੋ ਕੇ ਨਸ਼ਿਆਂ ਤੋਂ ਰਹਿਤ ਸਮਾਜਿਕ ਰੀਤੀਆਂ ਤੋਂ ਬਾਅਦ ਚ ਖੰਡੇ ਬਾਟੇ ਦਾ ਅੰਮ੍ਰਿਤ ਸ਼ਾਹ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀਏ ਆਪ ਜੁੜੀਏ ਗੁਰੂ ਘਰ ਨਾਲ ਗੁਰੂ ਬਾਣੀ ਨਾਲ ਗੁਰਸਿੱਖੀ ਨਾਲ ਤੇ ਜੋੜੀਏ ਆਪਣੇ ਬੱਚੇ ਬੱਚੀਆਂ ਨਾਲ ਸਤਿਗੁਰ ਦੀ ਰਹਿਮਤ ਦੇ ਸਦਕਾ ਫਿਰ ਬਖਸ਼ਿਆਂ ਨੂੰ ਪ੍ਰਾਪਤ ਜਿਸ ਮਕਸਦ ਲਈ ਸਤਿਗੁਰ ਨੇ ਖਾਲਸਾ ਸਾਜਿਆ ਸਾਜ ਕੇ ਨਵਾਜਿਆ ਆਓ ਖਾਲਸੇ ਬਣੀਏ ਔਰ ਜਿਸ ਤਰ੍ਹਾਂ ਦੇ ਹਾਲਾਤਾਂ ਚੋਂ ਗੁਜ਼ਰ ਰਹੇ ਹਾਂ ਬਾਣੀ ਬਾਣੇ ਦੀ ਬੇਅਦਬੀ ਕਕਾਰਾਂ ਦਸਤਾਰਾਂ ਦੀ ਬੇਅਦਬੀ ਨੂੰ ਠੱਲ ਪਾਉਣ ਵਾਸਤੇ ਏਕਤਾ ਦੀ ਲੜੀ ਚ ਪਰੋਏ ਜਾ ਕੇ ਇਕੱਤਰਤਾ ਵਿੱਚ ਆ ਕੇ ਤੇ ਗੁਰੂ ਪਿਆਰਿਓ ਆ ਜਿਹੜੀਆਂ ਅਲਾਮਤਾਂ ਜਿਹੜੀਆਂ ਮੁਸ਼ਕਲਾਂ ਇਹਦਾ ਸਾਹਮਣਾ ਕਰੀਏ ਗਲੋਂ ਗੁਲਾਮੀ ਲਾ ਕੇ ਪੂਰਨ ਆਜ਼ਾਦੀ ਜੋ ਸਤਿਗੁਰ ਨੇ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ ਦਾ ਸਿਧਾਂਤ ਦਿੱਤਾ ਉਹਦੇ ਤੇ ਚੱਲਦਿਆਂ ਗੁਰਮੁਖ ਪਿਆਰਿਓ ਆਪਣੀ ਸਿੱਖ ਪ੍ਰਭੂ ਸੱਤਾ ਨੂੰ ਕਾਇਮ ਕਰੀਏ ਆਪਣੇ ਗੁਰਦੁਆਰੇ ਗੁਰਧਾਮਾਂ ਆਪਣੇ ਤਖਤਾਂ ਆਪਣੀਆਂ ਸ਼੍ਰੋਮਣੀ ਸੰਸਥਾਵਾਂ ਨੂੰ ਪੰਥ ਵਿਰੋਧੀਆਂ ਤੋਂ ਆਜ਼ਾਦ ਕਰਾ ਕੇ ਸਾਬਤ ਸੂਰਤ ਗੁਰੂ ਦੇ ਸੱਚੇ ਸਿੱਖ ਸ਼ਰਧਾ ਭਾਵਨਾ ਵਾਲੇ ਭਾਈ ਲਾਲੋ ਦੇ ਵਾਰਸ ਉਹਨਾਂ ਦੇ ਹੱਥ ਵਿੱਚ ਸੇਵਾ ਸੰਭਾਲਦਾ ਗੁਰਮੁਖ ਪਿਆਰਿਓ ਕਰੀਏ ਤਾਂ ਹੀ ਕੁਝ ਬਣ ਸਕਦਾ ਨਹੀਂ ਤੇ ਜਿਹੜੇ ਹਾਲਾਤਾਂ ਚੋਂ ਗੁਜ਼ਰ ਰਹੇ ਅਸੀਂ ਦੇਖ ਰਹੇ ਆਓ ਅੱਜ ਖਾਲਸਾ ਸਾਜਨਾ ਦਿਵਸ ਵਿਸਾਖੀ 13 ਅਪ੍ਰੈਲ 2017 ਦਾ ਦਿਨ ਆਪ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਦੇਸਾਂ ਪ੍ਰਦੇਸਾਂ ਵਿੱਚ ਵਸਦੀ ਸਿੱਖ ਸੰਗਤਾਂ ਨੂੰ ਕਰੋੜ ਕਰੋੜ ਵਧਾਈਆਂ ਲੱਖ ਲੱਖ ਮੁਬਾਰਕਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਹਾਜ਼ਰੀਆਂ ਭਰੀਆਂ ਸੇਵਾ ਕੀਤੀ ਗੁਰੂ ਦੇ ਚਰਨਾਂ ਸਾਰੇ ਰਲ ਕੇ ਸ਼ੁਕਰਗੁਜ਼ਾਰ ਹੋਈਏ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਨ੍ਹਾਂ ਦੀ ਰਹਿਮਤ ਬਖਸ਼ ਦੇ ਸਦਕਾ ਇਹ ਸਮਾਗਮ ਗੁਰਮੁਖ ਪਿਆਰਿਓ ਸਜੇ ਆ ਜਿਨ੍ਹਾਂ ਦੀ ਸਤਿਗੁਰ ਦੀ ਰਹਿਮਤ ਦੇ ਸਦਕਾ ਜਿਨ੍ਹਾਂ ਦੇ ਆਸ਼ੀਰਵਾਦ ਦੇ ਸਦਕਾ ਆਓ ਸਤਿਗੁਰ ਦੇ ਸ਼ੁਕਰ ਗੁਜ਼ਾਰ ਤੇ ਜਿਨ੍ਹਾਂ ਸੇਵਾ ਕੀਤੀ ਸ਼ਰਧਾ ਭਾਵਨਾ ਨਾਲ ਤਨ ਮਨ ਧਨ ਦੀ ਸੇਵਾ ਹਾਜ਼ਰ ਰਹਿ ਕੇ ਗੁਰਮੁਖ ਪਿਆਰੇ ਉਹਨਾਂ ਦੀ ਸੇਵਾ ਵੀ ਸਤਿਗੁਰ ਪ੍ਰਵਾਨ ਕਰਨ ਚੱਲਿਆ ਕਦਮ ਕਦਮ ਲੇਖੇ ਲਾਉਣ ਤਖ਼ਤ ਸਾਹਿਬ ਦੇ ਕੀਤੇ ਦਰਸ਼ਨ ਇਸ਼ਨਾਨ ਗੁਰਦੁਆਰੇ ਗੁਰਧਾਮਾਂ ਦੇ ਕੀਤੇ ਦਰਸ਼ਨ ਇਸ਼ਨਾਨ ਗੁਰਮੁਖ ਸਮਾਗਮਾਂ ਦੀ ਭਰੀ ਹਾਜ਼ਰੀ ਸਤਿਗੁਰ ਦੇ ਦਰ ਤੇ ਪ੍ਰਵਾਨ ਹੋਵੇ ਆਓ ਉਹਨਾਂ ਯੋਧਿਆਂ ਨੂੰ ਯਾਦ ਕਰੀਏ ਜਿਨ੍ਹਾਂ ਨੂੰ ਵਿਸਰਦੇ ਜਾ ਰਹੇ ਹਾਂ ਬਾਬਾ ਬੂਤਾ ਸਿੰਘ ਗਰਜਾ ਸਿੰਘ ਬਾਬਾ ਵੀਰ ਸਿੰਘ ਧੀਰ ਸਿੰਘ ਵਰਗੇ ਆ ਮੈਂ ਹੁਣੇ ਇੱਥੇ ਗੁਰਮੁਖ ਪਿਆਰਿਓ ਆ ਸਾਹਮਣੇ ਹੀ ਜਦੋਂ ਇਹ ਪੰਡਾਲ ਚੋਂ ਨਿਕਲੀਏ ਦੀਵਾਨ ਹਾਲ ਦੇ ਨਾਲ ਗੁਰਮੁਖ ਪਿਆਰਿਓ ਉੱਥੇ ਪ੍ਰਦਰਸ਼ਨੀ ਲਾਈ ਕਲਾ ਪ੍ਰਦਰਸ਼ਨੀ ਨੌਜਵਾਨਾਂ ਨੇ ਸਿੱਖ ਜਰਨੈਲਾਂ ਦੇ ਬੁੱਤ ਬਣਾ ਕੇ ਗੁਰਮੁਖ ਪਿਆਰਿਓ ਤਸਵੀਰਾਂ ਬਣਾ ਕੇ ਤੇ ਸੰਖੇਪ ਜਿਹਾ ਇਤਿਹਾਸ ਵੀ ਉਹਨਾਂ ਦਾ ਥੱਲੇ ਗੁਰਮੁਖ ਪਿਆਰਿਓ ਲਿਖਿਆ ਉਹਨਾਂ ਯੋਧਿਆਂ ਬਾਰੇ ਕਿਹਾ ਸਾਡੇ ਯੋਧੇ ਜਰਨੈਲ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਵਰਗੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ
ਜੱਸਾ ਸਿੰਘ ਆਲੂ ਵਾਲੀਆ, ਜੱਸਾ ਸਿੰਘ ਰਾਮਗੜੀਆ, ਬਾਬਾ ਬੋਤਾ ਸਿੰਘ ਅਰਜਾ ਸਿੰਘ, ਉਹਨਾਂ ਦੀਆਂ ਤਸਵੀਰਾਂ ਬੁੱਤ ਬਣਾ ਕੇ ਲਗਾਏ, ਉਹ ਪ੍ਰਦਰਸ਼ਨੀ ਤੁਸੀਂ ਦੇਖ ਵੀ ਸਕਦੇ ਆ। ਗੁਰਮੁਖ ਪਿਆਰਿਓ ਫਰੀ ਦਿਖਾਉਣਾ ਚਾਹੁੰਦੇ ਸਨ, ਉਹ ਪ੍ਰਦਰਸ਼ਨੀ ਗੁਰਮੁਖ ਉਹਨਾਂ ਦੱਸਿਆ, ਉਹਨਾਂ ਮਿਹਨਤ ਕੀਤੀ ਆ ਗੁਰਮੁਖ ਪਿਆਰਿਓ ਸੰਗਤਾਂ ਨੂੰ ਦਿਖਾਉਣ ਲਈ, ਪਰ ਇੱਥੇ ਉਹਨਾਂ ਨੂੰ ਜਗ੍ਹਾ ਜਿਹੜੀ ਸੀ ਗੁਰਮੁਖ ਪਿਆਰਿਓ ਸੜਕ ਦੇ ਨਾਲ, ਕਿਉਂਕਿ ਆਪ ਨੂੰ ਪਤਾ ਠੇਕੇਦਾਰੀ ਸਿਸਟਮ, ਠੇਕਾ ਲਿਆ ਜਿਹਨਾਂ ਠੇਕੇਦਾਰਾਂ ਨੇ ਉਹਨਾਂ ਨੂੰ, ਫਿਰ ਗੁਰਮੁਖ ਪਿਆਰਿਓ ਜਿਹੜਾ ਠੇਕਾ ਚੁਕਾਉਣ ਵਾਸਤੇ 10 ਰੁਪਏ ਉਹਨਾਂ ਫੀਸ ਵੀ ਰੱਖੀ, ਉਹ ਕਹਿੰਦੇ ਸਾਡੀ ਭਾਵਨਾ ਨੂੰ ਠੇਸ ਲੱਗੀ, ਸਾਨੂੰ ਜਗ੍ਹਾ ਮਿਲਦੀ, ਫਰੀ ਦਿਖਾਉਣਾ ਚਾਹੁੰਦੇ ਸਨ, ਪਰ ਜੋ ਹੁਣ ਠੇਕਾ ਭਰਨਾ ਉਸ ਕਾਰਨ ਕਰਕੇ ਕਹਿੰਦੇ ਸਾਈਂ, ਪਰ ਫਿਰ ਵੀ ਪੂਰੇ ਨਹੀਂ, ਕਿਉਂਕਿ ਇੰਨਾ ਪਤਾ ਨਹੀਂ ਲੱਗਿਆ, ਉਹ ਸਾਈਡ ਤੇ ਲੱਗੀ ਹੋਈ ਸੀ, ਤੇ ਗੁਰਮੁਖ ਪਿਆਰੇ ਉਹ ਜੇ ਯੋਧੇ ਜਰਨੈਲਾਂ ਦੀਆਂ ਤਸਵੀਰਾਂ, ਉਹਨਾਂ ਦੇ ਬੁੱਤ, ਉਹਨਾਂ ਦਾ ਇਤਿਹਾਸ ਦੇਖ ਕੇ ਅਸੀਂ ਉਹਨਾਂ ਦੇ ਜੀਵਨ ਤੋਂ ਪ੍ਰੇਰਨਾ ਲੈਣੀ, ਉਹਨਾਂ ਦੇ ਬੁੱਤਾਂ ਤਸਵੀਰਾਂ ਨਾਲ ਨਹੀਂ ਜੁੜਨਾ, ਉਹਨਾਂ ਦੇ ਜੀਵਨ ਦੀ ਪ੍ਰੇਰਨਾ ਨੂੰ ਹਿਰਦੇ ਚ ਵਸਾਉਣਾ ਹੈ ਅਸੀਂ, ਤੇ ਗੁਰੂ ਗ੍ਰੰਥ ਪੰਥ ਦੇ ਮਾਰਗ ਤੇ ਚੱਲਣਾ ਹੀ। ਵਿਸਾਖੀ ਦਾ ਸੰਦੇਸ਼ ਹੈ ਸਾਨੂੰ ਖਾਲਸਾ ਸਾਜਣਾ ਦਿਵਸ ਦਾ, 1699 ਦੀ ਵਿਸਾਖੀ ਦਾ ਦਿਨ, ਤੇ ਅੱਜ 3 ਸਦੀਆਂ ਤੋਂ ਉੱਪਰ ਦਾ ਸਮਾਂ ਗੁਰਮੁਖ ਪਿਆਰਿਓ ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਮਤ ਨਾਲ ਜੁੜੀਏ। ਬਹੁਤ ਧੰਨਵਾਦ ਸੰਗਤਾਂ ਸੇਵਾਦਾਰਾਂ ਦਾ, ਔਰ ਇਸੇ ਤਰ੍ਹਾਂ ਜਿੱਥੇ ਰਿਕਾਰਡਿੰਗ ਕੰਪਨੀਆਂ ਉੱਥੇ ਅਕਾਲ ਚੈਨਲ ਯੂਕੇ ਵਾਲੀ ਸਾਰੀ ਸਮੁੱਚੀ ਟੀਮ ਦਾ, ਜਿਹੜੇ ਅਕਸਰ ਜੋੜ ਮੇਲਿਆਂ ਤੇ ਜਾ ਕੇ, ਚਾਹੇ ਹੋਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ ਹੋਵੇ, ਤੇ ਚਾਹੇ ਉਹ ਸਤਿਗੁਰ ਦੀ 350 ਸਾਲਾ ਸ਼ਤਾਬਦੀ ਪਟਨਾ ਸਾਹਿਬ, ਚਾਹੇ 300 ਸਾਲਾ ਸਤਿਖੰਡ ਸ੍ਰੀ ਹਜ਼ੂਰ ਸਾਹਿਬ, ਵਿਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਨੂੰ ਵੀ ਇੱਥੋਂ ਦੇ ਸਮਾਗਮਾਂ ਦੇ ਦਰਸ਼ਨ ਕਰਵਾਉਂਦੇ ਜੋੜਦੇ ਆ, ਉਹਨਾਂ ਦੀ ਸਮੁੱਚੀ ਅਕਾਲ ਚੈਨਲ ਟੀਮ ਯੂਕੇ ਦੀ ਟੀਮ ਦਾ ਧੰਨਵਾਦ ਆ। ਉਹਨਾਂ ਨੇ ਰਾਤ ਵੀ ਦੀਵਾਨਾਂ ਦੀ ਰਿਕਾਰਡਿੰਗ ਕੀਤੀ, ਔਰ ਅੱਜ ਵੀ ਗੁਰਮੁਖ ਪਿਆਰੇ ਔਰ ਇਸੇ ਤਰ੍ਹਾਂ ਉੱਥੇ ਸੰਗਤਾਂ ਨੂੰ ਦਿਖਾਇਆ, ਵੀ ਅੱਜ ਵੀ ਦਿਨ ਵੇਲੇ ਉੱਥੇ ਸੰਗਤਾਂ ਨੇ ਦੱਸਿਆ, ਇਹਨਾਂ ਨੇ ਵੀ ਦੱਸਿਆ ਕਿ ਉੱਥੇ ਰਾਤ ਵਾਲੇ ਦੀਵਾਨ ਜਿਹੜੇ ਸੀ ਉਹ ਗੁਰਮੁਖ ਪਿਆਰਿਓ ਟੈਲੀਕਾਸਟ ਕੀਤੇ ਜਾ ਰਹੇ ਸੀ ਅਕਾਲ ਚੈਨਲ ਯੂਕੇ ਦੇ ਉੱਤੇ, ਯੂਰਪ ਵਿੱਚ ਬੈਠੀਆਂ ਸੰਗਤਾਂ ਔਰ ਇੰਟਰਨੈਟ ਮਾਧਿਅਮ ਦੇ ਰਾਹੀਂ ਅਕਾਲ ਚੈਨਲ ਯੂਕੇ ਫੇਸਬੁੱਕ ਦੇ ਉੱਪਰ ਵੀ ਲੱਖਾਂ ਸੰਗਤਾਂ ਗੁਰਮੁਖ ਪਿਆਰਿਓ ਦੇਸ਼ਾਂ ਪ੍ਰਦੇਸ਼ਾਂ ਵਿੱਚ ਵੇਖ ਰਹੀਆਂ, ਇਹਨਾਂ ਦਾ ਵੀ ਵਿਸ਼ੇਸ਼ ਕਰਕੇ ਧੰਨਵਾਦ ਸਮੁੱਚੀ ਟੀਮ ਦਾ, ਸਾਰੀਆਂ ਸੰਗਤਾਂ ਸੇਵਾਦਾਰਾਂ ਦਾ। ਆਓ ਗੁਰਮੁਖ ਪਿਆਰੇ ਹੁਣ ਆਨੰਦ ਸਾਹਿਬ ਦੇ ਪਾਠ ਵਿੱਚ ਜੁੜਨਾ, ਉਪਰੰਤ ਅਰਦਾਸ ਬੇਨਤੀ ਮੁੱਖ ਵਾਕ ਸਤਿਗੁਰਾਂ ਦੀ ਸੁਖ ਆਸਣ ਸੇਵਾ ਤੇ ਸਤਿਗੁਰ ਦੇ ਸਰੂਪ ਵਿਦਾ ਹੋਣਗੇ। ਸੰਗਤਾਂ ਨੇ ਇੱਥੇ ਜਿਨ੍ਹਾਂ ਨੇ ਆਰਾਮ ਕਰਨਾ, ਬਾਕੀ ਦਰਸ਼ਨ ਇਸ਼ਨਾਨ ਕਰਨੇ ਆ, ਕਿਉਂਕਿ ਅੰਮ੍ਰਿਤ ਵੇਲਾ ਵੀ ਜਲਦੀ ਹੋ ਜਾਣਾ, ਹੁਣ ਸਮਾਂ ਕਾਫੀ ਹੋ ਚੁੱਕਿਆ, ਤੇ ਜਿਨ੍ਹਾਂ ਲੰਗਰ ਛਕਣਾ ਉਹਨਾਂ ਸਤਿਗੁਰਾਂ ਦੇ ਚਰਨਾਂ ਚ ਅਰਦਾਸ ਮੁੱਖ ਵਾਕ ਤੋਂ ਬਾਅਦ ਪ੍ਰਸ਼ਾਦ ਲੈ ਲੰਗਰ ਛਕਣਾ ਗੁਰਮੁਖ ਪਿਆਰੇ, ਸਾਰਿਆਂ ਦਾ ਧੰਨਵਾਦ ਸੇਵਾਦਾਰਾਂ ਦਾ, ਜਿੰਨੇ ਵੀ ਸੇਵਾਦਾਰ ਆਏ।